प्रोग्राम के पहले हिस्से दे विच आप सब नूं मैं दस ही दिता सी कि अज असी विशेष तौर दे उत्ते गलबात करांगे सरदार प्रभशरण बीर होरां दे नाल। साडा अज दा विशा है धर्म अते राजनीति। अज दे इस टेक्नोलॉजी दे युग दे विच जां सोशल मीडिया दे युग दे विच हर कोई बंदा अपने विचार रख सकदा है, पर जदों विचार रखण दी गल आउंदी है ते उहदे विच धर्म ते राजनीति दी गल आउंदी है, हर एक किसी दे घड़े घड़ाए शब्द जां मीडिया दे जिहड़ा वड्डे घराणियां दा मीडिया है, सो उहनां दे शब्दां नूं ही एक तरह कॉपी पेस्ट करदा है ते उहनूं लगदा है कि इह सोच मेरी आजाद है जां वक्री है जां सही है। धर्म अते सभ्याचार सिक्खी दे विच इह दोन्ने चीज़ां बराबर चलदियां ने। कोई थोड़ी बहुत भी सूझ रखने वाला सिखी दे बारे वो मीरी पीरी दे सिद्धांत बारे उन्हें सुनिया जरूर हो ते जानदा जरूर हो, पर आखिरकार की गल है कि धर्म अते सभ्याचार नू नखेड़ के तरन दी जिहड़ी गल चलदी है। इस विषय दे उत्ते असीं अज गलबात करांगे, तुहाडियां कॉल्स भी लवांगे। आओ सब तो पहला असीं जीआ नू कहने आ साडे अज दे प्रोग्राम दे विच जो गेस्ट ने सरदार प्रभशरणबीर सिंह। सरदार साहब जी जीआ नू वाहिगुरू जी का खालसा वाहिगुरू जी की फतेह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਹਾਲ ਚਾਲ ਹੈ ਜੀ? ਸੋ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਤੁਸੀਂ ਸੁਣਾਓ ਜੀ। ਬਿਲਕੁਲ ਚੜ੍ਹਦੀ ਕਲਾ। ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਸੰਗਤ ਨੇ ਰਿਕਾਰਡ ਵੀ ਤੋੜਿਆ, ਤਕਰੀਬਨ 3.5 ਲੱਖ ਦੇ ਇਕੱਠ ਹੋਇਆ ਸੰਗਤ ਦਾ, ਸੋ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ ਕੈਨੇਡਾ ਵਾਲੇ। ਹਾਂਜੀ, ਬਹੁਤ ਖੁਸ਼ੀ ਦੀ ਗੱਲ ਸੀ ਤੇ ਬਹੁਤ ਖੁਸ਼ੀ ਮਿਲੀ ਜੀ ਨਗਰ ਕੀਰਤਨ ਦੇ ਵਿੱਚ ਪਾਰਟਿਸਪੇਟ ਕਰਕੇ ਇੱਡੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸਿੱਖਾਂ ਦਾ ਇਕੱਠੇ ਹੋਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਆ। ਜੀ ਜੀ ਬਿਲਕੁਲ ਜੀ। ਵੱਧਦੇ ਜੀ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਭਾਈ ਸਾਹਿਬ। ਸੋ ਧਰਮ ਅਤੇ ਰਾਜਨੀਤੀ, ਸਭ ਤੋਂ ਪਹਿਲਾਂ ਇਹਦੇ ਬਾਰੇ ਆਪਾਂ ਗੱਲਬਾਤ ਕਰੀਏ। ਸੋ ਅਕਸਰ ਹੀ ਜਿਹੜੀ ਫੇਸਬੁੱਕ ਦੇ ਉੱਤੇ ਜਾਂ ਮੀਡੀਆ ਦੇ ਵਿੱਚ, ਵਿਸ਼ੇਸ਼ ਕਰ ਭਾਰਤੀ ਮੀਡੀਆ ਦੇ ਵਿੱਚ ਇਹ ਗੱਲ ਚੱਲ ਪੈਂਦੀ ਹੈ ਕਿ ਧਰਮ ਤੇ ਰਾਜਨੀਤੀ ਇਕੱਠੇ ਨਹੀਂ ਹੋਣੇ ਚਾਹੀਦੇ। ਸੋ ਤੁਸੀਂ ਇਸ ਗੱਲ ਦੇ ਉੱਤੇ ਤੁਹਾਡੀ ਪਹਿਲੀ ਟਿੱਪਣੀ ਕੀ ਹੈ, ਫਿਰ ਹੌਲੀ ਹੌਲੀ ਆਪਾਂ ਵਿਸ਼ੇ ਦੇ ਵੱਲ ਅੱਗੇ ਵਧਾਂਗੇ। ਪਹਿਲੀ ਟਿੱਪਣੀ ਜੀ ਇਹ ਹੈ ਕਿ ਸਾਨੂੰ ਅਸੀਂ ਜਦੋਂ ਮਸਲੇ ਨੂੰ ਕਿਸੇ ਨੂੰ ਅਪਰੋਚ ਕਰਦੇ ਹਾਂ ਜੀ, ਉਹ ਅਪਰੋਚ ਕਿਵੇਂ ਕਰਦੇ ਹਾਂ ਇਹ ਗੱਲ ਹੀ ਇਸ ਨੂੰ ਨਿਰਧਾਰਿਤ ਕਰਦੀ ਹੈ ਵੀ ਸਾਡੀ ਉਹਦੇ ਬਾਰੇ ਕੀ ਸਮਝ ਬਣੂਗੀ ਜੀ, ਤੇ ਉਹ ਸਵਾਲ ਦੇ ਕਿਹੋ ਜਿਹੇ ਉੱਤਰ ਤੇ ਅਸੀਂ ਪਹੁੰਚਾਂਗੇ। ਸੋ ਮੇਰੀ ਪਹਿਲੀ ਬੇਨਤੀ ਤਾਂ ਇਹ ਆ ਕਿ ਇਸ ਮਸਲੇ ਬਾਰੇ ਜੱਜਮੈਂਟਲ ਹੋਣ ਤੋਂ ਪਹਿਲਾਂ, ਇਸ ਮਸਲੇ ਬਾਰੇ ਕੋਈ ਵੀ ਪੋਜੀਸ਼ਨ ਲੈਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਬਈ ਇਸ ਕੁਐਸਚਨ ਨੂੰ ਠੀਕ ਤਰੀਕੇ ਨਾਲ ਅਪਰੋਚ ਕੀਤਾ ਜਾਵੇ ਤੇ ਇਸ ਟਰਮ ਜਿਹੜੀ ਇਹ ਸੈਂਟੈਂਸ ਹੈ ਰਿਲੀਜਨ ਐਂਡ ਪੋਲੀਟਿਕਸ, ਇਹਦੇ ਵਿੱਚ ਦੋ ਜਿਹੜੀਆਂ ਕਰੂਸ਼ੀਅਲ ਨੋਸ਼ਨਸ ਹੈ ਰਿਲੀਜਨ ਐਂਡ ਪੋਲੀਟਿਕਸ ਤੇ ਰਿਲੀਜਨ ਐਂਡ ਸੈਕੂਲਰਿਜ਼ਮ, ਇਹਨਾਂ ਨੂੰ ਸਾਨੂੰ ਸਮਝਣਾ ਪੈਣਾ ਚੰਗੀ ਤਰ੍ਹਾਂ ਜੀ ਬਈ ਇਹ ਇਹਨਾਂ ਦਾ ਓਰਿਜਨ ਕਿੱਥੋਂ ਹੋਇਆ, ਇਹਨਾਂ ਦਾ ਮੀਨਿੰਗ ਕੀ ਹੈ। ਜਦੋਂ ਅਸੀਂ ਕਿਸੇ ਦੂਸਰੀ ਲੈਂਗੁਏਜ ਦੀਆਂ ਟਰਮਸ ਹੈ ਜਿਹੜੀਆਂ ਉਹਨਾਂ ਨੂੰ ਕਿਸੇ ਹੋਰ ਕੰਟੈਕਸਟ ਦੇ, ਹੋਰ ਲਿੰਗੁਇਸਟਿਕ ਕਮਿਊਨਿਟੀ ਦੇ ਕੰਟੈਕਸਟ ਦੇ ਵਿੱਚ ਵਰਤਦੇ ਹਾਂ ਜੀ, ਤਾਂ ਅਕਸਰ ਹੀ ਇਨਜਸਟਿਸ ਹੋ ਜਾਂਦੀ ਹੈ ਉਹਦੇ ਨਾਲ ਜੀ। ਸੋ ਇਸ ਕਰਕੇ ਜਿਹੜੀ ਵੀ ਕੋਈ ਵੀ ਕੰਸੈਪਟ ਹੈ ਉਹ ਪੈਦਾ ਕਿੱਥੋਂ ਹੋ ਰਿਹਾ, ਉਹਨੂੰ ਡੂੰਘਾਈ ਸਮਝਣ ਵਾਸਤੇ ਪਹਿਲਾਂ ਇਹ ਸਮਝਣਾ ਪਊਗਾ ਵੀ ਉਹ ਪੈਦਾ ਕਿੱਥੋਂ ਹੋ ਰਿਹਾ ਜੀ। ਸੋ ਇਹ ਵਿਚਾਰ ਆਇਆ ਕਿੱਥੋਂ ਜੀ ਤੇ ਕਿਵੇਂ ਅੱਜ ਇਹਨੇ ਜਿਹੜੀ ਅੱਜ ਦੀ ਸ਼ੇਪ ਅਸੀਂ ਦੇਖਦੇ ਹਾਂ ਇਹ ਸ਼ੇਪ ਇਹਨੇ ਕਿਵੇਂ ਗ੍ਰਹਿਣ ਕੀਤੀ, ਇਹ ਸਾਨੂੰ ਸਾਰਾ ਸਮਝਣਾ ਪਊਗਾ, ਜਿਹੜਾ ਕਿ ਥੋੜਾ ਜਿਹਾ ਜਿਵੇਂ ਲੰਮੀ ਗੱਲ ਆ ਜੀ। ਪਹਿਲਾਂ ਆਪਾਂ ਇਸ ਗੱਲ ਦੇ ਉੱਤੇ ਜਾਣੇ ਆ ਕਿ ਗੁਰੂ ਸਾਹਿਬਾਨ ਨੇ ਧਰਮ ਤੇ ਰਾਜਨੀਤੀ ਨੂੰ ਇਕੱਠੇ ਰੱਖਿਆ, ਜੇਕਰ ਆਪਾਂ ਇਹਦੇ ਉੱਤੇ ਪਹਿਲਾਂ ਗੱਲਬਾਤ ਸ਼ੁਰੂ ਕਰੀਏ ਕਿ ਰਾਜਨੀਤੀ ਜਿਹਨੂੰ ਬੜੇ ਮਾੜਾ ਕਿਹਾ ਜਾਂਦਾ ਸੀ ਉਸ ਤੋਂ ਪਹਿਲਾਂ, ਜਾਂ ਇਹਨੂੰ ਧਰਮ ਤੋਂ ਵੱਖਰਾ ਰੱਖਿਆ ਜਾਂਦਾ ਸੀ ਕਿ ਰਾਜਾ ਇੱਕ ਅਲੱਗ ਚੀਜ਼ ਆ ਤੇ ਧਰਮ ਇੱਕ ਅਲੱਗ ਚੀਜ਼ ਆ, ਪੱਛਮੀ ਮੁਲਕਾਂ ਦੇ ਵਿੱਚ ਵੀ ਇਹ ਕੰਸੈਪਟ ਚੱਲਦਾ ਰਿਹਾ ਗਾ, ਪਰ ਗੁਰੂ ਸਾਹਿਬਾਨ ਨੇ ਇਹ ਚੀਜ਼ ਸਮਝਦੇ ਹੋਏ, ਕਿਉਂਕਿ ਰਾਜਨੀਤੀ ਹੀ ਬੰਦੇ ਦਾ ਜਿਉਣਾ ਤੇ ਸਭ ਕੁਛ ਉਹ ਨਿਰਧਾਰਿਤ ਕਰਦੀ ਹੈ ਕਿ ਤੁਸੀਂ ਪੜ੍ਹਨਾ ਕੀ ਹੈ, ਖਾਣਾ ਕੀ ਆ, ਪਹਿਨਣਾ ਕੀ ਆ ਤੇ ਸੁਣਨਾ ਕੀ ਆ। ਸੋ ਗੁਰੂ ਸਾਹਿਬਾਨ ਨੇ ਜੋ ਮੀਰੀ ਪੀਰੀ ਦਾ ਸਾਨੂੰ ਸਿਧਾਂਤ ਦਿੱਤਾ ਹੈ, ਆਪਾਂ ਉਹਦੇ ਉੱਤੇ ਥੋੜੀ ਜਿਹੀ ਗੱਲਬਾਤ ਕਰੀਏ। ਹਾਂਜੀ, ਮੇਰੀ ਸਮਝ ਇਹਦੇ ਬਾਰੇ ਇਹ ਹੈ ਕਿ ਗੁਰੂ ਸਾਹਿਬਾਨ ਨੇ ਇਹ ਕਹਿਣ ਨਾਲੋਂ ਕਿ ਗੁਰੂ ਸਾਹਿਬਾਨ ਨੇ
ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਕੀਤਾ ਜੀ, ਮੇਰੇ ਖਿਆਲ ਦੇ ਵਿੱਚ ਇਹ ਕਹਿਣਾ ਜ਼ਿਆਦਾ ਠੀਕ ਹੋਊਗਾ ਜੀ ਕਿ ਗੁਰੂ ਸਾਹਿਬਾਨ ਨੇ ਇੱਕ ਜ਼ਿੰਦਗੀ ਦਾ ਸਮੁੱਚਾ ਦ੍ਰਿਸ਼ਟੀਕੋਣ ਦਿੱਤਾ ਜੀ, ਜ਼ਿੰਦਗੀ ਦੇ ਪ੍ਰਤੀ ਇੱਕ ਨਵੀਂ ਪਹੁੰਚ ਦਿੱਤੀ ਜਿਹਦੇ ਵਿੱਚ ਧਰਮ ਤੇ ਰਾਜਨੀਤੀ ਆਪਸ ਦੇ ਵਿੱਚ ਇੱਕ ਮਿੱਕ ਸੀ ਜੀ। ਕਿਉਂਕਿ ਇਹ ਗੱਲ ਮੈਂ ਕਿਉਂ ਕੀਤੀ, ਕਿਉਂਕਿ ਇਹਦੇ ਤੋਂ ਭਾਵ ਇਹ ਹੈ ਕਿ ਜਿਹੜੀ ਇਹ ਅਪਰੋਚ ਹੈ ਇਹ ਧਰਮ ਤੇ ਰਾਜਨੀਤੀ ਦੀ ਡਿਸਟਿੰਕਸ਼ਨ ਨੂੰ ਮੰਨਦੀ ਹੀ ਨਹੀਂ ਜੀ। ਜਦੋਂ ਤੁਸੀਂ ਜ਼ਿੰਦਗੀ ਨੂੰ ਉਹਦੇ ਸਮੁੱਚ ਦੇ ਵਿੱਚ ਸਮਝਦੇ ਆ ਜੀ, ਤੇ ਉਦੋਂ ਧਰਮ ਤੇ ਰਾਜਨੀਤੀ ਦੀ ਡਿਸਟਿੰਕਸ਼ਨ ਪੈਦਾ ਹੀ ਨਹੀਂ ਹੁੰਦੀ ਜੀ। ਸੋ ਉਹ ਆਪੇ ਆਪਣੇ ਆਪ ਹੀ ਇਕੱਠੀ ਹੋ ਜਾਂਦੀ ਹੈ ਜੀ। ਜਦੋਂ ਆਪਾਂ ਇਹਨੂੰ ਅਲੈਦਗੀ ਚ ਦੇਖਦੇ ਹਾਂ, ਇਹਨਾਂ ਨੂੰ ਸਮਝਦੇ ਹੀ ਅਲੱਗ ਤਰੀਕੇ ਨਾਲ ਵੱਖੋ ਵੱਖਰੀਆਂ ਰੈਲਮਸ ਦੇ ਰੂਪ ਦੇ ਵਿੱਚ ਸਮਝਦੇ ਹਾਂ ਆਪਾਂ, ਵੱਖੋ ਵੱਖਰੇ ਖੇਤਰ ਹੈ, ਵੱਖੋ ਵੱਖਰੇ ਫੀਲਡ ਹੈ, ਉਹਦੇ ਚ ਪ੍ਰੋਬਲਮ ਪੈਦਾ ਹੁੰਦੀ ਹੈ ਜੀ। ਤੇ ਇਹ ਜਿਹੜੀ ਅਪਰੋਚ ਹੈ ਕਿ ਧਰਮ ਤੇ ਰਾਜਨੀਤੀ ਨੂੰ ਇੱਕ ਦੂਜੇ ਤੋਂ ਡਿਸਟਿੰਕਟ ਫੀਲਡ ਸਮਝਿਆ ਜਾਵੇ, ਇਹ ਪੱਛਮ ਦੇ ਵਿੱਚ ਪੈਦਾ ਹੋਈ ਜੀ। ਇਹ ਉਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਵੀ ਐਵੇਂ ਐਗਜ਼ਿਸਟ ਨਹੀਂ ਸੀ ਕਰਦੀ ਜੀ, ਜਿਵੇਂ ਪੱਛਮ ਦੇ ਵਿੱਚ ਸਮਝੀ ਜਾਂਦੀ ਹੈ ਅੱਜ ਜੀ। ਉਦੋਂ ਪੰਜਾਬ ਦੀ ਧਰਤੀ ਦੀ ਸਮਾਜਿਕ ਤੇ ਰਾਜਨੀਤਿਕ ਜ਼ਿੰਦਗੀ ਦੀਆਂ ਪ੍ਰੋਬਲਮ ਸੀਗੀਆਂ, ਪਰ ਉਹ ਪ੍ਰੋਬਲਮ ਹੋਰ ਸੀ ਜੀ। ਉਹ ਪ੍ਰੋਬਲਮ ਧਰਮ ਤੇ ਰਾਜਨੀਤੀ ਦਾ ਵਖਰੇਵਾਂ ਨਹੀਂ ਸੀ ਜੀ, ਉਹ ਪ੍ਰੋਬਲਮ ਹੋਰ ਸੀ। ਤੇ ਉਹਨਾਂ ਪ੍ਰੋਬਲਮ ਦੇ ਹੱਲ ਵਜੋਂ ਇੱਕ ਨਵਾਂ ਜਿਹੜਾ ਜ਼ਿੰਦਗੀ ਦਾ ਨਜ਼ਰੀਆ ਆਇਆ ਸਿੱਖੀ ਦੇ ਰੂਪ ਦੇ ਵਿੱਚ, ਤੇ ਉਹਦੇ ਵਿੱਚ ਧਰਮ ਤੇ ਰਾਜਨੀਤੀ ਹੈ ਜਿਹੜੇ, ਜੇ ਆਪਾਂ ਇਹ ਟਰਮਸ ਵਰਤਣੀਆਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਰਲ ਗੱਡ ਸੀ ਜੀ। ਹਾਂਜੀ ਜੀ ਬਿਲਕੁਲ। ਹੁਣ ਥੋੜਾ ਜਿਹਾ ਆਪਾਂ ਉਸ ਬਾਰੇ ਵੀ ਗੱਲ ਕਰੀਏ ਕਿ ਪੱਛਮ ਦੇ ਵਿੱਚ ਵੀ ਜੇ ਆਪਾਂ ਅਗਰ ਦੇਖਦੇ ਹਾਂ ਪੁਰਾਣਾ, ਕਿ ਚਰਚ ਨੇ ਕਹਿ ਦਿੱਤਾ ਕਿ ਜਿਹੜਾ ਰਾਜਾ ਏ ਇਹ ਰੱਬ ਦਾ ਦੂਤ ਹੈ। ਸੋ ਚਰਚ ਦੇ ਜਦੋਂ ਪੱਛਮ ਦੇ ਵਿੱਚ ਦੇਖਦੇ ਹਾਂ ਕਿ ਇਹ ਪ੍ਰੋਬਲਮ ਸੀ ਇੱਕ ਕਿ ਧਰਮ ਜਿਹੜਾ ਰਾਜਨੀਤੀ ਉਹ ਧਰਮ ਨੂੰ ਵਰਤ ਰਹੀ ਸੀ, ਸੋ ਇਸੇ ਕਰਕੇ ਪੱਛਮ ਦੇ ਜਿਹੜੇ ਫਿਲੋਸਫਰ ਨੇ ਉਹਨਾਂ ਨੂੰ ਇਹਨਾਂ ਨੇ ਦੂਰ ਕਰਤਾ ਕਿਉਂਕਿ ਉਹਨਾਂ ਦੀ ਕ੍ਰਿਸਚੈਨਿਟੀ ਦੇ ਨਾਲ ਸਮੱਸਿਆ ਸੀ। ਸੋ ਤੁਹਾਨੂੰ ਕੀ ਲੱਗਦਾ ਇਹੀ ਜਿਹੜਾ ਉਹਨਾਂ ਨੇ ਫਾਰਮੂਲਾ ਬਾਅਦ ਦੇ ਵਿੱਚ ਏਸ਼ੀਆ ਦੇ ਵਿੱਚ ਜਾਂ ਭਾਰਤੀ ਇਸ ਸਬ ਕੰਟੀਨੈਂਟ ਦੇ ਵਿੱਚ ਆ ਕੇ ਉਹਨਾਂ ਨੇ ਲਾਗੂ ਕੀਤਾ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਸੀ? ਹਾਂਜੀ ਦੇਖੋ ਗੱਲ ਇਹ ਹੈ, ਮੈਂ ਇਸੇ ਕਰਕੇ ਕਹਿਣਾ ਵੀ ਜਿਹੜੀ ਜੇ ਆਪਾਂ ਇਹਨੂੰ ਸਿੱਖੀ ਦੇ ਕੰਟੈਕਟ ਦੇ ਵਿੱਚ ਸਮਝਣਾ ਤਾਂ ਆਪਾਂ ਨੂੰ ਇਹ ਗੱਲ ਸਮਝਣੀ ਪਊਗੀ ਕਿ ਧਰਮ ਤੇ ਰਾਜਨੀਤੀ ਦਾ ਜਿਹੋ ਜਿਹਾ ਰਲੇਵਾਂ ਯੂਰਪ ਦੇ ਵਿੱਚ ਸੀ ਜੀ ਮਾਡਰਨਿਟੀ ਤੋਂ ਪਹਿਲਾਂ ਜੀ, ਚਰਚ ਤੇ ਰਾਜਿਆਂ ਦਾ ਆਪਸ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਜੀ ਇੱਕ ਬਹੁਤ ਗੂੜਾ ਸੰਬੰਧ ਸੀਗਾ ਚਰਚ ਦਾ ਤੇ ਸਟੇਟ ਦਾ ਜੀ, ਉਸੇ ਤਰ੍ਹਾਂ ਦਾ ਹੀ ਕੰਪਲੀਕੇਟਿਡ ਰਿਲੇਸ਼ਨਸ਼ਿਪ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਬ੍ਰਾਹਮਣਿਕ ਕਾਸਟ ਸਿਸਟਮ ਹੈ ਉਹਦੇ ਵਿੱਚ ਵੀ ਵੇਖਣ ਨੂੰ ਮਿਲਦਾ। ਹਾਂਜੀ ਜਿਹੜਾ ਬ੍ਰਾਹਮਣ ਤੇ ਖੱਤਰੀ ਕਾਸਟ ਆ ਜਿਹੜੀਆਂ ਉਹਨਾਂ ਦੀਆਂ ਦੋ ਡਿਸਟਿੰਕਟ ਆਪਣੀਆਂ ਉਹ ਹੈਗੀਆਂ ਜ਼ਿੰਮੇਵਾਰੀਆਂ ਜੀ, ਉਹਦੇ ਵਿੱਚ ਜਿਹੜਾ ਪੁਜਾਰੀ ਵਰਗ ਆ ਬ੍ਰਾਹਮਣ ਉਹ ਰਿਲੀਜੀਅਸ ਡਿਊਟੀ ਨਿਭਾਉਂਦਾ ਜੀ, ਤੇ ਜਿਹੜਾ ਖੱਤਰੀ ਵਰਗ ਆ ਉਹ ਰਾਜਭਾਗ ਦੀਆਂ ਡਿਊਟੀ ਨਿਭਾਉਂਦਾ। ਪਰ ਉਹ ਰਲ ਗੱਡ ਕਿਵੇਂ ਆ ਕਿ ਪੁਜਾਰੀ ਵਰਗ ਆ ਜਿਹੜਾ ਉਹ ਦੂਸਰੇ ਤੋਂ ਉੱਪਰ ਮੰਨਿਆ ਗਿਆ ਜੀ, ਸਰਟਨ ਜਿਹੜੀਆਂ ਜਿਹੜੇ ਫੈਸਲੇ ਆ ਉਹਦੇ ਵਿੱਚ ਜਿਹੜੀ ਬ੍ਰਾਹਮਣ ਹੈ ਉਹਦੀ ਰਾਏ ਆ ਜਿਹੜੀ ਉਹ ਰਾਜੇ ਤੋਂ ਉੱਤੇ ਮੰਨੀ ਜਾਂਦੀ ਸੀ ਕਿਉਂਕਿ ਉਹਦੀ ਕਾਸਟ ਆ ਉਹਦੇ ਤੋਂ ਜਿਹੜੀ ਸੁਪੀਰੀਅਰ ਸੀ ਜੀ। ਸੋ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਇਸ਼ੂ ਇਹ ਨਹੀਂ ਗਾ ਕਿ ਧਰਮ ਤੇ ਰਾਜਨੀਤੀ ਇਕੱਠੇ ਹੋਣ ਜਾਂ ਵੱਖ ਵੱਖ ਹੋਣ ਜੀ, ਇਹ ਕੁਐਸਚਨ ਹੀ ਗਲਤ ਹੈ ਜੀ। ਜੇ ਧਰਮ ਤੇ ਰਾਜਨੀਤੀ ਇਕੱਠੇ ਹੁੰਦੇ ਆ ਤਾਂ ਉਹ ਉਹਨਾਂ ਦੇ ਇਕੱਠੇ ਹੋਣ ਦਾ ਰੂਪ ਗਲਤ ਵੀ ਹੋ ਸਕਦਾ ਜੀ, ਤੇ ਉਹਨਾਂ ਦੇ ਇਕੱਠੇ ਰੂਪ ਦਾ ਹੋਣ ਦਾ ਕੋਈ ਰੂਪ ਸਹੀ ਨਹੀਂ ਹੋ ਸਕਦਾ ਜੀ। ਸੋ ਆਪਾਂ ਨੂੰ ਉਹਨਾਂ ਦੀ ਜਦੋਂ ਧਰਮ ਤੇ ਰਾਜਨੀਤੀ ਇਕੱਠੇ ਹੁੰਦੇ ਆ ਉਹਦੀ ਕੁਆਲਿਟੀ ਵੀ ਦੇਖਣੀ ਚਾਹੀਦੀ ਹੈ ਕਿ ਉਹ ਕਿਸ ਤਰੀਕੇ ਨਾਲ ਇਕੱਠੇ ਹੁੰਦੇ ਆ ਜੀ, ਬਿਲਕੁਲ ਉਹਦੇ ਡਾਇਨਾਮਿਕਸ ਕੀ ਹੈ, ਉਹਦੇ ਸੋਸ਼ਲ ਇਫੈਕਟ ਕੀ ਹੈ ਜੀ। ਸਿਰਫ ਉਹਨਾਂ ਨੂੰ ਇਕੱਠੇ ਕਰਨਾ ਹੀ ਜਾਂ ਸਿਰਫ ਇਹ ਗੱਲ ਦੀ ਐਡਵੋਕੇਸੀ ਕਰਨੀ ਕਿ ਧਰਮ ਤੇ ਰਾਜਨੀਤੀ ਇਕੱਠੇ ਹੋ ਜਾਣ ਤੇ ਇਹਨੂੰ ਇੱਕ ਯੂਨੀਵਰਸਲ ਨੋਰਮ ਬਣਾ ਦੇਣਾ, ਮੇਰੇ ਖਿਆਲ ਦੇ ਵਿੱਚ ਇਹ ਠੀਕ ਨਹੀਂ ਜੀ।
जी बिल्कुल जी, जो आप जो उदाहरण आप पछम की लैने कि उथे धर्म से राजनीति इकट्ठे चले आ पर जो सोशल इफेक्ट आ बहुत भैड़े पे ने, पर जो धर्म से राजनीति आप सिखी सिद्धांतों के गल करते हैं सिख इतिहास की गल करते हैं ओदे मानववादी गुण पैदा होए ने जिन्हां ने सरबत दे पले दी गल कीती है। सो अज दी जिहड़ी डिबेट चलदी है कि जदों भी कोई सिख नुक्ता उठन लगदा है जदों भी कोई सिख मंग उठन लगदी अज नहीं इह आपां 1947 तों पहलां दी ते उहदे नेड़े उस तों बाद दी वी गल करीए ते उदों कह दित्ता जांदा है कि इह धर्म दे विच राजनीति बाड़ी जा रही है जां राजनीति दे विच धर्म दी गल क्यों कीती जा रही है। अज जिहड़ी भारत दी पूरी जिहड़ी पॉलिटिक्स आ ओह सैकुलर होण दा दावा करदी है, सो तुहाडे अनुसार की ओह वाकया ही सैकुलर है जां ओहदा असल ओहदा की है जां ओहदे विच वी धर्म ते राजनीति कीती जा रही है पर कहा यह जा रहा कि असीं सैकुलर होके चल रहे हां। सैकुलरिज्म इटसेल्फ जिहड़ा ओह कोई जस्टिस ओरिएंटेड आइडियोलॉजी नहीं है जी। सैकुलरिज्म भी लोकवें तरीके नाल डिस्क्रिमिनेशन करन दा ही एक तरीका जी। सो जिहड़े विद्वानां ने सैकुलरिज्म ते किताबां लिखियां उन्होंने इह गल साबित भी कीती है कि सैकुलरिज्म तां नवीं किस्म दी डिस्क्रिमिनेशन नूं जन्म दिंदा है जी। कई वारी ओह अपने रूप दे विच ते कई वारी ओह सैकुलरिज्म है जिहड़ा ओहदा मास्क चढ़ाया जांदा किसी होर चीज ते जी। इंडिया के संदर्भ दे विच जे समझना होवे तां इंडिया दे विच जिहड़ा हिंदू नैशनलिज्म है उहने सैकुलरिज्म दा मास्क चढ़ाया होया अपने उत्ते जी ते ओह सैकुलर प्रिटेंड करके अपनी एग्जिस्टेंस नूं जस्टिफाई करदा हिंदू नैशनलिज्म जी ते नाल दी नाल जिहड़ियां माइनोरिटीज है उन्हां दी लाइफ है जिहड़ी ओह डिफिकल्ट भी बनाई जांदा। सो सैकुलरिज्म है जिहड़ा ओह इक टैक्टिक है जिहड़ा कि इंडियन स्टेट नूं रास आउंदा जी। सो इहनूं इस तरह समझना चाहीदा पर जे आपां पिछे जाणा होवे यूरोप दे विच जी ते जे आपां मेन मुद्दे नूं छूणा होवे वी इह आइडिया कि रिलीजन ते पॉलिटिक्स अलग अलग होने चाहीदे इहना अपील क्यों करदा लोकां नूं जी ते किहनां नूं अपील करदा बिलकुल। सो इह गल ते मैं गल करनी चाहुंदा जी। पहली गल तां इह अपील क्यों करदा अपील इस लई करदा कि पिछले 200-300 सालां दे दौरान जिहड़ा वैस्ट आ ओह जेतू बन के उभरिया दुनिया भर दे विच। सो ओह कल्ला राजनीतिक जां मिलटरी तौर ते ही बाकी लोकां नाल ताकतवर नहीं जी ओह विचारधारक तौर ते भी जेतू बन के निकले विचारधारक तौर ते भी ओहदा गलबा पिया होया डोमीनेंट आ जी। सो जिहड़ी वैस्टर्न ਇਡੀਓਲੋਜੀ ਹੈ ਉਹਦੀ ਵੈਸੇ ਹੀ ਇੱਕ ਭੱਲ ਬਣੀ ਹੋਈ ਹੈ ਜੀ। ਜਦੋਂ ਲੋਕ ਆਪਣੇ ਆਪ ਨੂੰ ਮਾਡਰਨ ਵੈਸਟਰਨ ਆਈਡੀਆ ਦੇ ਨਾਲ ਐਸੋਸੀਏਟ ਕਰਦੇ ਆ ਜੀ ਤਾਂ ਉਹ ਇਹ ਸਾਬਤ ਬੇਸਿਕਲੀ ਇਹ ਸਾਬਤ ਕਰ ਰਹੇ ਹੁੰਦੇ ਆ ਕਿ ਉਹ ਦੂਸਰਿਆਂ ਨਾਲੋਂ ਜਿਹੜੇ ਟ੍ਰੈਡੀਸ਼ਨਲ ਸੁਪੋਜ਼ਡਲੀ ਟ੍ਰੈਡੀਸ਼ਨਲ ਲੋਕ ਹੈ ਜਾਂ ਜਿਹੜੇ ਪਿਛਾਂ ਖਿੱਚੂ ਲੋਕ ਆ ਉਹਨਾਂ ਨਾਲੋਂ ਜ਼ਿਆਦਾ ਵਧੀਆ ਨੇ ਤੇ ਪ੍ਰੋਗਰੈਸਿਵ ਨੇ ਸਰਮੌਰ ਹੈ ਜਿਹੜੇ ਅਗਾਂਹ ਵਧੂ ਸੋਚ ਰੱਖਣ ਵਾਲੇ ਆ ਇਹ ਅਕਸਰ ਹੀ ਸ਼ਬਦ ਵੀ ਵਰਤੇ ਜਾਂਦੇ ਆ ਅਗਾਂਹ ਵਧੂ ਪ੍ਰੋਗਰੈਸਿਵ ਮਾਡਰਨ। ਸੋ ਮਾਡਰਨ ਸ਼ਬਦ ਹੈ ਜਿਹੜਾ ਪ੍ਰੋਗਰੈਸਿਵ ਸ਼ਬਦ ਹੈ ਇਹ ਸ਼ਬਦ ਆਟੋਮੈਟਿਕਲੀ ਇਹਨਾਂ ਨੇ ਇੱਕ ਪੋਜ਼ਿਟਿਵ ਟੋਨ ਗ੍ਰਹਿਣ ਕੀਤੀ ਹੋਈ ਆ ਜੀ ਪਰ ਜਦੋਂ ਅਸੀਂ ਇਹਨਾਂ ਦੀ ਪਿਛੋਕੜ ਤੇ ਝਾਤ ਮਾਰਦੇ ਹਾਂ ਤਾਂ ਇਹ ਇੰਨੇ ਪੋਜ਼ਿਟਿਵ ਹੈ ਨੀ ਜੀ ਇਹ ਜਿਹੜੇ ਕੰਸੈਪਟ ਨੇ ਬਹੁਤ ਨੈਗੇਟਿਵ ਨੇ ਉਹ ਕਿਸ ਤਰ੍ਹਾਂ ਦੀ ਸੋ ਉਹ ਕਿਵੇਂ ਮੈਂ ਹੁਣ ਥੋੜੀ ਜਿਹੀ ਸੈਕੂਲਰਿਜ਼ਮ ਦੀ ਹਿਸਟਰੀ ਹੈ ਜਿਹੜੀ ਉਹਦੇ ਤੇ ਗੱਲ ਕਰਨੀ ਚਾਹੂੰਗਾ ਜੀ। ਹੁਣ ਸੈਕੂਲਰਿਜ਼ਮ ਬਾਰੇ ਹੈਗੀਆਂ ਡਿਫਰੈਂਟ ਥਿਊਰੀਜ਼ ਜੀ ਪਹਿਲੀ ਜਿਹੜੀ ਮੇਨ ਸਟ੍ਰੀਮ ਥਿਊਰੀ ਹੈ ਉਹ ਤਾਂ ਇਹ ਹੈ ਕਿ ਸਾਇੰਸ ਦੇ ਉਭਾਰ ਦੇ ਨਾਲ ਜੀ ਜਿਹੜੀਆਂ ਪੁਰਾਣੀਆਂ ਮਿੱਥਾਂ ਸੀ ਤੇ ਜਿਹੜੇ ਰਿਲੀਜੀਅਸ ਬਿਲੀਫ ਸੀ ਉਹ ਆਟੋਮੈਟਿਕਲੀ ਹੀ ਡਿਸਕੁਆਲੀਫਾਈ ਹੋ ਗਏ ਜੀ ਉਹ ਗਲਤ ਸਿੱਧ ਹੋ ਗਏ ਜਿਵੇਂ ਜਿਹੜੀ ਬਾਈਬਲ ਦੇ ਵਿੱਚ ਜਿਹੜੀ ਸ੍ਰਿਸ਼ਟੀ ਸਿਰਜਣਾ ਦੀ ਮਿੱਥ ਹੈ ਜੀ ਉਹ ਜਿਹੜੀ ਨਵੀਂ ਸਾਇੰਸ ਆਈ ਉਹਨੇ ਉਹਨੂੰ ਡਿਸਕੁਆਲੀਫਾਈ ਕਰਤਾ
ਹੌਲੀ ਹੌਲੀ ਜਿਹੜੇ ਜਿਹੜੇ ਲੋਕੀ ਇਸ ਥਿਊਰੀ ਦੇ ਮੁਤਾਬਕ ਜਿਹੜੇ ਜਿਹੜੇ ਲੋਕੀ ਆ ਜਿਹੜੇ ਉਹ ਰੈਸ਼ਨਲ ਹੋਈ ਜਾਂਦੇ ਆ, ਸਮਝਦਾਰ ਹੋਈ ਜਾਂਦੇ ਆ, ਤਰਕ ਦੇ ਆਧਾਰ ਤੇ ਹਰ ਚੀਜ਼ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਆ, ਸਾਇੰਸ ਨੂੰ ਅਲਟੀਮੇਟ ਮੰਨਦੇ ਆ, ਉਹਨਾਂ ਦਾ ਧਰਮ ਦੇ ਵਿੱਚ ਵਿਸ਼ਵਾਸ ਆ ਜਿਹੜਾ ਉਹ ਉੱਠੀ ਜਾਂਦਾ ਜੀ। ਤੇ ਹੌਲੀ 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 ਸਾਰੀ ਦੁਨੀਆਂ ਹੀ ਜਦੋਂ ਦੁਨੀਆਂ ਨੂੰ ਸੋਝੀ ਆਜੂ ਮੰਨਦੇ ਆ ਇਹ ਥਿਊਰੀ ਦੇ ਫੋਲੋਅਰ, ਤਾਂ ਉਹ ਸਾਰੇ ਜਿਹੜੇ ਉਹ ਸੈਕੂਲਰ ਆਟੋਮੈਟਿਕਲੀ ਹੋ ਜਾਣਗੇ ਜੀ। ਸੋ ਇਹ ਇੱਕ ਰਿਲੀਜੀਅਸ ਬਿਲੀਫ ਹੈ ਜਿਹੜੇ ਉਹ ਇੱਕ ਇਗਨੋਰੈਂਸ ਆ ਉਹਦੀ ਉਹਦਾ ਕੌਜ਼ ਜੀ। ਤੇ ਜਿਵੇਂ ਜਿਵੇਂ ਲੋਕੀ ਐਜੂਕੇਟ ਹੋਈ ਜਾਣਗੇ, ਰੈਸ਼ਨਲ ਹੋਈ ਜਾਣਗੇ, ਤੇ ਉਵੇਂ ਉਵੇਂ ਹੋਰ ਸੈਕੂਲਰਾਈਜ਼ ਹੋਈ ਜਾਣਗੇ। ਇਹ ਮੇਨ ਸਟ੍ਰੀਮ ਥਿਊਰੀ ਆ। ਜਿਹੜੇ ਸੀਰੀਅਸ ਅਕੈਡੈਮਿਕ ਸਰਕਲ ਆ ਉਹਨਾਂ ਦੇ ਵਿੱਚ ਇਹ ਮੇਨ ਸਟ੍ਰੀਮ ਥਿਊਰੀ ਨੂੰ ਅੱਜ ਕੱਲ ਕੋਈ ਨੀ ਮੰਨਦਾ, ਇਹ ਮੇਨ ਸਟ੍ਰੀਮ ਥਿਊਰੀ ਡਿਬੰਕ ਹੋ ਚੁੱਕੀ ਹੈ ਜੀ। ਇਹਦੇ ਡਿਬੰਕ ਹੋਣ ਦਾ ਕਾਰਨ ਕੀ ਹੈ ਕਿ 20ਵੀਂ ਸਦੀ ਦੇ ਦੌਰਾਨ ਜੀ ਬਹੁਤ ਸਾਰੀਆਂ ਸੋਸਾਇਟੀਜ਼ ਸੈਕੂਲਰਾਈਜ਼ ਹੋਈਆਂ, ਪਰ ਉਸੇ ਸਦੀ ਦੇ ਦੌਰਾਨ ਇੱਕੋ ਸਦੀ ਦੇ ਦੌਰਾਨ ਉਹੀ ਸੋਸਾਇਟੀਜ਼ ਆ ਜਿਹੜੀਆਂ ਉਹ ਦੁਬਾਰਾ ਰਿਲੀਜੀਅਸ ਹੋਗੀਆਂ ਜੀ। ਸੋ ਉਹਦੇ ਚ ਆਪਾਂ ਐਗਜ਼ਾਮਪਲ ਦੇ ਸਕਦੇ ਅਫਗਾਨਿਸਤਾਨ ਦੀ ਜੀ, ਉਹਦੇ ਚ ਆਪਾਂ ਐਗਜ਼ਾਮਪਲ ਦੇ ਸਕਦੇ ਤੁਰਕੀ ਦੀ ਜੀ, ਹੋਰ ਮਿਡਲ ਈਸਟਰਨ ਜਿਹੜੇ ਮੁਲਕ ਹੈ, ਇਰਾਨ ਦੀ ਬਹੁਤ ਵੱਡੀ ਐਗਜ਼ਾਮਪਲ ਹੈ। ਇਰਾਨ ਜੇ ਤੁਸੀਂ ਦੇਖੋ 1920s ਤੋਂ ਲੈ ਕੇ 1950s ਤੱਕ ਪੂਰੀ ਸੈਕੂਲਰ ਸੋਸਾਇਟੀ ਸੀ, ਉਸ ਤੋਂ ਬਾਅਦ ਸੋਸਾਇਟੀ ਜਿਹੜੀ ਰਿਲੀਜੀਅਸ ਹੋਣੀ ਸ਼ੁਰੂ ਹੋ ਗਈ, ਤੇ 80s 90s ਤੇ ਹੁਣ ਤੱਕ ਉਹ ਪੂਰੀ ਰਿਲੀਜੀਅਸ ਸੋਸਾਇਟੀ ਹੈ ਜੀ। ਸੋ ਇਸੇ ਤਰ੍ਹਾਂ ਇਜਿਪਟ ਦੇ ਵਿੱਚ ਵੀ ਹੋਇਆ, ਹੋਰ ਬਹੁਤ ਥਾਵਾਂ ਤੇ ਹੋਇਆ। ਸੋ ਉਹ ਜਿਹੜੀ ਰਿਲੀਜਨ ਨੇ ਕਮ ਬੈਕ ਕੀਤੀ 20th century ਚ ਜੀ, ਉਹਨੇ ਸਵਾਲ ਖੜੇ ਕਰਤੇ, ਉਹ ਜਿਹੜੀ ਸੈਕੂਲਰਾਈਜੇਸ਼ਨ ਥਿਊਰੀ ਸੀ ਨਾ ਉਹਨੇ ਗੱਲ ਸਿੱਧ ਕਰਤੀ ਵੀ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ, ਲਾਈਨੀਅਰ ਪ੍ਰੋਗਰੈਸ਼ਨ ਨਹੀਂ ਗੀ ਕਿ ਜਿਵੇਂ ਜਿਵੇਂ ਲੋਕੀ ਸਮਝਦਾਰ ਹੋਈ ਜਾਣਗੇ ਉਵੇਂ ਉਵੇਂ ਸੈਕੂਲਰ ਵੀ ਹੋਈ ਜਾਣਗੇ। ਰਿਲੀਜਨ ਜਿਹੜੀ ਉਹਦੀ ਬੰਦੇ ਦੇ ਅੰਦਰ ਉਹਦੀ ਜੜ ਜ਼ਿਆਦਾ ਡੂੰਘੀ ਹੈ, ਬਿਲਕੁਲ, ਤੇ ਅਪੀਲ ਬੰਦੇ ਨੂੰ ਹੋਰ ਥਾਂ ਤੋਂ ਕਰਦਾ, ਬੜੀ ਕਮਾਲ ਦੀ ਗੱਲ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਰੈਸ਼ਨਲਾਈਜੇਸ਼ਨ ਹੈ ਸੋਸਾਇਟੀ ਦੀ ਉਹ ਇੰਨੀ ਡਿਜ਼ਾਇਰੇਬਲ ਵੀ ਨਹੀਂ ਸੀ ਜੀ। ਪਹਿਲਾਂ ਇਹ ਮੰਨਿਆ ਜਾਂਦਾ ਸੀ, ਪਹਿਲਾਂ ਜਿਹੜੀ ਮਿਥ ਆਫ ਪ੍ਰੋਗਰੈਸ ਚੱਲਦੀ ਸੀ, ਮਿਥ ਆਫ ਪ੍ਰੋਗਰੈਸ ਦਾ ਭਾਵ ਸੀ ਵੀ ਜਿਵੇਂ ਜਿਵੇਂ ਸਾਇੰਸ ਤੇ ਟੈਕਨੋਲੋਜੀ ਵੱਧਦੀਆਂ ਜਾਣਗੀਆਂ ਉਵੇਂ ਉਵੇਂ ਸੋਸਾਇਟੀ ਦੀਆਂ ਪ੍ਰੋਬਲਮ ਹੈ ਉਹ ਦੂਰ ਹੁੰਦੀਆਂ ਜਾਣਗੀਆਂ, ਤੇ ਅਲਟੀਮੇਟਲੀ ਉਹ ਪ੍ਰੋਗਰੈਸ ਇਹੋ ਜਿਹੇ ਥਾਂ ਤੇ ਪੜਾਅ ਤੇ ਪਹੁੰਚ ਜੂਗੀ ਜਿੱਥੇ ਸੋਸਾਇਟੀ ਦੇ ਵਿੱਚ ਕੋਈ ਪ੍ਰੋਬਲਮ ਰਹੂਗੀ ਨਹੀਂ, ਇੱਕ ਐਬਸੋਲੂਟ ਯੂਟੋਪੀਆ ਜਿਹੜਾ ਉਹ ਦੁਨੀਆਂ ਤੇ ਪੈਦਾ ਹੋ ਜੂਗਾ। ਬਿਲਕੁਲ, ਇਹ ਥਿਊਰੀ ਹੈ ਜਿਹੜੀ ਇਹ ਬੇਸਿਕਲੀ ਸੈਕੂਲਰਾਈਜੇਸ਼ਨ ਥਿਊਰੀ ਦਾ ਬੇਸ ਸੀਗੀ ਜੀ, ਮਿਥ ਆਫ ਪ੍ਰੋਗਰੈਸ। ਇਹ ਥਿਊਰੀ ਹੈ ਜਿਹੜੀ 20th century ਦੇ ਵਿੱਚ ਬਹੁਤ ਬੁਰੇ ਤਰੀਕੇ ਨਾਲ ਭੰਨੀ ਗਈ। ਬੁਰੇ ਤਰੀਕੇ ਨਾਲ ਕਿਵੇਂ ਭੰਨੀ ਗਈ ਕਿ ਜਦੋਂ ਦੋ ਜੰਗਾਂ ਹੋਈਆਂ ਵਿਸ਼ਵ ਜੰਗਾਂ, ਉਹਨਾਂ ਵਿੱਚ ਤਬਾਹੀ ਬਹੁਤ ਜ਼ਿਆਦਾ ਹੋਈ ਜੀ, ਤੇ ਖਾਸ ਕਰਕੇ ਦੂਜੀ ਵਿਸ਼ਵ ਜੰਗ ਦੇ ਵਿੱਚ ਜਿਹੜਾ ਯਹੂਦੀਆਂ ਦਾ ਜੈਨੋਸਾਈਡ ਹੋਇਆ ਜੀ, ਉਹਦੇ ਤੋਂ ਉਹਦੇ ਬਾਰੇ ਜਿੰਨੀਆਂ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਵਿਦਵਾਨਾਂ ਨੇ, ਉਹਦੇ ਚੋਂ ਕੁਛ ਵਿਦਵਾਨ ਆਉਂਦੇ ਆ ਜਿਵੇਂ ਇੱਕ ਜ਼ਿਗਮੰਡ ਬਾਮਨ, ਉਹਨਾਂ ਨੇ ਲਿਖਿਆ ਮਾਡਰਨਿਟੀ ਐਂਡ ਦੀ ਹੋਲੋਕੌਸਟ ਬਾਰੇ ਜੀ। ਉਹਨਾਂ ਨੇ ਕਿਹਾ ਵੀ ਜਿਹੜੀ ਰੈਸ਼ਨਲਾਈਜੇਸ਼ਨ ਹੈ ਨਾ ਸੋਸਾਇਟੀ ਦੀ ਜੀ, ਉਹਦੇ ਵਿੱਚ ਜੜ ਪਈ ਹੈ ਹੋਲੋਕੌਸਟ ਦੀ ਜੀ, ਉਹਦੇ ਚੋਂ ਜੈਨੋਸਾਈਡ ਨਿਕਲਿਆ ਕਿ ਸੋਸਾਇਟੀ ਨੂੰ ਇੱਕ ਰੂਲ ਬੇਸਡ ਡਿਸਿਪਲਿਨਡ ਐਂਟੀਟੀ ਸਮਝਣਾ, ਸੋਸਾਇਟੀ ਨੂੰ ਮਸ਼ੀਨ ਸਮਝ ਕੇ ਚਲਾਉਣਾ, ਇਹਦੇ ਵਿੱਚ ਜੈਨੋਸਾਈਡ ਪਿਆ। ਉਹਦੇ ਚ ਫਿਰ ਜਿਹੜੀ ਵੀ ਚੀਜ਼ ਅਨਵਾਂਟਿਡ ਆ, ਜਦੋਂ ਹੁਣ ਤੁਸੀਂ ਮਸ਼ੀਨ ਨੂੰ ਐਜ਼ ਅ ਮਸ਼ੀਨ ਟ੍ਰੀਟ ਕਰਦੇ ਆ ਜੀ, ਜਿਹੜੀ ਵੀ ਚੀਜ਼ ਅਨਵਾਂਟਿਡ ਆ ਉਹਨੂੰ ਤੁਸੀਂ ਗਾਰਬੇਜ ਕਰ ਦਿੰਦੇ ਆ ਜੀ। ਸੋ ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਵੀ ਵਿਹਾਰ ਕੀਤਾ ਗਿਆ ਜਰਮਨੀ ਦੇ ਵਿੱਚ ਵੀ, ਤੇ ਸਾਰੀ ਦੀ ਸਾਰੀ ਕਲੋਨੀਅਲਿਜ਼ਮ ਦੀ ਹਿਸਟਰੀ ਹੈ ਜਿਹੜੀ ਉਹਦੇ ਵਿੱਚ ਵੀ ਬੰਦਿਆਂ ਨੂੰ ਇਸੇ ਤਰ੍ਹਾਂ ਹੀ ਐਜ਼ ਇੰਸਟਰੂਮੈਂਟਸ ਆ ਜਿਹੜੇ ਯੂਜ਼ ਕੀਤਾ ਗਿਆ। ਜੇ ਉਹ ਉਹਨਾਂ ਤੋਂ ਕੰਮ ਲਿਆ ਜਾ ਸਕਦਾ ਤਾਂ ਕੰਮ ਲਓ, ਨਹੀਂ ਤਾਂ ਉਹਨਾਂ ਨੂੰ ਜਿਵੇਂ ਡਿਸਪੋਜ਼ ਕਰ ਦਿਓ ਜੀ। ਸੋ ਇਸ ਤਰ੍ਹਾਂ ਦੀ ਜਿਵੇਂ ਜਿਹੜੀ ਰੈਸ਼ਨਲਾਈਜੇਸ਼ਨ ਹੈ ਉਹਦੀ ਨੈਗੇਟਿਵ ਤੇ ਡਾਰਕ ਸਾਈਡ ਆ ਜੀ, ਜਿਹੜੀ ਸੈਕੂਲਰਿਜ਼ਮ ਨੂੰ ਡਰਾਈਵ ਕਰਦੀ ਹੈ ਜੀ। ਹੁਣ ਜਿਹੜੇ ਤਾਂ ਲੋਕ ਇਸ ਗੱਲ ਨੂੰ ਸਮਝ ਗਏ, ਉਹਨਾਂ ਨੇ ਤਾਂ ਦੁਨੀਆਂ ਨੂੰ ਹੋਰ ਤਰੀਕੇ ਨਾਲ ਤੇ ਰਿਲੀਜਨ ਨੂੰ ਵੀ ਹੋਰ ਤਰੀਕੇ ਨਾਲ ਤੇ ਪੋਲੀਟਿਕਸ ਨੂੰ ਵੀ ਹੋਰ ਤਰੀਕੇ ਨਾਲ ਸਮਝਣਾ ਸ਼ੁਰੂ ਕਰਤਾ ਜੀ। ਜਿਹੜੇ ਲੋਕ ਨਹੀਂ ਸਮਝੇ ਉਹਨਾਂ ਨੇ ਰਿਲੀਜਨ ਐਂਡ ਪੋਲੀਟਿਕਸ ਦੀ ਸੈਪਰੇਸ਼ਨ ਨੂੰ ਇੱਕ ਕਲੀਸ਼ੇਡ ਮੰਤਰ ਬਣਾ ਲਿਆ ਜੀ। ਜਿਵੇਂ ਆਪਣੇ
ਪੰਜਾਬੀ ਦੇ ਵਿੱਚ ਇੱਕ ਕਹਾਵਤ ਚੱਲਦੀ ਹੈ, ਨੀਮ ਹਕੀਮ ਖਤਰਾ ਜਾਨ ਜੀ। ਹੁਣ ਉਹ ਕਹਾਵਤ ਦਾ ਇੱਕ ਥੋੜਾ ਜਿਹਾ ਆਪਾਂ ਨੂੰ ਬਦਲਵਾਂ ਰੂਪ ਹੈ ਜਿਹੜਾ ਉਹ ਚਲਾਉਣਾ ਚਾਹੀਦਾ ਜੀ। ਬਈ ਜਿਹਨੂੰ ਆਪਾਂ ਕਹਿ ਸਕਦੇ ਹਾਂ ਨੀਮ ਵਿਦਵਾਨ ਖਤਰਾਏ ਕੌਮ ਜੀ ਤੇ ਕੌਮ ਵੀਰਾਨ ਜੀ। ਜਿਹੜੇ ਨੀਮ ਵਿਦਵਾਨ ਜਦੋਂ ਕਿਸੇ ਕੌਮ ਚ ਪੈਦਾ ਹੋ ਜਾਂਦੇ ਉਹਨੂੰ ਵੀਰਾਨ ਕਰ ਦਿੰਦੇ ਆ। ਬਿਲਕੁਲ ਜੀ। ਹੁਣ ਗੱਲ ਹੋ ਰਹੀ ਹੈ ਜਿਹੜੀ ਪੰਜਾਬ ਦੇ ਸੰਦਰਭ ਦੇ ਵਿੱਚ, ਜਿਹੜੇ ਪੰਜਾਬ ਦੇ ਖੱਬੇ ਪੱਖੀ ਹੈ ਉਹ ਵੀ ਤੇ ਜਿਹੜੇ ਪੰਜਾਬ ਦੇ ਸੈਕੂਲਰ ਇੰਟਲੈਕਚੁਅਲਸ ਹੈ ਉਹ ਵੀ, ਉਹਨਾਂ ਨੇ ਵੈਸਟ ਦੇ ਨਾਲ ਬਹੁਤ ਹੀ ਡੀਪ ਇੰਗੇਜਮੈਂਟ ਕੀਤੀ ਨੀ, ਵੈਸਟਰਨ ਥੋਟ ਨਾਲ ਉਹਨਾਂ ਨੇ ਬੇਸਿਕਲੀ ਕੁਛ ਵੀ ਨੀ ਕੀਤਾ ਗਾ ਜੀ। ਉਹਦੇ ਚੋਂ ਉਹਨਾਂ ਨੇ ਕੁਛ ਘੜੇ ਕਢਾਏ ਆ ਜਿਹੜੇ ਸੈਂਟੈਂਸ ਉਹ ਉਧਾਰੇ ਲੈ ਲਏ ਵੀ ਧਰਮ ਤੇ ਰਾਜਨੀਤੀ ਅਲੱਗ ਹੋਣੇ ਚਾਹੀਦੇ ਆ ਜੀ, ਜਿਵੇਂ ਹੁਣ ਭਗਵੰਤ ਮਾਨ ਦੇ ਵੀ ਅਰਜੀ ਗੱਲਾਂ ਮਾਰੀ ਜਾਂਦੇ ਆ ਜੀ। ਹੁਣ ਮੈਨੂੰ ਤਾਂ ਲੱਗਦਾ ਨੀ ਗਾ ਉਹਨੇ ਸਾਰੀ ਉਮਰ ਚ ਆਪਦੀ ਚ ਕੋਈ ਕਿਤਾਬ ਪੜ੍ਹੀ ਹੋਣੀ ਹੈ ਪੂਰੀ ਜੀ। ਉਹ ਜਿਵੇਂ ਬਿਲਕੁਲ ਕੋਈ ਇੰਗੇਜਮੈਂਟ ਨੀ ਆਈਡੀਆ ਨਾਲ ਜੀ, ਤੇ ਘੜੇ ਘੜਾਏ ਵਿਚਾਰ ਚੱਕ ਕੇ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਜਿਹੜੇ ਉਹ ਪ੍ਰਚਲਿਤ ਕਰੀ ਜਾਣਾ ਜੀ, ਕਿਉਂ ਫਿਰ ਲੋਕੀ ਬਹੁਤੇ ਜਿਹੜੇ ਉਹ ਬਲਾਈਂਡਲੀ ਫੋਲੋ ਹੀ ਕਰਦੇ ਆ ਜੀ। ਸੋ ਇਹਦੇ ਜਿਹੜੀ ਆਇਰੋਨਿਕ ਗੱਲ ਇਹ ਹੈ ਕਿ ਜਿਹੜੇ ਲੋਕ ਰਿਲੀਜਨ ਐਂਡ ਪੋਲੀਟਿਕਸ ਨੂੰ ਸੈਪਰੇਟ ਕਰਨ ਦੀ ਵਕਾਲਤ ਕਰਦੇ ਆ ਜੀ, ਉਹ ਆਮ ਕਰਕੇ ਜੇ ਤੁਸੀਂ ਉਹਨਾਂ ਦੀ ਗੱਲ ਸੁਣੋ ਤਾਂ ਉਹ ਕਹਿਣਗੇ ਦੇਖੋ ਜੀ ਹਰ ਚੀਜ਼ ਨੂੰ ਵਿਚਾਰਨਾ ਚਾਹੀਦਾ, ਹਰ ਚੀਜ਼ ਨੂੰ ਤਰਕ ਨਾਲ ਕਰਨਾ ਚਾਹੀਦਾ, ਸਮਝਣਾ ਚਾਹੀਦਾ, ਇਸ ਤਰ੍ਹਾਂ ਦੀਆਂ ਗੱਲਾਂ ਉਹ ਅਕਸਰ ਹੀ ਕਰਦੇ ਆ ਜੀ। ਪਰ ਆਇਰੋਨਿਕ ਗੱਲ ਇਹ ਹੈ ਵੀ ਸਭ ਤੋਂ ਵੱਧ ਬਲਾਈਂਡ ਫੇਥ ਉਹ ਰੱਖਦੇ ਆ, ਉਹ ਇਸ ਗੱਲ ਨੂੰ ਬਲਾਈਂਡਲੀ ਫੋਲੋ ਕਰਦੇ ਕਿਉਂਕਿ ਉਹ ਇਹਨੂੰ ਅੰਡਰਸਟੈਂਡ ਹੀ ਨੀ ਕਰਦੇ, ਉਹਨੇ ਕਦੇ ਕੋਸ਼ਿਸ਼ ਹੀ ਨੀ ਕੀਤੀ ਵੀ ਸਮਝਿਆ ਜਾਵੇ ਸੈਕੂਲਰਿਜ਼ਮ ਪੈਦਾ ਕਿੱਥੋਂ ਹੋਇਆ ਜੀ, ਸੈਕੂਲਰਿਜ਼ਮ ਹੋਂਦ ਚ ਆਇਆ ਕਿਵੇਂ, ਇਹ ਰਿਲੀਜਨ ਐਂਡ ਪੋਲੀਟਿਕਸ ਦਾ ਆਈਡੀਆ ਜਿਹੜਾ ਇਹਦੀ ਜੜ ਕਿੱਥੋਂ ਪੈਦਾ ਹੋਈ, ਇਹ ਆਇਆ ਕਿਵੇਂ, ਕਿਵੇਂ ਇਹ ਡੋਮੀਨੇਟ ਕੀਤਾ, ਇਹ ਚੰਗਾ ਹੈ ਜਾਂ ਮਾੜਾ ਹੈ, ਪੋਜ਼ਿਟਿਵ ਹੈ ਕਿ ਨੈਗੇਟਿਵ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਵੀ ਘੰਟਾ ਇਸ ਕੰਮ ਤੇ ਨਹੀਂ ਲਾਇਆ, ਪੰਜਾਬ ਦੇ ਸੰਦਰਭ ਦੇ ਵਿੱਚ ਬਹੁਤੇ ਲੋਕਾਂ ਬਾਰੇ ਮੈਂ ਇਹ ਕਹਿ ਸਕਦਾ ਜੀ। ਸੋ ਬਲਾਈਂਡਲੀ ਫੋਲੋ ਕਰੀ ਜਾਂਦੇ ਆ, ਸਗੋਂ ਉਹ ਜਿਹੜੀ ਚੀਜ਼ ਨੂੰ ਕੱਟਦੇ ਆ ਕਿ ਬਲਾਈਂਡ ਫੇਥ ਮਾੜਾ ਹੁੰਦਾ, ਰਿਲੀਜਨ ਜਿਹੜਾ ਬਲਾਈਂਡ ਫੇਥ ਹੈ, ਉਸੇ ਨੂੰ ਹੀ ਆਪ ਪ੍ਰੈਕਟੀਕਲੀ ਆਪਦੀ ਲਾਈਫ ਚ ਲਾਗੂ ਕਰ ਰਹੇ ਹੁੰਦੇ ਜੀ। ਹਾਂਜੀ। ਸੋ ਇੱਥੇ ਮੈਂ ਜਿਹੜਾ ਮੇਨ ਸਟ੍ਰੀਮ ਸੈਕੂਲਰਾਈਜੇਸ਼ਨ ਦੀ ਥਿਊਰੀ ਹੈ ਜਿਹੜੀ ਜਿਹੜੀ ਡਿਬੰਕ ਹੋ ਚੁੱਕੀ ਹੈ ਹੁਣ ਜੀ, ਉਹਦੀ ਆਪਾਂ ਗੱਲ ਕੀਤੀ ਹੈ ਕਿ ਉਹ ਇਹ ਨੀ ਹੈਗਾ ਕਿ ਸਾਇੰਸ ਤੇ ਟੈਕਨੋਲੋਜੀ ਦੀ ਪ੍ਰੋਗਰੈਸ ਨਾਲ ਰਿਲੀਜੀਅਸ ਬਿਲੀਫ ਹੈ ਜਿਹੜੇ ਇਰਰੈਲੇਵੈਂਟ ਹੋ ਗਏ ਤੇ ਲੋਕੀ ਮਨੋਂ ਹਟ ਗਏ, ਗਲਤ ਥਿਊਰੀ ਸੀ ਜੀ। ਸੋ ਇਹਦੇ ਮੁਕਾਬਲੇ ਤੇ ਇੱਕ ਵਿਦਵਾਨ ਨੇ ਕੈਨੇਡਾ ਦੇ ਫਿਲੋਸਫਰ ਨੇ ਬਹੁਤ ਵੱਡੇ, ਚਾਰਲਸ ਟੇਲਰ ਜੀ, ਉਹਨਾਂ ਨੇ ਇੱਕ 2007 ਦੇ ਵਿੱਚ ਬੁੱਕ ਲਿਖੀ ਅ ਸੈਕੂਲਰ ਏਜ, ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਇਹ ਕਿਹੜੀ ਬੁੱਕ ਲਿਖੀ ਜਿਹਨੂੰ ਨਾਮ ਦਰਾ ਦੋ ਅ ਸੈਕੂਲਰ ਏਜ, ਸੈਕੂਲਰ ਏਜ ਠੀਕ ਹੈ ਜੀ, ਬਹੁਤ ਵੱਡੀ ਕਿਤਾਬ ਹੈ, 800 ਦੇ ਕਰੀਬ ਸਫ਼ੇ ਦੀ ਕਿਤਾਬ ਹੈ, ਬਹੁਤ ਜ਼ਿਆਦਾ ਚਰਚਾ ਦੇ ਵਿੱਚ ਉਹ ਰਹੀ ਸੀਗੀ, ਹੁਣ ਤੱਕ ਹੈ 2007 ਤੋਂ ਲੈ ਕੇ ਜੀ। ਸੋ ਉਹਦੇ ਚ ਇੱਕ ਤਾਂ ਜਿਹੜੀ ਇਹ ਮੇਨ ਸਟ੍ਰੀਮ ਜਿਹੜੀ ਥਿਊਰੀ ਹੈ ਇਹਦੀ ਇਹਦਾ ਕ੍ਰਿਟੀਕ ਦਿੱਤਾ ਬਹੁਤ ਭਰਵਾਂ ਜੀ, ਦੂਸਰਾ ਇੱਕ ਉਹਨੇ ਆਲਟਰਨੇਟਿਵ ਥਿਊਰੀ ਦਿੱਤੀ, ਉਹ ਆਲਟਰਨੇਟਿਵ ਥਿਊਰੀ ਜਿਹੜੀ ਬਹੁਤ ਇੰਟਰਸਟਿੰਗ ਹੈ ਜੀ, ਉਹ ਆਲਟਰਨੇਟਿਵ ਥਿਊਰੀ ਹੈ ਜਿਹੜੀ ਉਹ ਇਹ ਹੈ ਕਿ ਕ੍ਰਿਸਚੀਅਨਿਟੀ ਦੀਆਂ ਇੰਟਰਨਲ ਪ੍ਰੋਬਲਮ ਸੀ ਜਿਹਦੇ ਵਿੱਚੋਂ ਰਿਲੀਜਨ ਤੇ ਪੋਲੀਟਿਕਸ ਦੀ ਸੈਪਰੇਸ਼ਨ ਨਿਕਲੀ ਜੀ, ਇਹ ਨਹੀਂ ਸੀ ਕਿ ਰਿਲੀਜਨ ਤੋਂ ਬਾਹਰੋਂ ਕੋਈ ਚੀਜ਼ ਹੈ ਜਿਹੜਾ ਉਹਦਾ ਇਫੈਕਟ ਸੀ ਨਾ ਜੀ। ਬਿਲਕੁਲ ਜੀ। ਸੋ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਪਹਿਲਾਂ ਆਖਿਆ ਕਿ ਜਿਹੜਾ ਯੂਰਪ ਆ ਉਹ ਤਿੰਨ ਚਾਰ ਸਾਲਾਂ ਤੋਂ ਉਹਦੀ ਇਜਾਰੇਦਾਰੀ ਆ, ਉਹਦੀ ਇਹਦੇ ਵਿੱਚ ਪੜ੍ਹਨ ਪੜ੍ਹਾਉਣ ਦੇ ਵਿੱਚ ਵੀ ਤੇ ਰਾਜ ਕਰਨ ਦੇ ਵਿੱਚ ਵੀ, ਸੋ ਜਿਹੜਾ ਯੂਰਪ ਦਾ ਧਰਮ ਸੀਗਾ ਜਿਹੜੀਆਂ ਉਹਦੀਆਂ ਪ੍ਰੋਬਲਮ ਸੀ ਉਹਨਾਂ ਨੇ ਉਹੀ ਸਾਰੀ ਦੁਨੀਆਂ ਦੇ ਧਰਮਾਂ ਦੇ ਉੱਤੇ ਪ੍ਰੋਬਲਮ ਆਪਣੀਆਂ ਲਾਗੂ ਕਰ ਦਿੱਤੀਆਂ ਕਿ ਜੇ ਜਿਹੜਾ ਸਾਡਾ ਹੱਲ ਆ ਉਹੀ ਦੁਨੀਆਂ ਦਾ ਹੱਲ ਆ ਜੀ। ਸੋ ਉਹ ਪ੍ਰੋਬਲਮ ਕੀ ਸੀ, ਉਹ ਪ੍ਰੋਬਲਮ ਆ ਜਿਹੜੀਆਂ ਉਹ ਸਮਝਣੀਆਂ ਅੱਜ ਦੀ ਘੜੀ ਸਿੱਖਾਂ ਵਾਸਤੇ ਸਭ ਤੋਂ ਜ਼ਰੂਰੀ ਕੰਮ ਹੈ, ਕਿਉਂਕਿ ਉਹੀ ਪ੍ਰੋਬਲਮਸ ਅੱਜ ਸਿੱਖਾਂ ਦੇ ਵਿੱਚ ਪੈਦਾ ਹੋ ਰਹੀਆਂ ਜੀ, ਜਿਹੜਾ ਹਾਲ ਯੂਰਪ ਦੇ ਵਿੱਚ ਕ੍ਰਿਸਚੀਅਨਿਟੀ ਦਾ ਹੋਇਆ ਜੀ, ਉਹਦੇ ਤੋਂ ਵੀ ਮਾੜਾ ਹਾਲ ਆ ਜਿਹੜਾ ਸਿੱਖਾਂ ਦਾ ਹੋਣ ਜਾ ਰਿਹਾ ਆਪਣੀਆਂ ਅੱਖਾਂ ਦੇ ਸਾਹਮਣੇ ਰਾਈਟ ਨਾਓ ਜੀ, ਉਹਦੇ ਤੋਂ ਮਾੜਾ ਹੋਊਗਾ ਕਿਉਂਕਿ
ਯੂਰਪ ਦੇ ਵਿੱਚ ਜਿਹੜੀ ਪਾਵਰ ਹੈ ਉਹ ਲਾ ਪਾ ਕੇ ਕ੍ਰਿਸਚੀਅਨਸ ਕੋਲੇ ਹੀ ਰਹੀ, ਭਾਵੇਂ ਉਹ ਸੈਕੂਲਰਾਈਜ਼ ਹੋ ਗਏ ਤੇ ਭਾਵੇਂ ਉਹ ਨਹੀਂ ਹੋਏ ਜੀ, ਪਰ ਸਿੱਖ ਹੈ ਜਿਹੜੇ ਉਹਨਾਂ ਕੋਲ ਪਾਵਰ ਵੀ ਹੈ ਨੀ ਗੀ। ਸੋ ਇਸ ਕਰਕੇ ਜੇ ਉਸ ਰਾਹ ਤੇ ਪੈਂਦੇ ਆ ਕ੍ਰਿਸਚੀਅਨਿਟੀ ਵਾਲੇ ਰਾਹ ਤੇ ਤਾਂ ਸਿੱਖਾਂ ਤੇ ਬਹੁਤ ਘਾਤਕ ਨਤੀਜੇ ਨਿਕਲਣਗੇ ਇਸ ਗੱਲ ਦੇ। ਸੋ ਇਹ ਗੱਲ ਆਪਾਂ ਨੂੰ ਥੋੜੀ ਖੋਲ ਕੇ ਕਰਨੀ ਚਾਹੀਦੀ ਹੈ। ਸੋ ਕ੍ਰਿਸਚੀਅਨਿਟੀ ਦੇ ਵਿੱਚ ਹੋਇਆ ਕੀ ਕਿ ਰੋਮਨ ਕੈਥੋਲਿਕ ਚਰਚ ਜਿਹੜਾ ਉਹ ਕਰਪਟ ਹੋ ਗਿਆ ਜੀ। ਉਹ ਕਰਪਟ ਹੋਣ ਨਾਲ ਉਹਦੇ ਖਿਲਾਫ਼ ਬਗਾਵਤ ਉੱਠੀ ਜੀ। ਉਹ ਬਗਾਵਤ ਨੇ ਰੂਪ ਲਿਆ ਪ੍ਰੋਟੈਸਟੈਂਟਿਜ਼ਮ ਦਾ ਜੀ। ਸੋ ਜਿਹੜਾ ਪ੍ਰੋਟੈਸਟੈਂਟਿਜ਼ਮ ਹੈ ਉਹਨੂੰ ਸਮਝਣ ਦੀ ਲੋੜ ਹੈ। ਪ੍ਰੋਟੈਸਟੈਂਟ ਕ੍ਰਿਸਚੀਅਨਿਟੀ ਹੈ ਨਾ ਜਿਹੜੀ, ਉਹਨੇ ਬੇਸਿਕਲੀ ਉਸ ਕ੍ਰਿਸਚੀਅਨਿਟੀ ਦਾ ਇੱਕ ਸੈਕੂਲਰਾਈਜ਼ਡ ਵਰਜ਼ਨ ਹੈ ਜੀ। ਉਹ ਪ੍ਰੋਟੈਸਟੈਂਟ ਰਿਵੋਲਟ ਜਿਹੜਾ ਉੱਠਿਆ ਉਹਨੇ ਕੀਤਾ ਕੀ ਕਿ ਉਹਨੇ ਰਿਲੀਜਨ ਦੀ ਇੱਕ ਜਿਹੜੀ ਅਫੈਕਟਿਵ ਸਾਈਡ ਹੁੰਦੀ ਹੈ, ਰਿਲੀਜਨ ਜਿਹੜਾ ਉਹ ਬੰਦੇ ਦੀਆਂ ਇਮੋਸ਼ਨਸ ਨੂੰ ਅਪੀਲ ਕਰਦਾ ਜੀ, ਉਹਦੇ ਨਾਲ ਉਹਦਾ ਤੋੜ ਵਿਛੋੜਾ ਕਰਵਾ ਕੇ ਉਹਨੂੰ ਕੰਪਲੀਟਲੀ ਇੱਕ ਰੈਸ਼ਨਲ ਐਕਸਰਸਾਈਜ਼ ਬਣਾਤਾ ਜੀ, ਉਹਦੀ ਅਫੈਕਟਿਵ ਸਾਈਡ ਖਤਮ ਕਰਤੀ। ਹੁਣ ਇਹਦੇ ਤੋਂ ਭਾਵ ਕੀ ਹੈ, ਜਿਵੇਂ ਹੁਣ ਆਪਾਂ ਜਦੋਂ ਗੁਰੂ ਘਰ ਜਾਂਦੇ ਹਾਂ, ਖਾਸ ਕਰਕੇ ਜਿਹੜੇ ਇਤਿਹਾਸਕ ਗੁਰਦੁਆਰਾ ਹੀ ਹੈ ਉੱਥੇ ਆਪਾਂ ਦਰਸ਼ਨ ਕਰਨ ਜਾਂਦੇ ਹਾਂ, ਤਾਂ ਆਪਾਂ ਉੱਥੇ ਕੋਈ ਪ੍ਰੈਜੈਂਸ ਫੀਲ ਕਰਦੇ ਹਾਂ, ਉੱਥੇ ਬਹਿੰਦੇ ਹਾਂ। ਜਿਹੜੇ ਦੁਨੀਆਂ ਭਰ ਦੇ ਵਿੱਚੋਂ ਜਿਹੜੇ ਯਾਤਰੀ ਦਰਬਾਰ ਸਾਹਿਬ ਜਾਂਦੇ ਨੇ ਉਹ ਇਹ ਗੱਲ ਦੀ ਗਵਾਹੀ ਦਿੰਦੇ ਆ ਵੀ ਉੱਥੇ ਜਾ ਕੇ ਉਹਨਾਂ ਨੂੰ ਕੋਈ ਸਪੈਸ਼ਲ ਫੀਲ ਹੁੰਦਾ ਜੀ, ਉੱਥੇ ਜਾ ਕੇ ਉਹਨਾਂ ਨੂੰ ਕੁਛ ਮਹਿਸੂਸ ਹੁੰਦਾ ਚੰਗਾ, ਜਿਹੜਾ ਕਿ ਚਿਰ ਤੱਕ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੁੰਦਾ ਜੀ। ਹੁਣ ਇਹ ਗੱਲ ਦਾ ਕੋਈ ਰੈਸ਼ਨਲ ਸਾਇੰਟਿਫਿਕ ਬੇਸਿਸ ਤਾਂ ਬਣ ਨਹੀਂ ਸਕਦਾ ਜੀ। ਜਿਹੜੇ ਸਿੱਖੀ ਦੇ ਵਿੱਚ ਹੀ ਕੁਛ ਗਰੁੱਪ ਉੱਥੇ ਹੋਏ ਆ ਜਿਹੜੇ ਜਿਨ੍ਹਾਂ ਨੇ ਪਿਛਲੇ ਕੁਛ ਸਾਲਾਂ ਤੋਂ ਇਹ ਕਹਿਣਾ ਸ਼ੁਰੂ ਕੀਤਾ ਕਿ ਦੇਖੋ ਜੀ ਰੱਬ ਤਾਂ ਹਰ ਜਗ੍ਹਾ, ਸੋ ਫਿਰ ਇੱਕ ਜਗ੍ਹਾ ਜਿਹੜੀ ਜਿਵੇਂ ਦਰਬਾਰ ਸਾਹਿਬ ਆ ਉਹ ਵੱਧ ਪਵਿੱਤਰ ਕਿਵੇਂ ਹੋ ਜੀ। ਐਗਜੈਕਟਲੀ ਇਹੋ ਜਿਹੇ ਆਰਗੂਮੈਂਟ ਆ ਜਿਹੜੇ ਉਹ ਪ੍ਰੋਟੈਸਟੈਂਟ ਦੇ ਰਹੇ ਸੀ ਜੀ ਕੈਥੋਲਿਕ ਚਰਚ ਦੇ ਖਿਲਾਫ਼। ਜਿਵੇਂ ਬੇਸਿਕ ਪੁਆਇੰਟ ਇਹ ਸੀ ਕਿ ਰਿਲੀਜਨ ਆ ਜਿਹੜਾ ਉਹ ਸਿਰਫ ਤੇ ਸਿਰਫ ਇੰਟਲੈਕਚੁਅਲ ਐਕਟੀਵਿਟੀ ਨਹੀਂ, ਉਹ ਇੱਕ ਇੰਬੋਡੀਡ ਪ੍ਰੈਕਟਿਸ ਵੀ ਆ ਜੀ। ਹੁਣ ਜਦੋਂ ਤੁਸੀਂ ਉਹਨੂੰ ਸਿਰਫ ਤੇ ਸਿਰਫ ਇੱਕ ਇੰਟਲੈਕਚੁਅਲ ਐਕਟੀਵਿਟੀ ਬਣਾ ਦਿੰਦੇ ਆ ਨਾ ਜੀ, ਤਾਂ ਉਹਦਾ ਉਹਦੀ ਜੜ ਹੈ ਜਿਹੜੀ ਬੰਦਿਆਂ ਦੇ ਮਨਾਂ ਦੇ ਵਿੱਚ ਜਿਹੜੀ ਡੂੰਘੀ ਲੱਗੀ ਹੁੰਦੀ ਹੈ ਉਹ ਪੱਟੀ ਜਾਂਦੀ ਹੈ ਜੀ। ਇਹੀ ਹੱਲ ਗੱਲ ਹੈ ਜਿਹੜੀ ਉਹ ਕ੍ਰਿਸਚੀਅਨਿਟੀ ਨਾਲ ਵਾਪਰੀ। ਜਦੋਂ ਪ੍ਰੋਟੈਸਟੈਂਟਿਜ਼ਮ ਦੀ ਉਹ ਡਿਵੀਜ਼ਨ ਪੈਣ ਦੇ ਨਾਲ ਹੌਲੀ 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 ਲੋਕ ਆ ਜਿਹੜੇ ਉਹ, ਕਿਉਂਕਿ ਉਹਨਾਂ ਦੀਆਂ ਇਮੋਸ਼ਨਲ ਟਾਈਜ਼ ਆ ਜਿਹੜੀਆਂ ਉਹ ਪ੍ਰੋਟੈਸਟੈਂਟਿਜ਼ਮ ਨੇ ਕ੍ਰਿਸਚੀਅਨਿਟੀ ਨਾਲ ਇਮੋਸ਼ਨਲ ਟਾਈਜ਼ ਤੋੜਦੀਆਂ ਜੀ। ਇਮੋਸ਼ਨਲ ਟਾਈਜ਼ ਟੁੱਟਣ ਨਾਲ ਹੌਲੀ 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 ਅਗਲੀਆਂ ਜਿਹੜੀਆਂ ਪੀੜ੍ਹੀਆਂ ਆਈਆਂ ਉਹ ਕੰਪਲੀਟਲੀ ਸੈਕੂਲਰਾਈਜ਼ ਹੋ ਗਈਆਂ, ਉਹਨਾਂ ਦੇ ਉਹਨਾਂ ਨੇ ਕ੍ਰਿਸਚੀਅਨਿਟੀ ਨਾਲ ਨਾਤੇ ਤੋੜ ਦਿੱਤਾ ਜੀ। ਐਗਜੈਕਟਲੀ ਇਹੀ ਗੱਲ ਆ ਜਿਹੜੀ ਉਹ ਸਿੱਖੀ ਦੇ ਵਿੱਚ ਹੋ ਰਹੀ ਆ ਜੀ। ਸਿੱਖੀ ਦੇ ਵਿੱਚ ਇੱਕ ਆਧੁਨਿਕ ਵਿਚਾਰਧਾਰਾ ਦੇ ਅਨੁਸਾਰ ਜਿਹੜੀ ਗੁਰਬਾਣੀ ਦੀ ਵਿਆਖਿਆ ਕਰਨ ਵਾਲਾ ਇੱਕ ਗਰੁੱਪ ਪੈਦਾ ਹੋ ਗਿਆ ਜੀ, ਉਹਨੇ ਤਰਕ ਨੂੰ ਅਲਟੀਮੇਟ ਬਣਾ ਲਿਆ ਤੇ ਤਰਕ ਦੇ ਆਧਾਰ ਤੇ ਹਰ ਚੀਜ਼ ਦੀ ਵਿਆਖਿਆ ਕਰਨੀ ਸ਼ੁਰੂ ਕਰਤੀ ਜੀ। ਤੇ ਅਸਲੀ ਨੁਕਸਾਨ ਜਿਹੜਾ ਉਹ ਕਰ ਰਹੇ ਆ ਉਹ ਇਹ ਕਰ ਰਹੇ ਆ ਕਿ ਲੋਕਾਂ ਦੀਆਂ ਇਮੋਸ਼ਨਲ ਟਾਈਜ਼ ਆ ਜਿਹੜੀਆਂ ਉਹ ਸਿੱਖੀ ਨਾਲੋਂ ਤੋੜ ਰਹੇ ਆ ਜੀ। ਜਦੋਂ ਉਹ ਜੇ ਉਹ ਗਰੁੱਪ ਹਾਵੀ ਹੋ ਗਿਆ ਸਿੱਖਾਂ ਦੀਆਂ ਇੰਸਟੀਟਿਊਸ਼ਨ ਤੇ, ਤਾਂ ਜਿੰਨਾ ਘਾਤਕ ਇਹ ਗੱਲ ਹੋਊਗੀ ਸਿੱਖਾਂ ਵਾਸਤੇ ਉਨਾ ਓਨੀ ਘਾਤਕ ਗੱਲ ਸਿੱਖ ਇਤਿਹਾਸ ਦੇ ਵਿੱਚ ਅੱਜ ਤੱਕ ਵਾਪਰੀ ਜੀ। ਸਿੱਖ ਆ ਜਿਹੜੇ ਉਹ ਬਹੁਤ ਵੱਡੇ ਘੱਲੂਘਾਰਿਆਂ ਚੋਂ ਗੁਜ਼ਰੇ ਆ ਤੇ ਹਰ ਵਾਰੀ ਤਕੜੇ ਹੋ ਕੇ ਨਿਕਲੇ ਆ। ਹਰ ਘੱਲੂਘਾਰੇ ਦਾ ਜਵਾਬ ਉਹਨਾਂ ਨੇ ਉਦੋਂ ਵੀ ਵੱਡੀ ਫਾਈਟ ਦੇ ਰੂਪ ਦੇ ਵਿੱਚ ਦਿੱਤਾ ਤੇ ਇਹ ਗੱਲ ਹੁਣ ਤੱਕ 84 ਤੱਕ ਆ ਜਿਹੜੀ ਸਹੀ ਸਾਬਤ ਹੋਈ ਆ। 84 ਦੇ ਘੱਲੀ ਘਰ ਤੋਂ ਬਾਅਦ ਵੀ ਪੰਥ ਨੇ ਬਹੁਤ ਵੱਡੀ ਆ ਜਿਹੜੀ ਇੱਕ ਫਾਈਟ ਦਿੱਤੀ ਜੀ। ਪਰ ਜੇ ਇਹ ਨਵੀਂ ਇੰਟਰਪ੍ਰੀਟੇਸ਼ਨ ਇਹ ਨਵਾਂ ਸਿੱਖੀ ਦਾ ਇੱਕ ਰੂਪ ਆ ਜਿਹੜਾ ਜੇ ਹਾਵੀ ਹੋ ਗਿਆ ਜੀ, ਤਾਂ ਉਹ ਜਿਹੜੀ ਤਾਕਤ ਹੈ ਸੰਘਰਸ਼ ਕਰਨ ਦੀ, ਹਰ ਹੀਲੇ ਜੁੜੇ ਰਹਿਣ ਦੀ, ਹਰ ਹੀਲੇ ਸਿਦਕ ਬਰਕਰਾਰ ਰੱਖਣ ਦੀ, ਉਹ ਜਿਹੜੀ ਉਹਦੇ ਸੋਮੇ ਆ ਜਿਹੜੇ ਉਹ ਸੁੱਕਣੇ ਸ਼ੁਰੂ ਹੋ ਜਾਣਗੇ ਜੀ।
ਬਿਲਕੁਲ ਜੇ ਖੁੱਲ ਕੇ ਗੱਲ ਕਰਨੀ ਹੋਵੇ ਕਿ ਸਿੱਖਾਂ ਨੇ ਅੱਜ ਤੱਕ ਜਿਹੜੀਆਂ ਲੜਾਈਆਂ ਬੜੇ ਵੱਡੇ ਵੱਡੇ ਉਹਨਾਂ ਦੇ ਉੱਤੇ ਘੱਲੂਘਾਰੇ ਹੋਏ ਆ, ਪਰ ਉਹਨਾਂ ਨੇ ਆਪਣੇ ਗੁਰੂ ਸਾਹਿਬਾਨ ਤੋਂ ਬਾਅਦ ਸਿਧਾਂਤ ਦੀ ਕੋਈ ਨਵੀਂ ਵਿਆਖਿਆ ਨਹੀਂ ਕੀਤੀ ਆਪਣੀ ਮਤ ਦੇ ਨਾਲ, ਜਾਂ ਕਿਸੇ ਹੋਰ ਮਤ ਤੋਂ ਪ੍ਰਭਾਵਿਤ ਹੋ ਗਏ, ਪੱਛਮ ਦੀ ਮਤ ਤੋਂ ਪ੍ਰਭਾਵਿਤ ਹੋ ਗਏ। ਹੁਣ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਉਹ ਇਹ ਹੈ ਕਿ ਸਿੱਖ ਆਪਣੀ ਧਰਮ ਅਤੇ ਰਾਜਨੀਤੀ ਦੀ ਵਿਆਖਿਆ ਨੂੰ ਤੋੜ ਕੇ ਪੱਛਮ ਦੀ ਆਈਡੀਆ ਤੋਂ ਪ੍ਰਭਾਵਿਤ ਕਰਕੇ ਹੋ ਕੇ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਉਹਨੂੰ ਵਿਆਖਿਆ ਕਰਨ। ਹਾਂਜੀ, ਬਾਕੀ ਜਿਹੜੀ ਇੱਕ ਮੈਂ ਪੱਛਮ ਦੀ ਵਿਚਾਰਧਾਰਾ ਦੇ ਸੰਬੰਧ ਦੇ ਵਿੱਚ ਇੱਕ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਵੀ ਪੱਛਮ ਹੈ ਨਾ ਜਿਹੜਾ ਜੀ, ਉਹਨੇ ਆਪਣੇ ਆਪ ਨੂੰ ਯੂਨੀਵਰਸਲਾਈਜ਼ ਕਰਤਾ ਜੀ, ਤੇ ਪੱਛਮ ਦੀ ਹਰ ਵਿਰੋਧ ਹੈ ਜਿਹੜੀ ਉਹ ਵੀ ਪੱਛਮ ਦੇ ਘੇਰੇ ਦੇ ਵਿੱਚ ਰਹਿ ਕੇ ਹੀ ਹੁੰਦੀ ਹੈ ਜੀ, ਕਿਉਂਕਿ ਉਹਦੇ ਘੇਰੇ ਤੋਂ ਬਾਹਰ ਉਹਨੇ ਕੁਛ ਛੱਡਿਆ ਹੀ ਨਹੀਂ। ਜਿਵੇਂ ਜਿਹੜੀ ਮਾਡਰਨ ਟੈਕਨੋਲੋਜੀ ਹੈ ਉਹਦੇ ਤੋਂ ਬਿਨਾਂ ਜਿਹੜੀ ਹਿਊਮਨ ਲਾਈਫ ਹੈ ਜਿਹੜੀ ਉਹ ਕੰਸੀਵ ਕਰਨੀ ਔਖੀ ਹੋ ਜੀ। ਜੇ ਹੁਣ ਅੱਜ ਕੋਈ ਬੰਦਾ ਕਵੇ ਵੀ ਮੈਂ ਟੈਕਨੋਲੋਜੀ ਦਾ ਕੰਪਲੀਟਲੀ ਬਾਈਕਾਟ ਕਰਨਾ ਜੀ, ਪੋਸੀਬਲ ਹੀ ਨਹੀਂ। ਬਿਲਕੁਲ ਕਰੂਗਾ ਕੀ, ਠੀਕ ਹੈ ਨਾ ਜੀ, ਪੋਸੀਬਲ ਹੀ ਨਹੀਂ, ਕਿੱਥੇ ਜਾਊਗਾ। ਜੇ ਉਹ ਕਿਤੇ ਦੂਰ ਪਹਾੜਾਂ ਚ ਜਾ ਕੇ ਜੰਗਲਾਂ ਦੇ ਵਿੱਚ ਜਾ ਕੇ ਝੁੱਗੀ ਪਾਲੂਗਾ ਜੀ, ਕਿਸ਼ਕਾਰ ਖੇਡ ਕੇ ਜਾਂ ਕਿਵੇਂ ਵੀ ਉੱਥੇ ਉਗਾ ਕੇ ਕੁਛ ਖਾਊਗਾ, ਤਾਂ ਵੀ ਜਿਹੜੀ ਹਵਾ ਜਿਹੜੀ ਓਜ਼ੋਨ ਲੇਅਰ ਹੈ ਖਤਮ ਹੋ ਗਈ, ਜਾਂ ਹਵਾ ਦੇ ਵਿੱਚ ਜਿਹੜੇ ਪੋਲਿਊਸ਼ਨ ਦੇ ਕਾਰਨ ਹੈ ਉਹ ਉਹਦੀ ਜ਼ਿੰਦਗੀ ਨੂੰ ਫਿਰ ਵੀ ਪ੍ਰਭਾਵਿਤ ਕਰਦੇ ਰਹਿਣਗੇ। ਸੋ ਜੇ ਤੁਸੀਂ ਧਰਤੀ ਤੇ ਰਹਿੰਦੇ ਆ, ਇਸ ਗ੍ਰਹਿ ਤੇ ਰਹਿੰਦੇ ਆ, ਤੇ ਤੁਹਾਡਾ ਟੈਕਨੋਲੋਜੀ ਤੋਂ ਕੋਈ ਪੂਰਾ ਛੁਟਕਾਰਾ ਨਹੀਂ ਹੋ ਸਕਦਾ, ਕਿਉਂਕਿ ਉਹ ਪਲੈਨੇਟਰੀ ਹੈ ਜੀ, ਪੂਰੇ ਦੇ ਪੂਰੇ ਗਲੋਬ ਨੂੰ ਆਪਦੀ ਗ੍ਰਿਫਤ ਚ ਲਿਆ ਹੋਇਆ। ਹਾਂਜੀ, ਉਸੇ ਤਰ੍ਹਾਂ ਵੈਸਟਰਨ ਵਿਚਾਰਧਾਰਾ ਜੀ, ਕਿ ਉਹਦੇ ਤੋਂ ਮੈਂ ਇਹ ਨੀ ਕਹਿੰਦਾ ਕਿ ਐਬਸੋਲਿਊਟਲੀ ਕੋਈ ਛੁਟਕਾਰਾ ਨੀ ਕਿਹਾ ਉਹਦੇ ਤੋਂ, ਹੋ ਸਕਦਾ ਪਰ ਆਲਮੋਸਟ ਇਮਪੋਸੀਬਲ ਆ। ਜਿਵੇਂ ਜਿਹੜੀਆਂ ਟਰਮਸ ਆ ਨਾ, ਉਹ ਵੀ ਜਦੋਂ ਅਸੀਂ ਟਰਮਸ ਵਰਤਦੇ ਆ ਰਿਲੀਜਨ ਐਂਡ ਪੋਲੀਟਿਕਸ, ਉਹ ਵੀ ਪੱਛਮ ਦੀਆਂ ਦਿੱਤੀਆਂ ਹੋਈਆਂ, ਰਿਲੀਜਨ ਤੋਂ ਸਾਡੀ ਟਰਮ ਹੀ ਨੀ ਗੀ। ਹੁਣ ਜਿਹੜਾ ਸਿੱਖੀ ਜਦੋਂ ਹੋਣ ਦੇ ਵਿੱਚ ਆਉਂਦੀ ਹੈ ਤਾਂ ਜਿਹੜੇ ਗੁਰੂ ਸਾਹਿਬ ਦੇ ਫੋਲੋਅਰ ਸੀ ਉਹਨਾਂ ਨੂੰ ਸ਼ੁਰੂ ਦੇ ਵਿੱਚ ਕਹਿੰਦੇ ਸੀ ਨਾਨਕ ਪੰਥੀ ਜੀ, ਬਾਅਦ ਦੇ ਵਿੱਚ ਖਾਲਸਾ ਸਾਜਨਾ ਤੋਂ ਬਾਅਦ ਬਣ ਗਿਆ ਖਾਲਸਾ ਪੰਥ ਜੀ। ਹੁਣ ਪੰਥ ਹੈ ਜਿਹੜਾ ਸ਼ਬਦ, ਪੰਥ ਰਿਲੀਜਨ ਨਹੀਂ ਹੈ, ਪੰਥ ਦੀ ਟਰਾਂਸਲੇਸ਼ਨ ਰਿਲੀਜਨ ਨਹੀਂ ਹੋ ਸਕਦੀ, ਰਿਲੀਜਨ ਦੀ ਟਰਾਂਸਲੇਸ਼ਨ ਪੰਥ ਨਹੀਂ ਹੋ ਸਕਦੀ ਜੀ। ਪੰਥ ਆ ਜਿਹੜਾ ਉਹਦੀ ਆਪਣੀ ਐਗਜ਼ਿਸਟੈਂਸ ਆ, ਆਪਣੀ ਸ਼ਕਤੀ ਹੈ, ਉਹਦੀ ਵਿਆਖਿਆ ਤੁਸੀਂ ਇੰਗਲਿਸ਼ ਦੇ ਵਿੱਚ ਕਰ ਸਕਦੇ ਹੋ। ਪੰਥ ਵਾਸਤੇ ਤੁਸੀਂ ਇੱਕ ਸ਼ਬਦ ਨਹੀਂ ਲਿਆ ਸਕਦੇ ਇੰਗਲਿਸ਼ ਦੇ ਵਿੱਚ, ਵੀ ਇੱਕੋ ਸ਼ਬਦ ਦੇ ਨਾਲ ਜੇ ਕੋਈ ਕਵੇ ਵੀ ਇੱਕ ਸ਼ਬਦ ਦਿਓ ਇੰਗਲਿਸ਼ ਦੇ ਵਿੱਚ ਪੰਥ ਲਈ, ਉਹ ਨੀ ਤੁਸੀਂ ਦੇ ਸਕਦੇ, ਕਿਉਂਕਿ ਜਿਹੜਾ ਪੰਥ ਦੇ ਪਿੱਛੇ, ਪੰਥ ਸ਼ਬਦ ਦੇ ਪਿੱਛੇ ਜਿਹੜਾ ਐਕਸਪੀਰੀਅੰਸ ਖੜਾ ਸਿੱਖਾਂ ਦਾ, ਉਹ ਐਕਸਪੀਰੀਅੰਸ ਨਹੀਂ ਐਗਜ਼ਿਸਟ ਕਰਦਾ ਦੂਜੀ ਲੈਂਗੁਏਜ ਜੀ, ਉਹਨੂੰ ਕੋਈ ਕਿੱਥੋਂ ਲਿਆਊਗਾ, ਸ਼ਬਦ ਕਿੱਥੋਂ ਲਿਆਊਗਾ, ਉਹ ਜੇ ਐਕਸਪੀਰੀਅੰਸ ਹੀ ਨਹੀਂ ਹੈਗਾ। ਉਹਨੂੰ ਤੁਸੀਂ 5-10 ਸੈਂਟੈਂਸ ਲਿਖ ਕੇ ਉਹਨੂੰ ਉਹਦੀ ਵਿਆਖਿਆ ਤਾਂ ਕਰ ਸਕਦੇ ਆ ਜੀ, ਪਰ ਲਫ਼ਜ਼ ਨਹੀਂ ਲਿਆ ਸਕਦੇ। ਸੋ ਪਹਿਲਾ ਟਾਸਕ ਆ ਜਿਹੜਾ ਉਹ ਇਹ ਹੋਣਾ ਚਾਹੀਦਾ ਵੀ ਸਿੱਖੀ ਆ ਜਿਹੜੀ ਉਹਦੀ ਨਿਆਰੀ ਹਸਤੀ ਹੋਣ ਦਾ ਉਹਦਾ ਮਤਲਬ ਕੀ ਆ ਜੀ। ਜਦੋਂ ਉਹਨੂੰ ਕੈਟੇਗੋਰਾਈਜ਼ ਕਰ ਦਿੱਤਾ ਜਾਂਦਾ ਐਜ਼ ਰਿਲੀਜਨ, ਤਾਂ ਉਹਦੀ ਨਿਆਰੀ ਹਸਤੀ ਨੂੰ ਵੀ ਚੋਟ ਪਹੁੰਚਦੀ ਆ ਜੀ, ਮੇਰੇ ਕਹਿਣ ਦਾ ਭਾਵ ਇਹ ਜੀ। ਸੋ ਸਾਡੀ ਪਹਿਲੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਆਪਾਂ ਇਸ ਗੱਲ ਬਾਰੇ ਅਵੇਅਰ ਹੋਈਏ ਵੀ ਅਸੀਂ ਉਧਾਰੀਆਂ ਟਰਮਾਂ ਵਰਤ ਰਹੇ ਹਾਂ, ਟਰਮਾਂ ਅਸੀਂ ਤਾਂ ਵਰਤ ਰਹੇ ਹਾਂ ਕਿਉਂਕਿ ਮਜਬੂਰੀ ਹੈ ਜੀ। ਜੇ ਹੁਣ ਤੁਸੀਂ ਮੰਨ ਲਓ ਇਨਵਾਇਰਮੈਂਟ ਦੇ ਹੱਕ ਦੇ ਵਿੱਚ ਕੋਈ ਰੈਲੀ ਹੋ ਰਹੀ ਹੈ, ਤੁਸੀਂ ਉਹਦੇ ਵਿੱਚ ਪਾਰਟੀਸਪੇਟ ਕਰਨ ਜਾਣਾ ਜੀ, ਤੁਸੀਂ ਬਹੁਤ ਫਿਕਰਮੰਦ ਹੈ ਇਨਵਾਇਰਮੈਂਟ ਲਈ ਜੀ, ਤੁਸੀਂ ਉਹਦੇ ਵਿੱਚ ਪਾਰਟੀਸਪੇਟ ਕਰਨ ਦਾ ਕਾਰ ਤੇ ਚੜ੍ਹ ਕੇ ਜਾਓਗੇ ਜਾਂ ਟ੍ਰੇਨ ਲੈ ਕੇ ਜਾਓਗੇ, ਬਹੁਤ ਚੀਜ਼ਾਂ ਨੇ ਪੋਲਿਊਸ਼ਨ ਕਰਨਾ ਜੀ, ਠੀਕ ਹੈ ਨਾ ਜੀ। ਸੋ ਉਸੇ ਤਰ੍ਹਾਂ ਹੀ ਭਾਵੇਂ ਕਿ ਆਪਾਂ ਨੂੰ ਉਹ ਗਲਤ ਟਰਮਸ ਵਰਤਣੀਆਂ ਪੈਂਦੀਆਂ, ਪਰ ਮਜਬੂਰੀ ਦੇ ਵਿੱਚ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਮਜਬੂਰੀ ਦੇ ਵਿੱਚ ਵਰਤ ਰਹੇ ਹਾਂ, ਕਿਉਂਕਿ ਇਹਨਾਂ ਨੂੰ ਵਰਤਣ ਤੋਂ ਬਿਨਾਂ ਕੋਈ ਹੋਰ ਗੁਜ਼ਾਰਾ ਨਹੀਂ ਗਾ ਜੀ, ਇਹਨਾਂ ਨੂੰ ਵਰਤਣ ਤੋਂ ਬਿਨਾਂ ਗੱਲ ਕਨਵੇ ਨਹੀਂ ਕੀਤੀ ਜਾ ਸਕਦੀ, ਪਰ ਇਹ ਟਰਮਸ ਸਹੀ ਨਹੀਂ ਗੀਆਂ। ਜਦੋਂ ਅਸੀਂ ਕਾਰ ਚਲਾਉਂਦੇ ਹਾਂ ਉਹ ਪੋਲਿਊਸ਼ਨ ਤਾਂ ਕਰਦੀ ਹੈ ਜੀ, ਉਹ ਵਾਤਾਵਰਨ ਨੁਕਸਾਨ ਤਾਂ ਪਹੁੰਚਾਉਂਦੀ ਪਹੁੰਚਾਉਂਦੀ। ਉਸੇ ਤਰ੍ਹਾਂ ਹੀ ਰਿਲੀਜਨ ਤੇ ਪੋਲੀਟਿਕਸ ਜਦੋਂ ਟਰਮ ਵਰਤਦੇ ਆ ਨਾ, ਉਹ ਬਹਿਸ ਨੂੰ ਇੱਕ ਗਲਤ ਦਿਸ਼ਾ ਵੱਲ ਤੋਰਦਾ ਹੀ ਤੋਰਦਾ, ਪਰ ਜੇ ਅਸੀਂ ਹਰ ਪਲ ਉਹਦੇ ਪ੍ਰਤੀ ਅਵੇਅਰ ਹੋਈਏ ਫਿਰ ਅਸੀਂ ਉਹਦਾ ਇਫੈਕਟ ਹੈ ਜਿਹੜਾ ਉਹ ਗਲਤ ਉਹਨੂੰ ਘਟਾ ਸਕਦੇ ਜੀ। ਸੋ ਇਸ ਦ੍ਰਿਸ਼ਟੀ ਤੋਂ ਰਿਲੀਜਨ ਤੇ ਪੋਲੀਟਿਕਸ ਹੈ ਜਿਹੜੀ ਉਹਦੀ ਸੈਪਰੇਸ਼ਨ ਬਾਰੇ
इस दृष्टि तो उन्होंने समझना चाहिए। सिर्फ इस तरह की पोजिशन नहीं लैनी चाहिए कि हाँ जी असि पक्ष चाहे रिलीजन एंड पोलिटिक्स कट्ठे रखे जी विरोध जी वक्त कर पक्ष च इस तरह फिर बहस जी मसले समझना औखा हो जाएगा जी। सो जो मैं चार्ल्स टेलर की गल कर रहा कि चार्ल्स टेलर ने यह दिता कि प्रोटेस्टेंटिज्म जो पैदा होया क्रिश्चियनिटी जी इंटरनल डिविजन सी ही जी मॉडर्न सैकुलरिज्म जो पैदा होया तो क्रिश्चियनिटी का यूरोपियन क्रिश्चियनिटी का क्राइसिस जिसे सैकुलरिज्म पैदा होया जी। सिर्फ से सिर्फ साइंस या टेक्नोलॉजी की प्रोग्रेस करके नहीं सिर्फ से सिर्फ इंडस्ट्रियलाइजेशन होने करके नहीं उन्होंने चीजा का भी रोल हो सकता पर सिर्फ से सिर्फ उन्होंने रिजल्ट नहीं था जी। सैकंड चीज से एक हम थर्ड परस्पेक्टिव भी है सारी डिबेट से वह भी अपने आप से समझना मेरे ख्याल बहुत ज्यादा जरूरी है। वह थर्ड परस्पेक्टिव है जिसे नॉन वैस्टर्न एकेडेमिक है उन्होंने उन्होंने एक मेन नाम है जिहड़ा वह है तलाल असद की नाम लिया सऊदी अरब तलाल असद अच्छा जी वह जिवें आप वह मुस्लिम ने उन्होंने एक किताब लिखी है फॉर्मेशन ऑफ द सैकुलर जी तो उन्होंने ये गल लिया है कि जिहड़ा सैकुलरिज्म है बेसिकली वेस्ट की पोलिटिकल हेजेमनी है जी बरकरार रखने का एक टूल आ जी ते जिहड़े नॉन वैस्टर्न रिलीजन आ जिवें इस्लाम है उन्होंने डिसिपलिन करन दा एक टूल आ जी जिहड़ी जिवें सैकुलरिज्म अपने आप नूं प्रेजेंट करदा कि ये नॉन डिस्क्रिमिनेटरी न्यूट्रल स्पेस है जी प्रोवाइड करता सारे इको जी एहो जी गल नहीं जी ये जे जिहड़ा अदर है वैस्ट का उन्होंने डिसिपलिन करने का तरीका एक जो तुम उन्होंने सैकुलराइज कर देने जो किसी कम्यूनिटी से खास करके जिवें इमीग्रांट कम्यूनिटी ने उन्होंने ये गल समझनी बहुत जरूरी है इमीग्रांट कम्यूनिटी से अनकॉन्शियस ही यह प्रेशर होंगे सैकुलराइज होने का जो तुम आम एक एवरेज इमीग्रांट है तुम उन्होंने देखते हैं वो वैस्टर्न कंट्री रह रहा है वह कहते देखो जी ये कितना वधिया सिस्टम है इतने सारे इको जिहा ट्रीट किया जाता है सारा कुछ बड़ा वधिया है पर वो जिहड़े अंडरलाइंग पैटर्न होंगे डिस्क्रिमीनेशन के इनविजिबल पैटर्न होंगे उन्होंने नहीं समझते जी जिहड़ी वैस्ट ने जिहड़े लोगों नू डिफरेंट कम्यूनिटीज नू डिसिपलिन करन दे बहुत मच्योर ते सटल तरीके आ जिहड़े वो इनवेंट किए हुए है जी उन्हां चों एक कहदा वह यह है सैकुलराइजेशन जी जदों कल्चरली यह गल एस्टैबलिश हो गई कि सैकुलर होना रिलीजियस होने नालों ज्यादा वधिया हुंदा जी उदों हर कम्यूनिटी का एक सबसटेंशियल हिस्सा जिहड़ा वह ऑटोमैटिकली सैकुलराइज हो जाता जी ते उह सैकुलराइज होया गया हिस्सा जिहड़ा वह कम्यूनिटी अपने आप दे विच ही खपी जाती है जो एक सैकुलराइज हो जाता ना जी वो आपस दे विच लड़ के ही एनर्जी वेस्ट करी जाती है जिवें कि बहुत सारे डायस्पोरा जिवें खास करके कनेडा दे विच सिखां दी बहुत वड्डी प्रॉब्लम रही है बई दो धड़े बन गए ते आपस दे विच ही उन्होंने कॉन्फ्लिक्ट पई रही बहुत लंबा समा जी सो यह गल भी जिहड़ा ये पावर डायनामिक्स है ना कि जो कलोनीयल फ्रेम के समझना सैकुलरिज्म कि एक कलोनीयल आइडियोलॉजी है ये जो नॉन वैस्टर्न अदर है उन्होंने डिसिपलिन करने का टूल है एक जी इस तरीके नाल भी समझना चाहिए जी बिल्कुल जी। जिस तरह तुसी इस तो पहला दस चुके हो कि जिहड़ियां हुण तक दियां जिहड़ियां टर्म्स आईयां ने पछम दी प्रॉब्लम्स दे विचों निकली हुईयां ते उन्हां नूं ही लागू करन दी जिहड़ी जद्दोजहद ते बड़ी होड़ लगी हुई आ भारतीय पार्टी दे विच विशेषकर जदों हुण दी आपां गल्लबात बारे एक बार फिर वधदे आ कि जदों डिबेट चल रही है ये कि जदों भी कोई पंजाब दे किसी मुद्दे दी गल आउंदी आ जां किसी पंजाब दी ईवन के सोशल मुद्दे दी भी गल आउंदी आ सो जिहड़ा कि रिलीजियस परसनैलिटी दे हथ दे विच रह गया हुंदा है सो उहनू मैड़ी अख दे नाल ते जां कहण दा दित्ता जांदा कि इत्थे धर्म दी राजनीति लिया के बाड़ दित्ती आ सो उहदे उत्ते तुहाडी की टिप्पणी है कि हुण जिहड़ा आउण वालियां जां आपां कह दईए कि आम आदमी पार्टी जिहड़ी अपने आप नूं ज्यादा कह रही है कि असीं इस सैकुलरिज्म दे असीं उस तरीके दी धर्म दी राजनीति नहीं करदे सो उहदे उत्ते तुहाडी की टिप्पणी है ओवरऑल
ਇੱਕ ਤਾਂ ਇਹ ਗੱਲ ਹੈ ਜੀ, ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬਿਲਕੁਲ ਝੂਠ ਬੋਲ ਰਹੀ ਹੈ ਵੀ ਉਹ ਧਰਮ ਦੀ ਰਾਜਨੀਤੀ ਨਹੀਂ ਕਰਦੇ, ਬਿਲਕੁਲ ਕਰਦੇ ਆ। ਧਾਰਮਿਕ ਪ੍ਰੋਗਰਾਮਾਂ ਤੇ ਜਾ ਕੇ ਆਪਦੀਆਂ ਸਟੇਜਾਂ ਲਾਉਂਦੇ ਆ ਜੀ, ਫਿਰ ਉਹ ਜਿਹੜੇ ਧਾਰਮਿਕ ਪ੍ਰੋਗਰਾਮ ਜਿਵੇਂ ਹੁਣ ਸਰੀ ਦੇ ਵਿੱਚ ਨਗਰ ਕੀਰਤਨ ਹੋਇਆ, ਉੱਥੇ ਉਹਨਾਂ ਨੂੰ ਸਟੇਜ ਲਾਉਣ ਦੀ ਕੀ ਲੋੜ ਸੀ ਜੀ? ਜੇ ਉਹਨਾਂ ਨੇ ਬਿਲਕੁਲ ਅਲੱਗ ਹੀ ਰੱਖਣਾ, ਫਿਰ ਉਹਨਾਂ ਨੂੰ ਧਾਰਮਿਕ ਸਮਾਗਮਾਂ ਤੋਂ ਦੂਰ ਰਹਿਣਾ ਚਾਹੀਦਾ ਜੀ। ਸੋ ਉਹ ਲੋਕਾਂ ਨੂੰ ਅਪਰੋਚ ਕਰਨ, ਜਦੋਂ ਉਹਨਾਂ ਨੂੰ ਸੂਟ ਕਰਦਾ ਉਦੋਂ ਉਹ ਧਾਰਮਿਕ ਸਮਾਗਮਾਂ ਨੂੰ ਵਰਤ ਵੀ ਲੈਂਦੇ ਆ, ਤੇ ਜਦੋਂ ਨਹੀਂ ਸੂਟ ਕਰਦਾ ਉਦੋਂ ਇਹ ਕਹਿ ਵੀ ਦਿੰਦੇ ਆ ਕਿ ਅਸੀਂ ਤਾਂ ਧਰਮ ਤੇ ਰਾਜਨੀਤੀ ਨੂੰ ਅਲੱਗ ਅਲੱਗ ਰੱਖਦੇ ਹਾਂ ਜੀ। ਸੋ ਇਹ ਤਾਂ ਹਿਪੋਕ੍ਰੀਟਿਕਲ ਐਟੀਟਿਊਡ ਹੈ ਪਹਿਲੀ ਗੱਲ। ਦੂਸਰੀ ਗੱਲ ਜਿਹੜਾ ਇੰਡੀਆ ਦੇ ਵਿੱਚ ਨਾ, ਜਿਹੜੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇੰਡੀਆ ਦੀ ਸਿਚੁਏਸ਼ਨ ਹੈ ਜਿਹੜੀ ਉਹ ਬਹੁਤ ਡਿਫਰੈਂਟ ਆ ਬਾਕੀ ਥਾਵਾਂ ਨਾਲ ਜੀ, ਉਹਨੂੰ ਆਪਾਂ ਨੂੰ ਸਮਝਣਾ ਚਾਹੀਦਾ। ਇੰਡੀਆ ਦੇ ਵਿੱਚ ਕੀ ਹੋ ਰਿਹਾ ਕਿ ਦੋ ਨੈਸ਼ਨਲ ਪਾਰਟੀਜ਼ ਨੇ, ਬੀਜੇਪੀ ਤੇ ਕਾਂਗਰਸ ਜੀ। ਬੀਜੇਪੀ ਹੈ ਜਿਹੜੀ ਉਹ ਹਿੰਦੂ ਸਿੰਬੋਲਿਜ਼ਮ ਦਾ ਉਹਨੂੰ ਵਰਤਦੀ ਹੈ ਜੀ ਪੋਲੀਟੀਕਲ ਪਰਪਸਿਸ ਲਈ, ਇੱਕ ਗਲਤ ਤਰੀਕੇ ਨਾਲ ਆ ਜਿਹੜਾ ਉਹ ਇੱਕ ਧਰਮ ਤੇ ਰਾਜਨੀਤੀ ਦੇ ਰਲਗੜ ਹੋਣ ਦਾ ਇੱਕ ਗਲਤ ਰੂਪ ਹੈ ਜਿਹੜਾ ਉਹਨੂੰ ਰਿਪ੍ਰਜੈਂਟ ਕਰਦੀ ਹੈ ਜੀ। ਦੂਜੇ ਪਾਸੇ ਕਾਂਗਰਸ ਆ ਜਿਹੜੀ ਕੰਮ ਉਹ ਵੀ ਉਹੀ ਕਰਦੀ ਹੈ, ਉਹ ਵੀ ਹਿੰਦੂਇਜ਼ਮ ਨੂੰ, ਉਹ ਵੀ ਹਿੰਦੂ ਨੈਸ਼ਨਲਿਜ਼ਮ ਨੂੰ ਰਿਪ੍ਰਜੈਂਟ ਕਰਦੀ ਹੈ, ਪਰ ਉਹ ਇੱਕ ਮਖੌਟਾ ਚੜਾ ਕੇ ਕੰਮ ਕਰਦੀ ਹੈ, ਸੈਕੂਲਰਿਜ਼ਮ ਦਾ ਮਖੌਟਾ। ਹੁਣ ਉਹਦੇ ਚ ਜਿਹੜੀਆਂ ਧਿਰਾਂ ਸਭ ਤੋਂ ਵੱਧ ਜ਼ੋਰ ਨਾਲ ਇਸ ਗੱਲ ਦੀ ਵਕਾਲਤ ਕਰਦੀਆਂ ਕਿ ਧਰਮ ਤੇ ਰਾਜਨੀਤੀ ਅਲੱਗ ਹੋਣੀ ਚਾਹੀਦੀ, ਉਹ ਹੈਗੀਆਂ ਭਾਰਤੀ ਉਹ ਖੱਬੇ ਪੱਖੀ ਧਿਰਾਂ ਜਿਹੜੀਆਂ ਪ੍ਰੋ ਸੈਕੂਲਰ ਆਪਣੇ ਆਪ ਨੂੰ ਕਹਾਉਂਦੀਆਂ, ਉਹ ਬੇਸਿਕਲੀ ਉਹਨਾਂ ਦੀ ਰਾਜਨੀਤੀ ਹੈ ਜਿਹੜੀ ਉਹਨੂੰ ਸਮਝਣ ਦੀ ਲੋੜ ਆ। ਉਹਨਾਂ ਦੀ ਰਾਜਨੀਤੀ ਬੇਸਿਕਲੀ ਸੈਕੂਲਰਿਜ਼ਮ ਦਾ ਸਭ ਤੋਂ ਘਿਨਾਉਣਾ ਰੂਪ ਉਹਨਾਂ ਦੀ ਰਾਜਨੀਤੀ ਦੇ ਰਾਹੀਂ ਸਾਹਮਣੇ ਆਉਂਦਾ ਜੀ। ਉਹ ਇਸ ਤਰੀਕੇ ਨਾਲ ਕਿ ਜੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖਾਂ ਦੇ ਅਗੇਂਸਟ ਸਟੇਟ ਵੱਲੋਂ ਜ਼ੁਲਮ ਕੀਤਾ ਗਿਆ ਜੀ, ਉਹਦੇ ਪ੍ਰਤੀ ਲੈਫਟ ਦੀ ਚੁੱਪੀ ਜੀ ਕਿਉਂ ਸੀ? ਕਿਉਂਕਿ ਕਾਂਗਰਸ ਹੈ ਜਿਹੜੀ ਉਹਨਾਂ ਲਈ ਸੈਕੂਲਰ ਸੀ ਜੀ। ਸੋ ਜੇ ਤੁਸੀਂ ਕਿਸੇ ਧਰਮ ਨੂੰ ਸੈਕੂਲਰਿਜ਼ਮ ਦਾ ਮਖੌਟਾ ਚੜਾ ਕੇ ਕਤਲ ਕਰਦੇ ਆ ਧਰਮ ਦੇ, ਇੱਕ ਧਰਮ ਦੇ ਲੋਕਾਂ ਨੂੰ, ਉਹ ਭਾਰਤ ਦੇ ਖੱਬੇ ਪੱਖੀਆਂ ਲਈ ਜਾਇਜ਼ ਹੈ ਜੀ। ਜੇ ਤੁਸੀਂ ਉਹ ਮਖੌਟਾ ਚੜਾਏ ਬਿਨਾਂ ਜਿਹੜੇ ਬੀਜੇਪੀ ਕਰਦੀ ਹੈ, ਫਿਰ ਨਹੀਂ ਜਾਇਜ਼ ਜੀ। ਸੋ ਇੰਡੀਆ ਦੇ ਵਿੱਚ ਜਿਹੜਾ ਹਿੰਦੂ ਤਵਾ ਨਾ, ਉਹਦੇ ਦੋ ਰੂਪ ਨੇ। ਇੱਕ ਤਾਂ ਬੀਜੇਪੀ ਟਾਈਪ ਕਰੂਡ ਹਿੰਦੂ ਤਵਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ, ਇੱਕ ਹਿੰਦੂ ਤਵਾ ਕਾਂਗਰਸ ਸਟਾਈਲ ਜਿਹਨੂੰ ਆਪਾਂ ਸ਼ਰੂਡ ਹਿੰਦੂ ਤਵਾ ਕਹਿ ਸਕਦੇ, ਜਿਹੜਾ ਚਲਾਕ ਹਿੰਦੂ ਤਵਾ, ਸਟਲਾ ਇਨਵਿਜੀਬਲ ਆ ਜੀ। ਜਿਹੜਾ ਸ਼ਰੂਡ ਹਿੰਦੂ ਤਵਾ ਕਾਂਗਰਸ ਦਾ, ਉਹ ਜ਼ਿਆਦਾ ਘਾਤਕ ਹੈ ਕਿਉਂਕਿ ਉਹ ਆਪਦੀ ਜਿਹੜੀ ਮੋਰਲ ਲਿਜਿਟੀਮੇਸੀ ਹੈ ਉਹ ਸੈਕੂਲਰਿਜ਼ਮ ਦਾ ਨਾਮ ਵਰਤ ਕੇ ਬਣਾ ਲੈਂਦਾ ਜੀ। ਪਰ ਇਹਦੇ ਚ ਸਮਝਣ ਵਾਲੀ ਗੱਲ ਹੈ ਵੀ ਜਿਹੜੇ ਸੋ ਕਾਲਡ ਜਿਹੜੇ ਸੈਕੂਲਰਿਜ਼ਮ ਦੇ ਸਭ ਤੋਂ ਵੱਡੇ ਸਮਰਥਕ ਰਹੇ ਆ, ਜਿਹੜੇ ਇੰਟਲੈਕਚੁਅਲ ਇੰਡੀਆ ਦੇ ਵਿੱਚ ਜੀ, ਉਹਨਾਂ ਚੋਂ ਇੱਕ ਸਭ ਤੋਂ ਵੱਡਾ ਨਾਂ ਸੀਗਾ ਬਿਪਿਨ ਚੰਦਰ, ਮਾਰਕਸਿਸਟ ਸਕਾਲਰ ਸੀ। ਅੱਛਾ ਜੀ। ਪਰ ਭੁਗਤ ਦਾ ਹਮੇਸ਼ਾ ਸਟੇਟ ਦੇ ਹੱਕ ਸੀ ਜੀ। ਉਹਨੇ ਜਦੋਂ ਪੰਜਾਬ ਦੇ ਵਿੱਚ 1984 ਤੋਂ ਬਾਅਦ ਸਿੱਖਾਂ ਦੀ ਲਹਿਰ ਚੱਲ ਰਹੀ ਸੀ, ਉਹਨਾਂ ਦਿਨਾਂ ਦੇ ਵਿੱਚ ਉਹਨੇ ਬਹੁਤ ਜ਼ਿਆਦਾ ਕੰਮ ਕੀਤਾ ਸਿੱਖਾਂ ਦੇ ਖਿਲਾਫ ਜੀ। ਉਹਨੇ ਸਟੇਟ ਨੂੰ ਇੰਟਲੈਕਚੁਅਲ ਬੇਸ ਦਿੱਤਾ ਸਿੱਖਾਂ ਤੇ ਜ਼ੁਲਮ ਕਰਨ ਦਾ ਜੀ। ਉਹਨੇ ਬੇਸਿਕਲੀ ਸ਼ਰੇਆਮ ਸਾਹਮਣੇ ਆ ਕੇ ਸਟੇਟ ਦੀ ਜਿਹੜੀ ਹੈ ਪਸ਼ਤ ਬਣਾਈ ਕੀਤੀ। ਜੇ ਤੁਸੀਂ ਉਹਦੀਆਂ ਲਿਖਤਾਂ ਪੜ੍ਹੋ ਤਾਂ ਉਹਦੇ ਚ ਹਮੇਸ਼ਾ ਉਹ ਇੱਕ ਸ਼ਬਦ ਬਹੁਤ ਜ਼ਿਆਦਾ ਵਰਤਦਾ, ਕਮਿਊਨਲਿਜ਼ਮ ਜੀ। ਇਹ ਕਮਿਊਨਲ ਪੋਲੀਟਿਕਸ ਆ ਕਿ ਜੇ ਸਿੱਖ ਕੁਛ ਵੀ ਡਿਮਾਂਡ ਕਰਦੇ ਹੋ ਕਮਿਊਨਲ ਪੋਲੀਟਿਕਸ, ਤੇ ਕਮਿਊਨਲ ਪੋਲੀਟਿਕਸ ਰਿਲੀਜਨ ਐਂਡ ਪੋਲੀਟਿਕਸ ਨੂੰ ਕੰਬਾਈਨ ਕਰਦੀ ਹੈ, ਤੇ ਇਸ ਕਰਕੇ ਗਲਤ ਹੈ ਤੇ ਦੈਟਸ ਇਟ, ਤੇ ਕੋਈ ਗੱਲ ਨਾ ਸੁਣੋ ਦਰੜਦੇ। ਉਹ ਵਾਰੀ ਵਾਰੀ ਆਪਦੀ ਹਰ ਲਿਖਤ ਦੇ ਵਿੱਚ ਇਹ ਗੱਲ ਕਰਦਾ ਕਿ ਕਮਿਊਨਲਿਜ਼ਮ ਨੂੰ ਸਖਤੀ ਨਾਲ ਦਰੜ ਦੇਣਾ ਚਾਹੀਦਾ, ਦੈਟਸ ਇਟ। ਜਿੱਥੇ ਵੀ ਰਿਲੀਜਨ ਐਂਡ ਪੋਲੀਟਿਕਸ ਇਕੱਠੇ ਹੁੰਦੇ ਉਹਨੂੰ ਸਖਤੀ ਨਾਲ ਦਰੜ ਦੇ ਜੀ। ਉਹੀ ਬੰਦਾ ਜਦੋਂ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਦਿੱਲੀ ਦੇ ਵਿੱਚ ਜੀ, ਉਹਦਾ ਐਟੀਟਿਊਡ ਬਿਲਕੁਲ ਡਿਫਰੈਂਟ ਸੀ ਜੀ। ਉਹਦਾ ਐਟੀਟਿਊਡ ਇਹ ਨਹੀਂ ਸੀਗਾ ਵੀ ਇਹ ਵੀ ਹਿੰਦੂ ਕਮਿਊਨਲਿਜ਼ਮ ਹੈ ਸਿੱਖਾਂ ਨੂੰ ਮਾਰ ਰਿਹਾ ਜਿਹੜਾ, ਨਾ ਉਹਦਾ ਐਟੀਟਿਊਡ ਇਹ ਨਹੀਂ ਸੀ। ਉਹਦਾ ਐਟੀਟਿਊਡ ਇਹ ਸੀ
कि नहीं नहीं ये तो जिवे कन्हैया कुमार ने भी पिछे जे कहा सी ये तो गुस्से दे विच आई भीड़ वालों किए गए काम से सो स्टेट का ये कोई लाका देखा नहीं सी जी उन्हें मार्क्सिस्ट होंदे हुए उन्हें ये गल ऑलरेडी साबित करने की कोशिश की थी स्टेट के हक के स्टैंड लिया पूरा जी सो जिहड़ा इंडिया समझ वाली गल ये है भी सिखां नूं वैसे ही इन जनरल समझण की लोड़ ये है जी के सब तो वध घातक हथियार आ जिहड़े ਉਹ ਇਨਵਿਜੀਬਲ ਹਥਿਆਰ ਹੁੰਦੇ ਆ ਜੀ ਜਿਹਦੇ ਚ ਆਈਡੀਆ ਜਿਹੜਾ ਉਹ ਵੈਪਨ ਹੁੰਦਾ ਸੋ ਆਈਡੀਆ ਜਿਹੜੇ ਉਹਨਾਂ ਨੂੰ ਜਿਹੜੀ ਰਾਜਨੀਤਿਕ ਲੜਾਈ ਹੈ ਉਹਦੇ ਚ ਐਜ਼ ਆ ਵੈਪਨ ਯੂਜ਼ ਕੀਤਾ ਜਾਂਦਾ ਤੇ ਸਿੱਖਾਂ ਦੀਆਂ ਦੁਸ਼ਮਣ ਧਿਰਾਂ ਜਿਹੜੀਆਂ ਉਹਨਾਂ ਨੇ ਬਹੁਤ ਇਫੈਕਟਿਵਲੀ ਇਹਨਾਂ ਸਾਰੇ ਆਈਡੀਆਜ਼ ਨੂੰ ਐਜ਼ ਵੈਪਨ ਜਿਹੜਾ ਉਹ ਯੂਜ਼ ਕੀਤਾ ਜੀ ਬਿਪਿਨ ਚੰਦਰ ਵਰਗੇ ਇੰਟਲੈਕਚੁਅਲਸ ਨੇ ਜਾਂ ਜਿਹੜੇ ਕੱਚਕਰੜ ਮਾਰਕਸਿਸਟ ਸੀ ਪੰਜਾਬ ਦੇ ਉਹਨਾਂ ਨੇ ਤੇ ਪੰਜਾਬ ਦਾ ਕ੍ਰਾਈਸਿਸ ਇਹ ਹੈ ਵੀ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੋਪਰ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਜਿਹੜੀਆਂ ਉਹ ਨਾ ਹੋਣ ਕਰਕੇ ਤੇ ਇੱਕ ਮਚਿਓਰ ਇੰਟਲੈਕਚੁਅਲ ਟ੍ਰੈਡੀਸ਼ਨ ਨਾ ਹੋਣ ਕਰਕੇ ਉਹਨਾਂ ਆਈਡੀਆਜ਼ ਨੇ ਆਪਣੀ ਪਕੜ ਆ ਜਿਹੜੀ ਉਹ ਲੋੜ ਤੋਂ ਜ਼ਿਆਦਾ ਬਣਾ ਲਈ ਜੀ ਹੁਣ ਉਹਦੇ ਚ ਪੰਜਾਬ ਚ ਦੋ ਗੱਲਾਂ ਨੇ ਇੱਕ ਤਾਂ ਪੰਜਾਬ ਦਾ ਵਰਗ ਹੈ ਜਿਹੜਾ ਅਨਐਜੂਕੇਟਡ ਹੈ ਜਿਹੜਾ ਹੁਣ ਤੱਕ ਜਿਹੜਾ ਉਹ ਧਰਮ ਨਾਲ ਜੁੜਿਆ ਹੋਇਆ ਸੀਗਾ ਅੰਦਰੋਂ ਜੀ ਤੇ ਇੱਕ ਵਰਗ ਹੈ ਜਿਹੜਾ ਉਹ ਨੀਮ ਪੜ੍ਹਿਆ ਲਿਖਿਆ ਜਿਵੇਂ ਆਪਾਂ ਕਹਿ ਸਕਦੇ ਨੀਮ ਵਿਦਵਾਨ ਵਰਗ ਹੈ ਜੀ ਜਿਹੜਾ ਨਾ ਮਰਿਆ ਚਾ ਨਾ ਜਿਉਂਦਿਆਂ ਚਾ ਨਾ ਪੜ੍ਹਿਆ ਚਾ ਨਾ ਅਨਪੜ੍ਹਿਆ ਚਾ ਉਹਨੇ ਹੋਲਸੇਲ ਇਹੋ ਜਿਹੇ ਆਈਡੀਆਜ਼ ਆ ਜਿਹੜੇ ਉਹਨਾਂ ਨੂੰ ਬਲਾਈਂਡਲੀ ਅਡੋਪਟ ਕਰ ਲਿਆ ਜੀ ਹੁਣ ਜਿਹੜੀ ਕਿਸੇ ਵੀ ਖਿੱਤੇ ਨੂੰ ਪੋਲੀਟੀਕਲ ਰਿਪ੍ਰੈਜੈਂਟੇਸ਼ਨ ਦੇਣੀ ਹੁੰਦੀ ਹੈ ਉਹ ਉਹਨਾਂ ਹੀ ਬੰਦਿਆਂ ਨੇ ਦੇਣੀ ਹੁੰਦੀ ਹੈ ਜਿਹੜੇ ਥੋੜੇ ਬਹੁਤ ਪੜ੍ਹੇ ਲਿਖੇ ਹੁੰਦੇ ਜੀ ਅਦਰਵਾਈਜ਼ ਆ ਜਿਹੜੀ ਉਹ ਗੱਲ ਚੱਲਦੀ ਨਹੀਂ ਜੀ ਸੋ ਉਹ ਹੁਣ ਜਿਹੜੀ ਰਿਪ੍ਰੈਜੈਂਟੇਸ਼ਨ ਹੈ ਮੀਡੀਆ ਦੇ ਵਿੱਚ ਅਖਬਾਰਾਂ ਦੇ ਐਡੀਟੋਰੀਅਲਸ ਪੜ੍ਹੋ ਜਾਂ ਜਿਹੜੇ ਸਕਾਲਰ ਹੈ ਜਾਂ ਜਿਹੜੇ ਕਵੀ ਹੈ ਕਹਾਣੀਕਾਰ ਲੇਖਕ ਹੈ ਵਰਗ ਦਾ ਉਹ ਸਾਰੇ ਦੇ ਸਾਰੇ ਨੇ ਇਹਨਾਂ ਆਈਡੀਆਜ਼ ਨੂੰ ਅੱਖਾਂ ਮੀਚ ਕੇ ਐਕਸੈਪਟ ਕਰ ਲਿਆ ਤੇ ਇਹਦੇ ਨਾਲ ਕੋਈ ਇੰਗੇਜਮੈਂਟ ਨਹੀਂ ਕੀਤੀ ਇਹ ਪੰਜਾਬ ਦੀ ਅਸਲੀ ਟ੍ਰੈਜਡੀ ਤੇ ਅਸਲੀ ਕ੍ਰਾਈਸਿਸ ਇਹਦੇ ਕਰਕੇ ਪੰਜਾਬ ਆ ਜਿਹੜਾ ਉਹ ਅੱਜ ਘੁੰਮਣ ਘੇਰੀ ਚ ਫਸਿਆ ਗਿਆ ਤੇ ਇਹਦੇ ਕਰਕੇ ਪੰਜਾਬ ਆ ਜਿਹੜਾ ਅੱਜ ਇੰਨਾ ਨਸਾਣਾ ਹੋ ਚੁੱਕਿਆ ਬਈ ਪੰਜਾਬ ਦਾ ਆਮ ਬੰਦਾ ਇਸ ਗੱਲ ਤੇ ਕਨਵਿੰਸ ਹੋ ਗਿਆ ਕਿ ਪੰਜਾਬ ਦੇ ਵਿੱਚ ਜੰਮਿਆ ਬੰਦਾ ਪੰਜਾਬ ਦੀਆਂ ਪ੍ਰੋਬਲਮ ਦਾ ਹੱਲ ਨਹੀਂ ਕਰ ਸਕਦਾ ਮਿੰਟ ਮੈਲਬੋਰਨ ਸ਼ਹਿਰ ਦੇ ਅਨੁਸਾਰ ਹੋ ਗਏ ਨੇ ਆਪਾਂ ਮਿਲਦੇ ਜੀ ਕੁਝ ਕੁ ਸੁਨੇਹ ਤੋਂ ਬਾਅਦ ਜੇਕਰ ਤੁਹਾਡਾ ਕੋਈ ਸਵਾਲ ਹੈ ਧਰਮ ਅਤੇ ਰਾਜਨੀਤੀ ਦੇ ਬਾਰੇ ਜਾਂ ਜੋ ਹੁਣ ਪਾਰਟੀਆਂ ਪੰਜਾਬ ਦੇ ਵਿੱਚ ਹਨ ਰਾਜਨੀਤਿਕ ਪਾਰਟੀਆਂ ਉਹ ਇਹਦੀ ਕੋਈ ਜਿਹੜੀ ਨਵੀਂ ਵਿਆਖਿਆ ਕਰ ਰਹੀਆਂ ਨੇ ਸੋ ਬਿਨਾਂ ਹੀ ਇਤਿਹਾਸ ਤੇ ਸਿਧਾਂਤ ਨੂੰ ਪੜ੍ਹੇ ਸੁਣੇ ਕੋਈ ਆਪਣੇ ਹੀ ਉਹ ਘੜੀ ਘੁੜੀ ਵਿਆਖਿਆ ਜਿਹੜੀ ਮੀਡੀਆ ਦੀ ਪੇਸ਼ ਕਰ ਰਹੀ ਹੈ ਤੁਹਾਡੀ ਉਹਦੇ ਨਾਲ ਕਿੰਨੀ ਕੁ ਸਹਿਮਤੀ ਆ ਕਿੰਨੀ ਕੁ ਅਸਹਿਮਤੀ ਆ ਸੋ ਇਹਦੇ ਬਾਰੇ ਵੀ ਤੁਸੀਂ ਵਿਚਾਰ ਰੱਖ ਸਕਦੇ ਹੋ ਜੋ ਵੀ ਤੁਹਾਡੇ ਵਿਚਾਰ ਨੇ 0390-28-9600 ਮਿਲਦੇ ਹਾਂ ਕੁਝ ਸੁਨੇਹਿਆਂ ਤੋਂ ਬਾਅਦ Suit 40, Level 1, 15 to 23, Langhorn Street, Tandino. ਲੈ ਵੀ ਜੱਟੀਏ ਤੇਰਾ ਪੂਰਾ ਘਰ ਸੈੱਟ ਹੋ ਗਿਆ ਮੈਨੂੰ ਤਾਂ ਸੱਚੀ ਯਕੀਨ ਹੀ ਨਹੀਂ ਹੋ ਰਿਹਾ ਪੂਰੇ ਘਰ ਦਾ ਫਰਨੀਚਰ ਬਹੁਤ ਸੋਹਣਾ ਮਿਲ ਗਿਆ ਆਪਾਂ ਨੂੰ ਉਹ ਵੀ ਇੰਨੀ ਅੱਛੀ ਡੀਲ ਦੇ ਨਾਲ ਤੇ ਕੰਬਲ ਰਜਾਈਆਂ ਵੀ ਤਾਂ ਉੱਥੇ ਹੀ ਮਿਲ ਗਈਆਂ ਆਸਟ੍ਰੇਲੀਆ ਆ ਕੇ ਤੁਸੀਂ ਆਪਣੇ ਸੁਪਨਿਆਂ ਦੇ ਘਰ ਨੂੰ ਸਜਾਉਣਾ ਹੈ ਤਾਂ ਅਸੀਂ ਹਾਂ ਤੁਹਾਡੇ ਨਾਲ ਪੰਜਾਬ ਫਰਨੀਚਰਸ ਸੋਲਿਡ ਸਾਗਵਾਨ ਦੀ ਲੱਕੜ ਦੇ ਬੈੱਡ ਸਟੋਰੇਜ ਦੇ ਨਾਲ ਸੋਫਾ ਸੈਟਸ ਟੇਬਲਸ ਚੇਅਰਸ ਬਲੈਂਕਟਸ ਬੈੱਡ ਸ਼ੀਟਸ ਕਰਟਨਸ ਗੱਲ ਕੀ ਤੁਹਾਡੀ ਫਰਨੀਚਰ ਤੇ ਹੈਂਡਲੂਮ ਨਾਲ ਜੁੜੀ ਹਰੇਕ ਜ਼ਰੂਰਤ ਲਈ ਪੰਜਾਬ ਫਰਨੀਚਰਸ ਨੰਬਰ 1 ਰਸ਼ਵਰ ਡਰਾਈਵ ਨੀਅਰ ਕ੍ਰੇਗੀਬਰਨ ਗੁਰਦੁਆਰਾ ਸਾਹਿਬ ਕਾਲ 0402-487-999 ਹੋਰ ਬਿਜ਼ਨਸ ਕਿੱਦਾਂ ਚੱਲਦਾ ਬਿਜ਼ਨਸ ਦੇ ਤਾਂ ਆਪਾਂ ਵੱਟ ਕੱਢ ਛੱਡੇ ਆ ਪਰ ਟੈਕਸਾਂ ਦੇ ਝਮੇਲੇ ਜੇ ਬੜੇ ਆ ਯਾਰ ਇਹਨਾਂ ਮੁਲਕਾਂ ਚ ਝਮੇਲੇ ਚ ਕਿਉਂ ਫਸਣਾ ਮੈਕਸ ਮਾਰਜਨ ਅਕਾਊਂਟੈਂਟਸ ਦੇ ਸੁਖਵਿੰਦਰ ਸਿੰਘ ਹੋਰਾਂ ਨੂੰ ਮਿਲ ਸਭ ਝਮੇਲੇ ਦੂਰ ਕਰ ਦੇਣਗੇ
ਹੁਣ ਨਾ ਲਓ ਟੈਕਸ ਦੀ ਟੈਨਸ਼ਨ ਬਸ ਨਾਮ ਯਾਦ ਰੱਖੋ ਜਿਹੜਾ ਅਸੀਂ ਕੀਤਾ ਮੈਂਸ਼ਨ ਅਕਾਊਂਟੈਂਟਸ ਐਂਡ ਬਿਜ਼ਨਸ ਐਡਵਾਈਜ਼ਰਸ ਜੋ ਪ੍ਰੋਵਾਈਡ ਕਰਦੇ ਨੇ ਆਲ ਟਾਈਪਸ ਆਫ ਇਨਕਮ ਟੈਕਸ ਰਿਟਰਨਸ ਜੀਐਸਟੀ ਰਿਟਰਨਸ ਟੈਕਸ ਪਲੈਨਿੰਗ ਬਿਜ਼ਨਸ ਨੂੰ ਸ਼ੁਰੂ ਕਰਨ ਦੀ ਜਾਂ ਖਰੀਦਣ ਦੀ ਸਲਾਹ ਚਾਹੀਦੀ ਹੈ ਬਿਜ਼ਨਸ ਪਲਾਨਸ ਬਣਵਾਉਣੇ ਹੋਣ ਜਾਂ ਟੈਕਸ ਆਫਿਸ ਨਾਲ ਕੋਈ ਇਸ਼ੂ ਹੱਲ ਕਰਨਾ ਹੋਏ ਤਾਂ ਸੁਖਵਿੰਦਰ ਸਿੰਘ ਜੀ ਨੇ ਬੈਸਟ ਪਰਸਨ ਫਾਰ ਮੋਰ ਇਨਫੋ ਕੰਟੈਕਟ ਮੈਕਸ ਮਾਰਜਨ ਅਕਾਊਂਟੈਂਟਸ ਐਟ 0470-430-650 or 1300-886-518 or visit 168 Manor Lakes Boulevard, Windham Vale, www.mmcpa.com. Hi! ਉਹ ਕੀ ਹੋਇਆ ਬਾਅਦ ਚ ਦੱਸਦਾ ਪਹਿਲਾਂ ਪਰਗੋਲੇ ਥੱਲੇ ਕੱਢ ਉਹ ਤੈਨੂੰ ਵੀਰ ਹੀ ਸਮਝਾਇਆ ਹਰ ਗੱਲ ਚ ਆਪ ਨਾ ਬਾਪੂ ਬਣ ਕੇ ਬਹਿ ਜਾ ਕਰ ਉਹ ਤਾਂ ਮੈਨੂੰ ਵੀ ਪਤਾ ਪਰ ਇਹਨਾਂ ਟ੍ਰੇਡੀਆਂ ਦੇ ਨਾਲ ਅੰਗਰੇਜ਼ੀ ਚ ਮੱਥਾ ਕੌਣ ਮਾਰੇ ਉਹਨਾਂ ਤੈਨੂੰ ਕਿੰਨੇ ਕਹਿਤਾ ਕਿ ਹੈਪੀ ਨਰੀ ਅੰਗਰੇਜ਼ੀ ਬੋਲਦਾ ਹੈਪੀ ਓਏ ਆਹੋ ਐਸਕੇ ਕਾਰਪੈਂਟਰੀ ਵਾਲਾ ਡੈਕਿੰਗ ਫਰਗੋਲਾ ਲੈਮੀਨੇਟਡ ਫਲੋਰ ਬੈੱਡ ਬਾਕਸਿਸ ਜਾਂ ਕਿਚਨ ਦਾ ਕੋਈ ਵੀ ਕੰਮ ਹੋਵੇ ਉਹ ਗੱਲ ਕੀ ਘਰ ਦਾ ਕੋਈ ਵੀ ਲੱਕੜ ਦਾ ਕੰਮ ਕਰਵਾਉਣਾ ਹੋਵੇ ਆ ਨੰਬਰ ਬਸ ਕਮਾਉਣਾ 0430-556-850 ਚੱਲ ਲੱਕੜਾਂ ਤਲਿਆਂ ਤਾਂ ਕੱਢ ਪਹਿਲਾਂ ਕਿਵੇਂ ਗਾਜਿਆ ਅੱਜ ਫੇਰ ਖੜ ਗਿਆ ਤੇਰਾ ਘੜੂਕਾ ਓਏ ਪੁੱਛ ਨਾ ਯਾਰ ਸੱਬਲ ਵਰਗੇ ਭਾਰੇ ਦੇ ਗੇਅਰ ਹੋਏ ਪਏ ਆ ਤੇ ਡੈਸ਼ਬੋਰਡ ਦੀਆਂ ਲਾਈਟਾਂ ਨੇ ਗੁੱਗੇ ਪੀਰ ਦੀ ਸਮਾਧ ਵਾਂਗੂ ਜਗਦੀਆਂ ਰਹਿੰਦੀਆਂ ਨੇ ਮੈਨੂੰ ਤਾਂ ਲੱਗਦਾ ਕੋਈ ਲੋਹਾ ਹੀ ਮਾੜਾ ਆ ਗਿਆ ਯਾਰ ਓਏ ਲੋਹਾ ਹੁਣ ਤੈਨੂੰ ਗੋਬਿੰਦਗੜ੍ਹ ਤੋਂ ਮੰਗਾ ਦਈਏ ਗੱਲਾਂ ਕਰਦਾ ਨਿਓਟੈਕ ਮੋਟਰ ਮਕੈਨਿਕ ਹੌਪਰ ਕ੍ਰੋਸਿੰਗ ਵਾਲਿਆਂ ਕੋਲ ਲੈ ਕੇ ਜਾ ਗੱਡੀ ਦੀਆਂ ਚਿਰੜ ਪੁੰਡੀਆਂ ਕੱਢ ਦਿੰਦੇ ਆ ਉਹ ਕੀ ਕਰਾਂ ਯਾਰ ਵੀਕਡੇ ਚ ਵੇਲ ਨਹੀਂ ਮਿਲਦਾ ਤੇ ਵੀਕਐਂਡ ਤੇ ਕੋਈ ਖੁੱਲਾ ਗਰਾਜ ਨਹੀਂ ਮਿਲਦਾ ਨਿਓਟੈਕ ਮੋਟਰ ਮਕੈਨਿਕ ਜਿਹੜੇ 363 ਓਲਡ ਜਿਲੋਂਗ ਰੋਡ ਹੌਪਰ ਕ੍ਰੋਸਿੰਗ ਚ ਨੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8 ਤੋਂ ਲੈ ਕੇ 5 ਵਜੇ ਤੱਕ ਖੁੱਲਦੇ ਨੇ ਸਰਵਿਸ $80 ਤੋਂ ਜਿਸ ਵਿੱਚ ਤੁਹਾਨੂੰ ਮਿਲੇ ਸੇਫਟੀ ਚੈੱਕ ਤੇ ਕਾਰ ਵਾਸ਼ ਬਿਲਕੁਲ ਫ੍ਰੀ ਐਲਪੀਜੀ ਕਨਵਰਜ਼ਨ $1500 ਤੋਂ ਨਵੇਂ ਅਤੇ ਪੁਰਾਣੇ ਟਾਇਰਾਂ ਦਾ ਵੀ ਸਟਾਕ ਰੱਖਦੇ ਨੇ ਵਧੇਰੇ ਜਾਣਕਾਰੀ ਲਈ ਰਮਨਦੀਪ ਸਿੰਘ ਨੂੰ ਕਾਲ ਕਰੋ 0430-159-817 0430-159-817 KPG Taxation Suit 40 Level 1 15 to 23 Langhorne Street Tanino ਨੌ ਵੱਜ ਕੇ 55 ਮਿੰਟ ਦਾ ਸਮਾਂ ਮੈਲਬੋਰਨ ਸ਼ਹਿਰ ਦੇ ਅਨੁਸਾਰ ਸਟੂਡੀਓ ਦੇ ਕੜੀ ਦੇ ਉੱਤੇ ਹੋ ਗਿਆ ਜੀ ਸਤਬੀਰ ਸਿੰਘ ਹੋਰਾਂ ਨੇ ਇੱਕ ਈਮੇਲ ਦੇ ਰਾਹੀਂ ਸਾਨੂੰ ਸਵਾਲ ਪੁੱਛਿਆ ਹੈ ਜੀ ਭਾਈ ਸਾਹਿਬ ਜੀ ਇੱਕ ਵਾਰ ਫਿਰ ਤੁਹਾਨੂੰ ਜੀ ਆਇਆਂ ਕਹਿੰਦੇ ਜੀ ਸਰਦਾਰ ਪ੍ਰਭਸ਼ਨ ਦੀਪ ਸਿੰਘ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਜੀ ਹਾਂਜੀ ਹਾਂਜੀ ਆ ਰਹੀ ਹੈ ਜੀ ਹਾਂਜੀ ਸਵਾਲ ਆਇਆ ਜੀ ਸਤਵੀਰ ਸਿੰਘ ਹੋਰਾਂ ਦਾ ਉਹ ਪੁੱਛਣਾ ਚਾਹੁੰਦੇ ਆ ਕਿ ਜੇਕਰ ਕਿਸੇ ਵੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਹੈ ਜੋ ਇਸ ਤੋਂ ਪਹਿਲਾਂ ਧਰਮ ਯੁੱਧ ਮੋਰਚੇ ਦੇ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਪਾਣੀਆਂ ਦਾ ਮੁੱਦਾ ਧਾਰਾ 25B ਦਾ ਮੁੱਦਾ ਜਾਂ ਹੋਰ ਕੁਝ ਜਿਹੜੇ ਸਨ ਜਿਹੜੇ ਕਿ ਸਿੱਖ ਪਾਰਟੀ ਦੇ ਵੱਲੋਂ ਜਾਂ ਸਿੱਖਾਂ ਦੇ ਵੱਲੋਂ ਪੇਸ਼ ਕੀਤੇ ਗਏ ਸਨ ਕੀ ਜਦੋਂ ਉਹਨਾਂ ਨੂੰ ਉਹ ਮੁਖਾਤਬ ਹੋਣਗੇ ਜਾਂ ਹੱਲ ਕਰਨਗੇ ਕੀ ਉਹਨਾਂ ਦੀ ਉਹ ਧਰਮ ਦੀ ਰਾਜਨੀਤੀ ਨਹੀਂ ਹੋਊ ਜਾਂ ਉਹ ਜੋ ਪਾਰਟੀਆਂ ਉਹਨਾਂ ਨੂੰ ਭੰਡਦੀਆਂ ਰਹੀਆਂ ਉਹ ਉਹਨਾਂ ਨੂੰ ਕਿਵੇਂ ਮੁਖਾਤਬ ਹੋਣਗੇ ਜਦੋਂ ਕਿ ਉਹ ਇਹਨਾਂ ਨੂੰ ਇੱਕ ਧਰਮ ਦੀ ਰਾਜਨੀਤੀ ਕਹਿ ਕੇ ਭੰਡਦੀਆਂ ਰਹੀਆਂ ਨੇ ਦੇਖੋ ਜੀ ਜੇ ਕੋਈ ਪਾਰਟੀ ਪਹਿਲਾਂ ਅਨੰਦਪੁਰ ਸਾਹਿਬ ਦੇ ਮਤੇ ਦੇ ਖਿਲਾਫ ਇਸ ਪੁਆਇੰਟ ਨੂੰ ਲੈ ਕੇ ਬੋਲਦੀ ਰਹੀ ਹੈ ਕਿ ਧਰਮ ਦੀ ਰਾਜਨੀਤੀ ਹੈ ਜੀ ਤੇ ਬਾਅਦ ਦੇ ਵਿੱਚ ਫਿਰ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਆਪ ਹੀ ਗੱਲ ਕਰਨ ਲੱਗ ਗਈ ਇਹ ਤਾਂ ਸਿੱਧਾ ਹੀ ਜਿਵੇਂ ਉਹ ਆਪਣੇ ਆਪ ਨੂੰ ਕੰਟਰਾਡਿਕਟ ਕਰ ਰਹੇ ਆ ਜੀ ਸੋ ਇਹ ਤਾਂ ਗੱਲ ਹੈਗੀ ਹੈ ਗਲਤ ਪਰ ਜੇ ਆਪਾਂ ਵੈਸੇ ਦੱਸਣਾ ਹੋਵੇ ਕਿ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਆਪਣੀ ਕੀ ਪਹੁੰਚ ਆ ਧਰਮ ਦੀ ਰਾਜਨੀਤੀ ਹੈ ਕਿ ਨਹੀਂ ਹੈ ਜੀ ਸੋ ਉਸ ਬਾਰੇ ਮੇਰੀ ਬੇਨਤੀ ਇਹ ਹੈ ਵੀ ਜੇ ਆਪਾਂ ਗੁਰਬਾਣੀ ਦੇ ਅਨੁਸਾਰ ਦੇਖੀਏ ਤਾਂ ਗੁਰਬਾਣੀ ਦੇ ਵਿੱਚ ਰਾਜਨੀਤੀ ਦੀ ਨਾ ਇੱਕ ਜਿਹੜੀ ਰਾਜਨੀਤੀ ਲਈ ਇੱਕ ਗਾਈਡਿੰਗ ਲਾਈਟ ਦੱਸੀ ਗਈ ਹੈ ਤੇ ਉਹ ਹੈਗੀ ਹੈ ਦਇਆ ਵੀ ਜਿਹੜੀ ਰਾਜਨੀਤੀ ਹੈ ਸੋਸ਼ਲ ਆਰਗੇਨਾਈਜੇਸ਼ਨ ਆ ਪੋਲੀਟੀਕਲ ਆਰਗੇਨਾਈਜੇਸ਼ਨ ਆ ਉਹ ਦਇਆ ਤੇ ਬੇਸਡ ਹੋਣੀ ਚਾਹੀਦੀ ਜੀ ਤੇ ਉਹਦਾ ਬੇਸ ਹੈ ਜਿਹੜਾ ਸਰਬੱਤ ਦਾ ਭਲਾ ਹੋਣਾ ਚਾਹੀਦਾ ਜੀ ਸੋ ਜੇ ਤਾਂ ਕੋਈ ਵਿਚਾਰਧਾਰਾ ਇਹ ਦੋ ਗੱਲਾਂ ਜਿਹੜੀਆਂ ਉਹਨਾਂ ਦੇ ਅਨੁਸਾਰ ਹੀ ਹੈ ਫੇਰ ਤਾਂ ਉੱਥੇ ਜਿਹੜੀ ਧਰਮ ਤੇ ਰਾਜਨੀਤੀ ਹੈ ਜਿਹੜੀ ਜਿਹਨੂੰ ਆਪਾਂ ਧਰਮ ਤੇ ਰਾਜਨੀਤੀ ਕਹਿੰਦੇ ਹਾਂ ਪਰ ਕਹਿਣਾ ਨੀ ਚਾਹੀਦਾ ਜੀ ਉਹ ਉਹਨਾਂ ਦੇ ਰਲ ਗੱਡ ਹੋਣ ਦਾ ਕੋਈ ਖਰਚ ਨਹੀਂ ਆ ਜੀ ਜੇ ਇਹ ਦੋ ਗੱਲਾਂ ਐਬਸੈਂਟ ਹੈ ਤਾਂ ਉਹ ਗੱਲ ਦਾ ਕੋਈ ਮੀਨਿੰਗ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਵਾ ਉਹਦੀ ਖਾਸ ਗੱਲ ਇਹ ਹੈ ਕਿ ਉਹ ਇੱਕ ਤਾਂ ਉਹਦੇ ਵਿੱਚ ਭਾਰਤ ਦੇ ਵਿੱਚ ਜਿੰਨੇ ਵੀ ਵੱਖੋ ਵੱਖਰੀਆਂ ਕੌਮਾਂ ਭਾਵੇਂ ਉਹ ਭਾਸ਼ਾ ਦੇ ਆਧਾਰ ਤੇ ਕੌਮਾਂ ਮਿਥੀਆਂ ਜਾਣ
ਭਾਵੇਂ ਉਹ ਹੋਰ ਕਿਸੇ ਆਧਾਰ ਤੇ ਲਿਖੀਆਂ ਜਾਣ, ਉਹਨਾਂ ਨੂੰ ਸਾਰਿਆਂ ਨੂੰ ਇੱਕੋ ਜਿਹੇ ਹੱਕ ਆ ਜਿਹੜੇ ਉਹ ਸਟੇਟਾਂ ਨੂੰ ਦੇਣ ਦੀ ਗੱਲ ਕਰਦਾ ਜੀ। ਸੋ ਉਹਦੇ ਚ ਕੋਈ ਐਕਸਕਲੂਸਿਵਲੀ ਸਿੱਖਾਂ ਦੀ, ਸਿਰਫ ਸਿੱਖਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਗਈ। ਦੂਸਰੀ ਗੱਲ ਵੀ ਜਿਹੜੀ ਪੰਜਾਬ ਦੇ ਵਿੱਚ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਪੰਜਾਬ ਦੇ ਲਈ ਜੀ, ਉਹ ਮੰਗਾਂ ਦਾ ਇੱਕ ਸਿਰਫ ਇਹ ਗੱਲ ਨੀ ਆ ਵੀ ਇਹ ਸਿੱਖਾਂ ਲਈ ਫਾਇਦੇਮੰਦ ਆ ਤੇ ਇਸ ਲਈ ਆ ਜੀ, ਉਹਨਾਂ ਮੰਗਾਂ ਦਾ ਆਧਾਰ ਬਣਦਾ ਕੋਈ ਦਾ, ਜਿਹੜੇ ਜਸਟਿਸ ਦੇ ਪੈਰਾਮੀਟਰ ਹੁੰਦੇ ਆ ਉਹਨਾਂ ਦੇ ਆਧਾਰ ਤੇ ਆਧਾਰ ਬਣਦਾ ਜੀ। ਜਿਵੇਂ ਹੁਣ ਜਿਹੜੇ ਪਾਣੀਆਂ ਦਾ ਮਸਲਾ, ਉਹਦੇ ਵਿੱਚ ਜਿਹੜਾ ਇੰਟਰਨੈਸ਼ਨਲ ਰਿਕੋਗਨਾਈਜ਼ਡ ਰਿਪੇਰੀਅਨ ਕਾਨੂੰਨ ਹੈ, ਉਹ ਉਹਦਾ ਆਧਾਰ ਆ। ਜੇ ਉਹ ਆਧਾਰ ਨਾ ਹੁੰਦਾ, ਜੇ ਕੋਈ ਦਰਿਆ ਪੰਜਾਬ ਵਿੱਚ ਲੰਘਦਾ ਹੀ ਨਾ ਹੁੰਦਾ ਜੀ, ਤੇ ਫਿਰ ਵੀ ਪੰਜਾਬ ਪਾਣੀ ਮੰਗਦਾ ਭਾਵੇਂ ਪੰਜਾਬ ਨੂੰ ਕਿੰਨੀ ਵੀ ਲੋੜ ਹੁੰਦੀ, ਫਿਰ ਉਹ ਆਰਗੂਮੈਂਟ ਡਿਫਰੈਂਟ ਹੋਣਾ ਸੀਗਾ ਜੀ। ਫਿਰ ਇਹ ਕਿਹਾ ਜਾ ਸਕਦਾ ਸੀਗਾ ਵੀ ਲੋੜ ਹੈ ਜੀ ਸਾਨੂੰ ਦਿਓ, ਫਿਰ ਉਹ ਤਾਂ ਗੱਲ ਹੀ ਡਿਫਰੈਂਟ ਹੋ ਗਈ ਸੀ ਨਾ। ਹੁਣ ਤਾਂ ਜਿਹੜਾ ਪੰਜਾਬ ਦਾ ਬਣਦਾ ਹੱਕ ਖੋਇਆ ਜਾ ਰਿਹਾ, ਉਹਦੀ ਮੰਗ ਰੱਖਣੀ ਹੈ ਜਿਹੜੀ, ਉਹ ਕਿਸੇ ਵੀ ਤਰੀਕੇ ਨਾਲ ਇੱਕ ਧਰਮ ਦੀ ਜਾਂ ਸਿਰਫ ਸਿੱਖਾਂ ਦੀ ਮੰਗ ਬਣਾ ਕੇ ਨਹੀਂ ਪੇਸ਼ ਕਰਨੀ ਚਾਹੀਦੀ। ਇਸੇ ਤਰ੍ਹਾਂ ਹੀ ਪੰਜਾਬੀ ਲੈਂਗੁਏਜ ਨਾਲ ਜਿਹੜੇ ਮਸਲੇ ਸੀ ਜਿਹੜੇ, ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਹੀ ਸਮਝਣਾ ਚਾਹੀਦਾ ਜੀ। ਆਪਣੇ ਇੱਕ ਕਾਲਰ ਵੀ ਜੁੜਿਆ, ਇੱਕ ਸਵਾਲ ਹੋਰ ਵੀ ਆਇਆ, ਮੈਂ ਪਹਿਲਾਂ ਕਾਲਰ ਦਾ ਸਵਾਲ ਪੁੱਛ ਲੈਣਾ। ਜਗਜੀਤ ਸਿੰਘ ਮੈਲਬੋਰਨ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜੀ ਇੱਕ ਚੀਜ਼ ਸਮਝਣਾ ਚਾਹੁੰਦਾ, ਜਿੱਦਾਂ ਆਪਣੇ ਮਤਲਬ ਧਰਮ ਚ ਇੱਕ ਮੀਰੀ ਪੀੜੀ ਦਾ ਸਿਧਾਂਤ ਚੱਲਿਆ ਆ ਰਿਹਾ ਵਾ ਜੀ, ਤੇ ਮੈਂ ਸਮਝਣਾ ਚਾਹੁੰਦਾ ਉਹਦੇ ਮੁਤਾਬਕ ਕੀ ਧਰਮ ਤੇ ਸਿਆਸਤ ਦੋਵੇਂ ਲਾਈਕ ਪੈਰਲਰ ਆ, ਜਾਂ ਇੱਕ ਦੀ ਦੂਜੇ ਤੇ ਪ੍ਰਭੂ ਸੱਤਾ, ਜਿਵੇਂ ਅੱਜ ਕੱਲ ਰਾਜਨੀਤੀ ਧਰਮ ਤੇ ਪ੍ਰਭੂ ਸੱਤਾ ਕਰ ਰਹੀ ਆ, ਜਾਂ ਧਰਮ ਦੀ ਰਾਜਨੀਤੀ ਤੇ ਪ੍ਰਭੂ ਸੱਤਾ ਹੋਣੀ ਚਾਹੀਦੀ, ਇਹ ਚੀਜ਼ਾਂ ਮੈਂ ਸਮਝਣਾ ਚਾਹੁੰਦਾ ਜੀ। ਜਿਹੜੀ ਨਾ ਧੰਨਵਾਦ ਜੀ, ਹਾਂਜੀ, ਇਹ ਨਾ ਅਕਸਰ ਹੀ ਗੱਲ ਕਹੀ ਜਾਂਦੀ ਹੈ ਵੀ ਧਰਮ ਜਿਹੜਾ ਧਰਮ ਰਾਜ ਜਿਹੜੇ ਬੰਦੇ ਧਰਮ ਦੇ ਹੱਕ ਚ ਹੁੰਦੇ ਆ ਉਹ ਇਹ ਗੱਲ ਕਹਿੰਦੇ ਆ ਵੀ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ ਜੀ, ਨਾ ਕਿ ਧਰਮ ਦੇ ਉੱਤੇ ਰਾਜਨੀਤੀ ਦਾ ਕੁੰਡਾ ਜੀ। ਇਹ ਗੱਲ ਆ ਜਿਹੜੀ ਵੇਖੋ ਠੀਕ ਹੈ, ਧਰਮ ਦੀ ਰਾਏ ਉਸ ਲਈ ਇਹ ਵੀ ਪ੍ਰੀ ਸਪੋਜ਼ ਕਰਦਾ ਇਸ ਡਿਵੀਜ਼ਨ ਜੀ ਕਿ ਧਰਮ ਤੇ ਰਾਜਨੀਤੀ ਦੋ ਵੱਖੋ ਵੱਖਰੇ ਖੇਤਰ ਨੇ ਜੀ। ਹੁਣ ਸਿੱਖੀ ਦੇ ਵਿੱਚ ਇੱਕ ਕਨਸੈਪਟ ਆ ਸੰਤ ਸਿਪਾਹੀ ਜੀ, ਹੁਣ ਉਹਦੇ ਵਿੱਚ ਇੱਕੋ ਦੇ ਵਿੱਚ ਉਹ ਦੋਵੇਂ ਚੀਜ਼ਾਂ ਜਿਹੜੀਆਂ ਉਹ ਇਕੱਠੀਆਂ ਹੋ ਗਈਆਂ ਜੀ। ਇਹ ਇੱਕ ਸ਼ਖਸੀਅਤ ਹੈ ਤੇ ਉਹਦੇ ਵਿੱਚ ਇਹ ਦੋਵੇਂ ਚੀਜ਼ਾਂ ਜਿਹੜੀਆਂ ਜਿਹਨਾਂ ਨੂੰ ਆਪਾਂ ਧਰਮ ਤੇ ਰਾਜਨੀਤੀ ਅੱਜ ਕੱਲ ਕਹਿੰਦੇ ਹਾਂ, ਉਹ ਦੋਵੇਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਜੀ। ਸਿੱਖੀ ਓਰੀਜਨਲ ਕੰਟਰੀਬਿਊਸ਼ਨ ਹੀ ਇਹ ਹੈ ਕਿ ਸਿੱਖੀ ਦੇ ਰਾਹੀਂ ਇੱਕ ਇਹੋ ਜੀ, ਜੇ ਆਪਾਂ ਡਾਕਟਰ ਗੁਰਭਗਤ ਸਿੰਘ ਦੀ ਸ਼ਬਦਾਵਲੀ ਵਰਤਣੀ ਹੋਈ ਹੋਵੇ, ਇੱਕ ਇਹੋ ਜਿਹਾ ਨਵਾਂ ਮਨੁੱਖ ਸਿਰਜਿਆ ਗਿਆ ਜਿਹਦੀ ਸੈਂਸੀਬਿਲਿਟੀ ਵੱਖਰੀ ਹੈ, ਜਿਹਦੀਆਂ ਐਥੀਕਲ ਪ੍ਰਾਇਰਟੀਜ਼ ਵੱਖਰੀਆਂ, ਜਿਹਦਾ ਕੰਮ ਕਰਨ ਦਾ ਢੰਗ ਵੱਖਰਾ ਤੇ ਜਿਹਦਾ ਉਦੇਸ਼ ਹੈ ਉਹ ਸਰਬੱਤ ਦਾ ਭਲਾ ਜੀ। ਸੋ ਜੇ ਤਾਂ ਆਪਾਂ ਜੇ ਤਾਂ ਕੰਮ ਚੱਲਦਾ ਉਹੋ ਜੇ ਉਹੋ ਜੀ ਸ਼ਖਸੀਅਤ ਦੇ ਥਰੂ ਜਿਹਦੇ ਵਿੱਚ ਉਹ ਨਵੀਂ ਸੈਂਸੀਬਿਲਿਟੀ ਹੈਗੀ ਹੈ, ਜਿਹਦੇ ਵਿੱਚ ਗੁਰਬਾਣੀ ਦੀ ਸੈਂਸੀਬਿਲਿਟੀ ਹੈਗੀ ਹੈ ਤੇ ਇੰਨੀ ਤਾਕਤ ਹੈਗੀ ਆ ਕਿ ਉਹ ਜਿਹੜੀ ਕੰਟੈਂਪਰੇਰੀ ਸੋਸਾਇਟੀ ਆ ਉਹਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਉਹਦੀ ਟ੍ਰਾਂਸਫੋਰਮੇਸ਼ਨ ਗੁਰਬਾਣੀ ਦੇ ਹਿਸਾਬ ਨਾਲ ਕਰ ਸਕੇ ਜੀ, ਫਿਰ ਤਾਂ ਕੋਈ ਪ੍ਰੋਬਲਮ ਨੀ ਹੋਣੀ ਚਾਹੀਦੀ ਮੇਰੇ ਖਿਆਲ। ਬਾਕੀ ਜਿਹੜੀ ਡਿਵੀਜ਼ਨ ਹੈ ਮੈਨੂੰ ਲੱਗਦਾ ਵੀ ਇਹ ਠੀਕ ਤਰੀਕਾ ਨੀ ਗਾ ਸੋਚਣ ਦਾ ਜੀ। ਇਹ ਬੇਸਿਕਲੀ ਉਹ ਕੰਮ ਤਾਂ ਹੀ ਚੱਲੂਗਾ ਜੇ ਉਹ ਪਰਸਨੈਲਿਟੀ ਸਹੀ ਪੈਦਾ ਹੋਊਗੀ, ਜੇ ਉਹ ਪਰਸਨੈਲਿਟੀ ਨੀ ਹੈਗੀ ਜਦੋਂ ਡਿਵੀਜ਼ਨ ਪੈ ਗਈ ਫਿਰ ਆਹ ਬੰਦੇ ਪੋਲੀਟੀਕਲ ਹੈ ਤੇ ਇਹ ਬੰਦੇ ਰਿਲੀਜੀਅਸ ਹੈ ਤੇ ਇਹਨਾਂ ਨੇ ਆਪਸ ਚ ਕੋਆਰਡੀਨੇਟ ਕਰਨਾ, ਤਾਂ ਮੈਨੂੰ ਨੀ ਲੱਗਦਾ ਵੀ ਕੰਫਲਿਕਟ ਤੋਂ ਬਚਿਆ ਜਾ ਸਕਦਾ, ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੰਫਲਿਕਟ ਆਊਗੀ ਜੀ। ਕੰਫਲਿਕਟ ਤਾਂ ਉਦੋਂ ਹੀ ਮਿਟੂਗੀ ਜਦੋਂ ਇੱਕ ਪਰਸਨੈਲਿਟੀ ਹੀ ਉਹੀ ਹੋਊਗੀ ਜਿਹੜੀ ਉਹਨਾਂ ਦੋਨਾਂ ਪਾਸਿਆਂ ਨਾਲ ਇਨਸਾਫ਼ ਕਰ ਸਕੇ, ਜਿਹੜੇ ਕਿ ਅਸਲ ਦੇ ਵਿੱਚ ਦੋ ਪਾਸੇ ਨੀ ਗੇ, ਅਸਲ ਦੇ ਵਿੱਚ ਲਾਈਫ ਜਿਹੜੀ ਉਹ ਇੱਕੋ ਹੀ ਹੈ ਜੀ।
ਸਰੋਤੇ ਜੇਕਰ ਤੁਸੀਂ ਆਪਣਾ ਕੋਈ ਸਵਾਲ ਰੱਖਣਾ ਚਾਹੁੰਦੇ ਹੋ ਜੀ 0390 28 900 0390 285 900 ਕੈਨੇਡਾ ਦੇ ਸਰੋਤਿਆਂ ਲਈ 760-284-31-20 ਤੀਰਥ ਸਿੰਘ ਪੰਦੇਰ ਸਿਡਨੀ ਤੋਂ ਪੁੱਛਦੇ ਆ ਉਹਨਾਂ ਦਾ ਸਵਾਲ ਹੈ ਜੀ ਉਹ ਕਹਿੰਦੇ ਕੈਨ ਵੀ ਕੋਰਲੇਟ ਮੀਰੀ ਪੀਰੀ ਵਿਦ ਜਿਨ ਐਂਡ ਜੈਂਗ ਇਨ ਕੰਟੈਕਸਟ ਆਫ ਕਰੰਟ ਮੈਟਰ ਵਿਚ ਇਜ਼ ਬੀਇੰਗ ਡਿਸਕਸਡ ਦੇਖੋ ਜਿੰਨਾ ਕਿ ਯਿਨ ਐਂਡ ਯੈਂਗ ਦਾ ਮੈਨੂੰ ਪਤਾ ਉਹ ਥੋੜੀ ਜਿਹੀ ਡਿਫਰੈਂਟ ਚੀਜ਼ ਆ ਜੀ ਮੀਰੀ ਪੀਰੀ ਨਾਲੋਂ ਜੀ ਡਿਫਰੈਂਟ ਆਏ ਆ ਵੀ ਇੱਕ ਤਾਂ ਉਹਦਾ ਯਿਨ ਐਂਡ ਯੈਂਗ ਜਿਹੜੀ ਉਹ ਜ਼ਿਆਦਾ ਸਟਲ ਤੇ ਇੱਕ ਜ਼ਿਆਦਾ ਫਿਲਸੋਫੀਕਲ ਆ ਜੀ ਉਹਦੀ ਜਿਹੜੀ ਲਾਈਫ ਦੀ ਮਟੀਰੀਅਲ ਸਾਈਡ ਆ ਉਹਦੇ ਨਾਲ ਉਹਦੀ ਓਨੀ ਇਨਗੇਜਮੈਂਟ ਨਹੀਂ ਗੀ ਯਿਨ ਤੇ ਯੈਂਗ ਦਾ ਜਿੰਨਾ ਕੁ ਮੈਨੂੰ ਸਮਝ ਆਇਆ ਉਹ ਇਹ ਆ ਜ਼ਿੰਦਗੀ ਆ ਜਿਹੜੀ ਉਹ ਅਪੋਜੀਸ਼ਨ ਦੇ ਵਿੱਚ ਡਿਵਾਈਡਡ ਹੈ ਮੈਨ ਵੂਮਨ ਨੇਚਰ ਕਲਚਰ ਲਾਈਟ ਡਾਰਕਨੈਸ ਇਹੋ ਜਿਹੀਆਂ ਅਪੋਜੀਸ਼ਨ ਆ ਪਰ ਹਰੇਕ ਅਪੋਜੀਸ਼ਨ ਦੇ ਸੈਂਟਰ ਦੇ ਵਿੱਚ ਉਹਦਾ ਓਪੋਜਿਟ ਪਿਆ ਕਿ ਹਰੇਕ ਜੋਜ਼ ਆ ਜਿਹੜਾ ਜਿਹੜੀ ਲਾਈਟ ਜਿਹੜੀ ਡਾਰਕਨੈਸ ਆ ਉਹਦੇ ਧੁਰ ਅੰਦਰ ਲਾਈਟ ਆ ਜਿਹੜੀ ਉਹ ਵਾਸ ਕਰਦੀ ਹੈ ਜਿਹੜੀ ਲਾਈਟ ਆ ਉਹਦੇ ਧੁਰ ਅੰਦਰ ਜਿਹੜੀ ਉਹ ਡਾਰਕਨੈਸ ਲਾਈਟ ਵਾਸ ਕਰਦੀ ਹੈ ਬੇਸਿਕਲੀ ਆਈਡੀਆ ਕੀ ਹੈ ਕਿ ਦੇ ਤੋਂ ਪਾਰ ਕੋਈ ਹੋਰ ਯੂਨਿਟੀ ਹੈ ਚੀਜ਼ਾਂ ਦੀ ਜੀ ਪਰ ਇਹ ਐਬਸਟ੍ਰੈਕਟ ਆਈਡੀਆ ਹੈ ਯਿਨ ਐਂਡ ਯੈਂਗ ਇਹਦਾ ਸਿੰਬੋਲਿਜ਼ਮ ਆ ਜਿਹੜਾ ਉਹ ਉਹਨਾਂ ਰਿਚ ਨਹੀਂ ਜੀ ਜਿਹੜੀ ਸੋਸ਼ਲ ਮਟੀਰੀਅਲ ਲਾਈਫ ਆ ਪੋਲੀਟੀਕਲ ਲਾਈਫ ਹੈ ਉਹਦੇ ਨਾਲ ਇਹਦਾ ਸਿੱਧਾ ਨਾਤਾ ਜਿਹੜਾ ਉਹ ਉਹਨਾਂ ਭਰਵੇਂ ਰੂਪ ਦੇ ਵਿੱਚ ਮੌਜੂਦ ਨਹੀਂ ਹੈ ਜਿਹੜਾ ਮੀਰੀ ਪੀਰੀ ਦਾ ਕੰਟੈਕਟ ਦਾ ਕੋਨਸੈਪਟ ਹੈ ਉਹ ਇਹਦੇ ਨਾਲ ਡਿਫਰੈਂਟ ਹੈ ਕਿਉਂਕਿ ਇੱਕ ਤਾਂ ਉਹ ਐਬਸਟ੍ਰੈਕਟ ਕੋਨਸੈਪਟ ਨਹੀਂ ਗਾ ਉਹ ਐਮਬੋਡੀਡ ਹੈ ਜੀ ਜਿਵੇਂ ਉਹ ਕਿਰਪਾਨਾਂ ਧਾਰਨ ਕੀਤੀਆਂ ਗਈਆਂ ਅਸਲੀ ਕਿਰਪਾਨਾਂ ਗੁਰੂ ਸਾਹਿਬ ਵੱਲੋਂ ਖੁਦ ਧਾਰਨ ਕੀਤੀਆਂ ਗਈਆਂ ਫਿਰ ਉਹਦਾ ਇੱਕ ਪੋਲੀਟੀਕਲ ਕੋਨਟੈਕਸਟ ਹੈ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨ ਦਾ ਕਿ ਇੱਕ ਖਾਸ ਸਮੇਂ ਦੇ ਵਿੱਚ ਜਿਹੜੇ ਹਾਲਾਤ ਪੈਦਾ ਹੋਏ ਉਹਨਾਂ ਨੂੰ ਰਿਸਪੋਂਸ ਵੀ ਦਿੱਤਾ ਗਿਆ ਤੇ ਉਸ ਰਿਸਪੋਂਸ ਦੇ ਥਰੂ ਇੱਕ ਇਟਰਨਲ ਜਿਹੜਾ ਉਹ ਮਾਡਲ ਵੀ ਦਿੱਤਾ ਗਿਆ ਕਮਿਊਨਿਟੀ ਨੂੰ ਕਿ ਜੇ ਤੁਸੀਂ ਹੁਣ ਤੋਂ ਬਾਅਦ ਇਹ ਫੋਲੋ ਕਰਨਾ ਜੀ ਜਿਹੜਾ ਕਿਸੇ ਦੀ ਵੀ ਹੈ ਜੀ ਆਪਣਾ ਇੱਕ ਹੋਰ ਕਾਲਰ ਜੁੜਿਆ ਜੀ ਰਵਿੰਦਰ ਸਿੰਘ USA ਤੋਂ ਜੀ ਆਇਆਂ ਨੂੰ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਮੇਰਾ ਪ੍ਰੇਸ਼ਰ ਮਨੀ ਵੀ ਮੇਰਾ ਕਮੈਂਟ ਸੀਗਾ ਇਹਦੇ ਬਾਰੇ ਸੰਤ ਸਿਪਾਹੀ ਦੇ ਬਾਰੇ ਜਿੱਦਾਂ ਵੀ ਸਿੰਘ ਸਾਹਿਬ ਕਹਿ ਰਹੇ ਸੀ ਕਿ ਮਤਲਬ ਦੋਨੋਂ ਜਿਹੜੇ ਕਾਨਸੈਪਟ ਹੈਗੇ ਆ ਉਹ ਬਈ ਇੱਕੇ ਹੀ ਹੈਗੇ ਜਿੱਦਾਂ ਸਿੱਖੀ ਚ ਜੀ ਤੇ ਜਿੱਥੇ ਵੀ ਮਤਲਬ ਅਗਰ ਤੁਸੀਂ ਦੇਖੋ ਜਿੱਦੇ ਜਿਹੜੀ ਕੰਟਰੀਆਂ ਜਿੱਥੇ ਮਤਲਬ ਅਲੱਗ ਕਾਨਸੈਪਟ ਰੱਖੇ ਹੋਏ ਜਿੱਦਾਂ ਪੋਲੀਟਿਕਸ ਜਿਹੜੇ ਆ ਰਿਲੀਜਨ ਤੋਂ ਅਲੱਗ ਰੱਖੇ ਹੋਏ ਆ ਉਸ ਕੰਟਰੀਆਂ ਜਿਹੜੀ ਸੋਸਾਇਟੀਆਂ ਹੈਗੀਆਂ ਉਹ ਮਲਟੀ ਕਲਚਰਲ ਹੈਗੀਆਂ ਔਰ ਮਲਟੀ ਰਿਲੀਜੀਅਸ ਹੈਗੀਆਂ ਇੱਕ ਤੋਂ ਜ਼ਿਆਦਾ ਧਰਮ ਹੈਗੇ ਆ ਉੱਥੇ ਜੀ ਤੇ ਕਦੀ ਕਦੀ ਏਦਾਂ ਹੁੰਦਾ ਹੈ ਕਿ ਆਪਣੀ ਟ੍ਰੈਡੀਸ਼ਨਾਂ ਆਪਣੇ ਜਿਹੜੇ ਰਿਚੁਅਲ ਨਹੀਂ ਮਿਲਦੇ ਇੱਕ ਦੂਜੇ ਦੇ ਨਾਲ ਤੇ ਇਸ ਕਰਕੇ ਉਸ ਸਥਿਤੀ ਤੇ ਆ ਕੇ ਪੋਲੀਟਿਕਸ ਮਤਲਬ ਇਹ ਅਲੱਗ ਕਰਨੀ ਪੈਂਦੀ ਹੈ ਸੰਤ ਸਿਪਾਹੀ ਤੋਂ ਤੇ ਪਰ ਨਾਲੇ ਜਿਹੜੇ ਹੋਰ ਰਿਲੀਜਨ ਹੈਗੇ ਆ ਚਾਹੇ ਅੰਦਰ ਉਹਨਾਂ ਦੇ ਰਸਤਾ ਤੇ ਇੱਕ ਹੈਗਾ ਆ ਪਰ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਨ ਤੋਂ ਬੜਾ ਮਤਲਬ ਹਿਚਕਚਾਉਂਦੇ ਆ ਤੇ ਡਰਦੇ ਆ ਇਸ ਕਰਕੇ ਮਤਲਬ ਕਰੰਟਲੀ ਤੇ ਹੋਰ ਕੋਈ ਮਤਲਬ ਤਰੀਕਾ ਨਹੀਂ ਆ ਬਸ ਅਲੱਗ ਅਲੱਗ ਰੱਖ ਕੇ ਹੀ ਕੰਮ ਚੱਲ ਸਕਦਾ ਹੈ ਜਿੱਦਾਂ ਪਰ ਅਗਰ ਇੱਕੋ ਹੀ ਜਿੱਦਾਂ ਕਰਮ ਹੋਵੇ ਤਾਂ ਫਿਰ ਮੈਜੋਰਿਟੀ ਦਾ ਤੇ ਫਿਰ ਥੋੜਾ ਆਸਾਨ ਹੋ ਜਾਂਦਾ ਸੰਤ ਸਿਪਾਹੀ ਦਾ ਕੰਸੈਪਟ ਹੁੰਦਾ ਇੱਕੋ ਦੇ ਬਿਆਨ ਬਸ ਉਹਦੇ ਬਾਰੇ ਸਿੰਘ ਸਾਹਿਬ ਨੇ ਕੋਈ ਕਮੈਂਟ ਕਰਨਾ ਹੋਇਆ ਤੇ ਜੀ ਆਇਆਂ ਨੇ ਜੀ ਥੈਂਕ ਯੂ ਬਸ ਧੰਨਵਾਦ ਜੀ ਤੁਹਾਡਾ ਹਾਂਜੀ ਮੈਂ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਨਾ ਵੀ ਜੇ ਕਿਸੇ ਸੋਸਾਇਟੀ ਦੇ ਵਿੱਚ ਇੱਕੋ ਧਰਮ ਹੈ ਤਾਂ ਫਿਰ ਸੰਤ ਸਿਪਾਹੀ ਦੇ ਕੰਸੈਪਟ ਨੂੰ ਫੋਲੋ ਕਰਨਾ ਸੌਖਾ ਹੋ ਜਾਂਦਾ ਜੀ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਗਿਆ ਇਹ ਬਿਲਕੁਲ ਗਲਤ ਗੱਲ ਹੈ ਜੀ ਗਲਤ ਗੱਲ ਕਿਉਂ ਆ ਪੰਜਾਬ ਆ ਜਿਹੜਾ ਜਿਹੜੀ ਖਾਲਸੇ ਦੀ ਜਨਮ ਭੂਮੀ ਹੈ ਉੱਥੇ ਕਦੇ ਵੀ ਆਏ ਨੀ ਹੋਇਆ ਵੀ ਉੱਥੇ ਇੱਕੋ ਹੀ ਧਰਮ ਹੋਵੇ ਜੀ ਪੰਜਾਬ ਸ਼ੁਰੂ ਤੋਂ ਹੀ ਮਲਟੀ ਰਿਲੀਜੀਅਸ ਸੋਸਾਇਟੀ ਰਹੀ ਹੈ ਜੀ ਤੇ ਪੰਜਾਬ ਦੇ ਵਿੱਚ ਹੀ ਖਾਲਸਾ ਪੰਥ ਪੈਦਾ ਹੋਇਆ ਪੰਜਾਬ ਦੇ ਵਿੱਚ ਸੰਤ ਸਿਪਾਹੀ ਦਾ ਕੰਸੈਪਟ ਪੈਦਾ ਹੋਇਆ ਤੇ ਪੰਜਾਬ ਦੇ ਧਰਤੀ ਤੇ ਹੀ ਸੰਤ ਸਿਪਾਹੀ ਦੇ ਕੰਸੈਪਟ ਨੂੰ ਪ੍ਰੈਕਟਿਸ ਦੇ ਵਿੱਚ ਲਿਆਂਦਾ ਗਿਆ ਜੀ
ਜਿਹੜੀ ਕਿ ਹਮੇਸ਼ਾ ਮਲਟੀ ਰਿਲੀਜੀਅਸ ਸੁਸਾਇਟੀ ਰਹੀ ਹੈ। ਗੁਰੂ ਸਾਹਿਬਾਨ ਦੇ ਜੀਵਨ ਤੇ ਜੇ ਥੋੜੀ ਜਿਹੀ ਵੀ ਝਾਤ ਮਾਰੋ ਤੁਸੀਂ ਦਸਮ ਪਾਤਸ਼ਾਹ ਦੇ ਜੀਵਨ ਤੇ, ਤੁਹਾਨੂੰ ਪਤਾ ਲੱਗੂਗਾ ਵੀ ਜਿਹੜੀ ਸੰਤ ਸਿਪਾਹੀ ਹੈ ਉਹਦਾ ਰਿਲੀਜੀਅਸ ਡਾਇਵਰਸਿਟੀ ਨਾਲ ਕੋਈ ਕੋਨਫਲਿਕਟ ਨਹੀਂ ਜੀ। ਜੀ ਉਹ ਤਾਂ ਸਗੋਂ ਰਿਲੀਜੀਅਸ ਡਾਇਵਰਸਿਟੀ ਹੈ ਜਿਹੜੀ ਉਹਨੂੰ ਸਵੀਕਾਰ ਕਰਦਾ ਜੀ। ਸੰਤ ਸਿਪਾਹੀ ਦਾ ਕੋਨਸੈਪਟ ਹੈ ਨਾ ਉਹ ਰਿਲੀਜੀਅਸ ਡਾਇਵਰਸਿਟੀ ਨੂੰ ਸਵੀਕਾਰ ਹੀ ਨਹੀਂ ਕਰਦਾ, ਉਹਨੂੰ ਇਹੋ ਜਿਹਾ ਮਾਹੌਲ ਦਿੰਦਾ ਜਿੱਥੇ ਹਰ ਰਿਲੀਜਨ ਜਿਹੜਾ ਉਹ ਵਿਰਸਤ ਹੋ ਸਕੇ, ਪ੍ਰੋਟੈਕਟ ਵੀ ਕਰਦਾ। ਮੀਰੀ ਪੀਰੀ ਦਾ ਸਿਧਾਂਤ ਛੇਵੇਂ ਪਾਤਸ਼ਾਹ ਨੇ ਦਿੱਤਾ ਤੇ ਛੇਵੇਂ ਪਾਤਸ਼ਾਹ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਕਿ ਮੁਸਲਮਾਨਾਂ ਵਾਸਤੇ ਇੱਕ ਮਸੀਤ ਦਾ ਨਿਰਮਾਣ ਕਰਵਾਇਆ ਜੀ। ਠੀਕ ਹੈ ਨਾ, ਸੋ ਉਹ ਫਲੋਰਿਸ਼ ਹੁੰਦਾ ਜਿਹੜੀਆਂ ਮਲਟੀਕਲਚਰਲ ਸੋਸਾਇਟੀਜ਼ ਆ ਉਹਨਾਂ ਦਾ ਕ੍ਰਾਈਸਿਸ ਹੋਰ ਆ, ਉਹ ਜ਼ਿਆਦਾ ਡੀਪ ਕ੍ਰਾਈਸਿਸ ਆ ਜੀ। ਜਿਹੜੀਆਂ ਰਿਲੀਜੀਅਸ ਕਮਿਊਨਿਟੀਜ਼ ਮਲਟੀਕਲਚਰਲ ਸੋਸਾਇਟੀਜ਼ ਦੇ ਵਿੱਚ ਰਹਿ ਰਹੀਆਂ ਉਹ ਹਜੇ ਜਿਵੇਂ ਕਿਸੇ ਚੀਜ਼ ਦਾ ਨਵਾਂ ਨਵਾਂ ਨਸ਼ਾ ਨਹੀਂ ਹੁੰਦਾ ਗਾ, ਉਹ ਹਜੇ ਨਸ਼ੇ ਚ ਹੈ, ਉਹਨਾਂ ਨੂੰ ਗੱਲ ਸਮਝ ਨਹੀਂ ਆ ਰਹੀ ਪੂਰੀ ਜੀ। ਕਿਉਂਕਿ ਉਹ ਲਾਈਫ ਜਿਹੜੀ ਇੱਕਦਮ ਇੰਨੀ ਸੌਖੀ ਹੋ ਜਾਂਦੀ ਹੈ ਜਦੋਂ ਬੰਦਾ ਮਾਈਗ੍ਰੇਟ ਕਰਦਾ, ਉਹਦੀ ਲਾਈਫ ਇੱਕਦਮ ਉਹ ਇੰਨੇ ਵਧੀਆ ਮਾਹੌਲ ਚ ਰਹਿਣ ਲੱਗ ਜਾਂਦਾ ਜਿੱਥੇ ਕਿ ਫਿਜ਼ੀਕਲ ਕੰਫਰਟਸ ਬਹੁਤ ਜ਼ਿਆਦਾ। ਸੋ ਉਹਦਾ ਨਸ਼ਾ ਹੁੰਦਾ ਇੱਕੋ, ਉਹ ਜਿਹੜੀ ਲਾਈਫ ਸੌਖੀ ਹੁੰਦੀ ਹੈ ਨਾ ਬੰਦੇ ਦੀ, ਇੱਕਦਮ ਉਹਦਾ ਇੱਕ ਨਸ਼ਾ ਹੁੰਦਾ ਉਹ ਜਿਹੜਾ ਸਮਝਣ ਨਹੀਂ ਦਿੰਦਾ ਔਰ ਉਹਦੇ ਪ੍ਰਤੀ ਕ੍ਰਿਟੀਕਲ ਨਹੀਂ ਹੋਣ ਦਿੰਦਾ। ਜਿਹੜੀਆਂ ਮਲਟੀਕਲਚਰਲ ਸੋਸਾਇਟੀਜ਼ ਹੈ ਨਾ ਜਿਹੜਾ ਇਹਦੇ ਚ ਸੋਸ਼ਲ ਐਟਮੋਸਫੀਅਰ ਆ ਉਹ ਬੰਦੇ ਦੀ ਰਿਲੀਜੀਅਸ ਪਛਾਣ ਨੂੰ ਹੌਲੀ 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 ਉਹਨੂੰ ਖੁਰਾ ਲਾਈ ਜਾਂਦਾ ਜੀ। ਸੋ ਉਹ ਬਹੁਤ ਹੀ ਇੱਕ ਮਚਿਓਰ ਜਿਵੇਂ ਤਰੀਕਾ ਆ ਰਿਲੀਜੀਅਸ ਡਿਫਰੈਂਸ ਨੂੰ ਅੰਡਰਮਾਈਨ ਕਰਨ ਦਾ ਮਲਟੀਕਲਚਰਲ ਸੋਸਾਇਟੀ, ਜਿੱਥੇ ਕਿ ਉਹਨਾਂ ਦੀ ਉਹਨਾਂ ਨੂੰ ਲੱਗਦਾ ਵੀ ਸਾਨੂੰ ਬਣਦੀ ਥਾਂ ਵੀ ਮਿਲੀ ਹੋਈ ਹੈ, ਪਰ ਉਹਦੀ ਜਿਹੜੀ ਮੈਨੂੰ ਲੱਗਦਾ ਵੀ ਜਿਹੜੀ ਇਹਦੀ ਕੰਪਲੀਟ ਫਲੋਰਿਸ਼ਿੰਗ ਹੈ ਨਾ ਉਹ ਮਲਟੀਕਲਚਰਲ ਸੋਸਾਇਟੀ ਦੇ ਵਿੱਚ ਬਹੁਤ ਡਿਫੀਕਲਟ ਹੈ। ਬਿਕੋਜ਼ ਕਿਉਂਕਿ ਉਹ ਸੋਸਾਇਟੀ ਹੈ ਜਿਹੜੀ ਵੈਸਟਰਨ ਸੋਸਾਇਟੀਜ਼ ਹੈ ਜਿਹੜੀਆਂ ਉਹ ਮਟੀਰੀਅਲਿਸਟਿਕ ਸੋਸਾਇਟੀਜ਼ ਆ ਤੇ ਉਹਨਾਂ ਦਾ ਜਿਹੜਾ ਮੇਨ ਆਧਾਰ ਆ ਜਿਹੜਾ ਉਹ ਕੰਜ਼ੰਪਸ਼ਨ ਆ ਜੀ, ਤੇ ਜਿਹੜੀ ਕੈਪੀਟਲਿਸਟ ਕੰਜ਼ੰਪਸ਼ਨ ਆ ਉਹ ਬਿਲਕੁਲ ਡਿਫਰੈਂਟ ਇਸ਼ੂ ਆ। ਦੂਜੀ ਗੱਲ ਇਹ ਆ ਵੀ ਇਹ ਇੰਜੋਇਮੈਂਟ ਬੇਸਡ ਸੋਸਾਇਟੀਜ਼ ਆ ਜੀ, ਜਿੱਥੇ ਕਿਸੇ ਵੀ ਕਿਸਮ ਦਾ ਟੈਬੂ ਆ ਜਿਹੜਾ ਉਹਨੂੰ ਉਹਨੂੰ ਡਿਸਕਰੇਜ ਕੀਤਾ ਜਾਂਦਾ। ਸੋ ਉਹ ਇੰਜੋਇਮੈਂਟ ਬੇਸਡ ਸੋਸਾਇਟੀਜ਼ ਹੋਣ ਕਰਕੇ ਜਿਹੜੀ ਰਿਲੀਜੀਅਸ ਫੀਲਿੰਗ ਆ ਜਿਹੜੀ ਉਹ ਆਟੋਮੈਟਿਕਲੀ ਸਪਰੈਸ ਹੋਈ ਜਾਂਦੀ ਹੈ ਜਾਂ ਘਟੀ ਜਾਂਦੀ ਹੈ, ਅੰਡਰਮਾਈਨ ਹੋਈ ਜਾਂਦੀ ਹੈ ਹੌਲੀ ਹੌਲੀ ਬੰਦੇ ਦੇ ਅੰਦਰੋਂ। ਸੋ ਉਹ ਤਾਂ ਹੈਗਾ ਡਿਫਰੈਂਟ, ਹੁਣ ਤਾਂ ਆਪਾਂ ਜਾ ਨਹੀਂ ਸਕਦੇ ਉਸ ਪਾਸੇ, ਪਰ ਮੈਨੂੰ ਲੱਗਦਾ ਵੀ ਜਿਹੜੀ ਸੰਤ ਸਿਪਾਹੀ ਦਾ ਕੰਸੈਪਟ ਹੈ ਉਹਦਾ ਰਿਲੀਜੀਅਸ ਡਾਇਵਰਸਿਟੀ ਨਾਲ ਬਿਲਕੁਲ ਕੋਈ ਕੰਟਰਾਡਿਕਸ਼ਨ ਨਹੀਂ ਹੁੰਦੀ, ਉਹ ਸਗੋਂ ਉਹ ਉਹਦੇ ਲਈ ਮਲਟੀਕਲਚਰਲ ਸੋਸਾਇਟੀਜ਼ ਨਾਲੋਂ ਵੀ ਜ਼ਿਆਦਾ ਜ਼ਿਆਦਾ ਉਹ ਕੰਟਰੀਬਿਊਟ ਕਰਦਾ ਰਿਲੀਜੀਅਸ ਡਾਇਵਰਸਿਟੀ ਨੂੰ ਜੀ। ਜੀ ਭਾਈ ਸਾਹਿਬ ਜੀ, ਇੱਥੇ ਆਪਾਂ ਇੱਕ ਸਿਰਫ ਵਕਫਾ ਲੈਂਦੇ ਹਾਂ, ਉਸ ਤੋਂ ਬਾਅਦ ਮੈਂ ਇੱਕ ਅਨਾਊਂਸਮੈਂਟ ਸਾਂਝੀ ਕਰਨੀ ਸਰ, ਅਤੇ ਇਸ ਦੇ ਦੌਰਾਨ ਜੇਕਰ ਤੁਹਾਡਾ ਕੋਈ ਹੋਰ ਸਵਾਲ ਹੈ ਜੀ ਤੁਸੀਂ ਰੱਖ ਸਕਦੇ ਹੋ 03-9020। ਗੱਲਬਾਤ ਚੱਲ ਰਹੀ ਹੈ ਜੀ ਧਰਮ ਅਤੇ ਰਾਜਨੀਤੀ ਦੀ, ਇਹਨਾਂ ਦੇ ਆਪਸੀ ਜੋੜ ਦੇ ਉੱਤੇ ਜਾਂ ਜੋ ਇਹਨੂੰ ਤੋੜ ਕੇ ਗੱਲ ਕਰਨੀ ਚਾਹੁੰਦੇ ਆ ਕਿਸੇ ਵੀ ਪੱਖ ਤੋਂ ਤੁਸੀਂ ਆ ਕੇ ਵਿਚਾਰ ਰੱਖ ਸਕਦੇ ਹੋ। ਮਿਲਦੇ ਹਾਂ ਸੁਨੇਹ ਤੋਂ ਬਾਅਦ। KPG Taxation Suit 40 Level 1 15-23 Langhorne Street Tanino। ਇਸ ਵਕਤ 10:11 ਦਾ ਸਮਾਂ ਹੋ ਰਿਹਾ ਜੀ ਮੈਲਬੋਰਨ ਸ਼ਹਿਰ ਦੇ ਅਨੁਸਾਰ ਸਟੂਡੀਓ ਕੜੀ ਦੇ ਉੱਤੇ ਗੁਰਮਤਿ ਸਮਾਗਮ ਅਤੇ ਸਪੋਰਟਸ ਇਵੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਦਲ ਬਾਬਾ ਵਿਧੀ ਚੰਦ ਖਾਲਸਾ ਛਾਉਣੀ ਪਲੰਪਟਨ ਮੈਲਬੋਰਨ ਦੇ ਵਿੱਚ। ਜਿਹੜਾ ਗੁਰਮਤਿ ਸਮਾਗਮ ਹੈ 30 ਅਪ੍ਰੈਲ ਸੈਟਰਡੇ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ ਅਖੰਡ ਕੀਰਤਨੀ ਜਥੇ ਦਾ ਜਿਹੜਾ ਕੀਰਤਨ ਸਮਾਗਮ ਹੋਵੇਗਾ, ਤੇ 1 ਤਰੀਕ ਨੂੰ ਦਿਨ ਐਤਵਾਰ ਨੂੰ ਸਪੋਰਟਸ ਤੇ ਕਲਚਰ ਇਵੈਂਟ ਹੋਵੇਗਾ ਜਿਹੜਾ 12 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲੇਗਾ। ਇਹਦੇ ਵਿੱਚ ਕਬੱਡੀ, ਅਥਲੈਟਿਕਸ, ਗੱਤਕਾ, ਟਗ ਆਫ ਵਾਰ, ਚਾਟੀ ਰੇਸ, ਮਿਊਜ਼ੀਕਲ ਚੇਅਰ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੋਣਗੀਆਂ। ਜੇਕਰ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਤੇ ਫੋਨ ਨੰਬਰ ਹੈ ਜੀ 04500021 9021 04500021 9021। ਨਾਲ ਦੀ ਨਾਲ ਸਾਊਥ ਆਸਟ੍ਰੇਲੀਆ ਦੇ ਸਰੋਤਿਆਂ ਦੇ ਲਈ ਇੱਕ ਅਨਾਊਂਸਮੈਂਟ ਹੈ ਜੀ, ਖਾਲਿਸਤਾਨ ਡੇ ਮਨਾਇਆ ਜਾ ਰਿਹਾ ਹੈ 30 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਕਲੋਸਪ ਰਿਵਰਲੈਂਡ ਸਾਊਥ ਆਸਟ੍ਰੇਲੀਆ ਦੀਆਂ ਸੰਗਤਾਂ ਦੇ ਵੱਲੋਂ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੇਨਤੀ ਹੈ ਕਿ ਖਾਲਿਸਤਾਨ ਡੇ ਪਹਿਲੀ ਵਾਰ ਉੱਥੇ ਮਨਾਇਆ ਜਾ ਰਿਹਾ ਤੇ ਵੱਧ ਚੜ੍ਹ ਕੇ ਹਿੱਸਾ ਲਓ। ਜੇਕਰ ਤੁਸੀਂ ਵਧੇਰੇ ਜਾਣਕਾਰੀ
ਲੈਣੀ ਹੈ ਤੇ ਤੁਸੀਂ ਸਰਦਾਰ ਰਣਜੀਤ ਸਿੰਘ ਸੰਧੂ ਹੋਰਾਂ ਨੂੰ ਰੋਨੀ ਹੋਰਾਂ ਨੂੰ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਦਾ ਫੋਨ ਨੰਬਰ ਹੈ 0422-7536-96 ਮੈਲਮੋ ਤੋਂ ਵੀ ਨੌਜਵਾਨ ਇਸ ਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ ਜੇਕਰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤੇ ਇਹਨਾਂ ਦੇ ਨੰਬਰਾਂ ਦੇ ਉੱਤੇ ਹੀ ਕਰਕੇ ਉਹਨਾਂ ਦਾ ਵੀ ਤੁਸੀਂ ਪਤਾ ਉਹਨਾਂ ਦਾ ਲੈ ਸਕਦੇ ਹੋ ਜੇਕਰ ਤੁਸੀਂ ਉਹਨਾਂ ਦੇ ਨਾਲ ਹੀ ਜਥੇ ਦੇ ਜਾਣਾ ਚਾਹੁੰਦੇ ਹੋ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਸਰਦਾਰ ਪ੍ਰਭ ਸ਼ਰਨਵੀਰ ਸਿੰਘ ਕੈਨੇਡਾ ਤੋਂ ਜੁੜੇ ਹੋਏ ਨੇ ਹੁਣ ਅਸੀਂ ਪ੍ਰੋਗਰਾਮ ਦੇ ਤਕਰੀਬਨ ਅਖੀਰ ਦੇ ਵੱਲ ਵੱਧ ਚੁੱਕੇ ਹਾਂ ਜੀ ਭਾਈ ਸਾਹਿਬ ਅੱਜ ਦੀ ਆਪਣੀ ਬੜੀ ਸੋਹਣੀ ਗੱਲਬਾਤ ਹੋਈ ਹੈ ਤੁਸੀਂ ਬੜੇ ਵਿਸਥਾਰ ਦੇ ਵਿੱਚ ਦੱਸਿਆ ਹੈ ਬੜੀਆਂ ਉਦਾਹਰਣਾਂ ਦੇ ਕੇ ਦੱਸਿਆ ਹੈ ਕਿ ਜਿਹੜਾ ਇਹ ਧਰਮ ਹੈ ਇਹ ਇੱਕ ਆਪਾਂ ਕਹਿੰਦੇ ਕਿ ਇਸ ਪੂਰੇ ਮਨੁੱਖੀ ਵਰਤਾਰੇ ਦੇ ਵਿੱਚ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਲਾਂਭੇ ਕਰਕੇ ਤੁਸੀਂ ਇੱਕ ਸਹੀ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ ਵਿਸ਼ੇਸ਼ ਕਰ ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਹਾਂ ਇਹ ਦੋਨੇ ਚੀਜ਼ਾਂ ਬਰੋਬਰ ਚੱਲਦੀਆਂ ਨੇ ਸੋ ਅਖੀਰ ਦੇ ਉੱਤੇ ਹੁਣ ਆਪਾਂ ਪ੍ਰੋਗਰਾਮ ਨੂੰ ਇਸ ਨੂੰ ਸਮ ਅਪ ਕਰਨਾ ਚਾਹੁੰਦੇ ਅਖੀਰ ਦੇ ਉੱਤੇ ਆ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਕੰਕਲੂਡ ਦੇ ਵਿੱਚ ਮੈਂ ਦੇਖੋ ਜੀ ਮੇਰੀ ਤਾਂ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਕੋਈ ਵੀ ਕੌਮ ਆ ਜਿਹੜੀ 21ਵੀਂ ਸਦੀ ਦੇ ਵਿੱਚ ਰਹਿ ਰਹੀ ਹੈ ਉਹ ਆਈਸੋਲੇਸ਼ਨ ਦੇ ਵਿੱਚ ਨਹੀਂ ਰਹਿ ਸਕਦੀ ਜੀ ਜਿਹੜੀ ਕਲਚਰਲ ਐਕਸਚੇਂਜ ਤੇ ਇੰਟਲੈਕਚੁਅਲ ਐਕਸਚੇਂਜ ਹੈ ਨਾ ਉਹ ਸਾਡੇ ਸਮਿਆਂ ਦਾ ਸੱਚ ਹੈ ਜੀ ਉਸ ਐਕਸਚੇਂਜ ਨੂੰ ਆਪਾਂ ਨੂੰ ਐਕਸੈਪਟ ਹੀ ਕਰਨਾ ਪੈਣਾ ਜੀ ਤੇ ਇਹ ਕੋਈ ਇਹੋ ਜਿਹੀ ਕੋਈ ਧਾਰ ਚੱਕਣ ਵਾਲੀ ਗੱਲ ਨਹੀਂ ਉਹ ਐਕਸਚੇਂਜ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਸਾਨੂੰ ਜੀ ਵਧੀਆ ਗੱਲ ਹੈ ਸੋ ਜਿਹੜੀ ਇੰਟਲੈਕਚੁਅਲ ਐਕਸਚੇਂਜ ਹੈ ਉਹ ਕਿਸੇ ਵੈਕਿਊਮ ਦੇ ਵਿੱਚ ਨਹੀਂ ਹੁੰਦੀ ਜੀ ਉਹਦੇ ਲਈ ਇੱਕ ਕਲਚਰ ਸਿਰਜਣਾ ਪੈਂਦਾ ਉਹਦੇ ਲਈ ਇੱਕ ਮਾਹੌਲ ਸਿਰਜਣਾ ਪੈਂਦਾ ਤਾਂ ਹੀ ਕੋਈ ਕਮਿਊਨਿਟੀ ਆ ਉਹਦੇ ਵਿੱਚ ਮੀਨਿੰਗਫੁਲੀ ਕੰਟਰੀਬਿਊਟ ਕਰ ਸਕਦੀ ਹੈ ਜੀ ਸੋ ਆਪਾਂ ਥੋੜਾ ਜਿਹਾ ਮੈਨੂੰ ਮਹਿਸੂਸ ਹੁੰਦਾ ਵੀ ਕਈ ਵਾਰੀ ਕਿ ਆਪਾਂ ਥੋੜਾ ਜਿਹਾ ਇਸ ਮਸਲੇ ਦੇ ਵਿੱਚ ਹੈਗੇ ਹਾਂ ਪਿੱਛੇ ਜੀ ਤੇ ਉਹ ਪਿੱਛੇ ਹੋਣ ਦਾ ਆਪਾਂ ਨੂੰ ਖਮਿਆਜ਼ਾ ਇਸ ਰੂਪ ਦੇ ਵਿੱਚ ਭੁਗਤਣਾ ਪੈਂਦਾ ਵੀ ਘਸੇ ਪਿੱਟੇ ਵਿਚਾਰ ਜਿਹਨਾਂ ਨੂੰ ਦੁਨੀਆਂ ਰੱਦ ਕਰ ਚੁੱਕੀ ਹੈ ਖਾਸ ਕਰਕੇ ਜਿਹੜੇ ਸਾਡੇ ਸਮਿਆਂ ਦੇ ਇੰਟਲੈਕਚੁਅਲ ਹੈ ਵੱਡੇ ਫਿਲੋਸਫਰ ਹੈ ਉਹ ਘੱਟੋ ਘੱਟ ਉਹਨਾਂ ਵਿਚਾਰਾਂ ਨੂੰ ਚੰਗੀ ਤਰ੍ਹਾਂ ਰੱਦ ਕਰ ਚੁੱਕੇ ਆ ਉਹ ਘਸੇ ਪਿੱਟੇ ਵਿਚਾਰ ਆ ਅਸੀਂ ਦੁਨੀਆਂ ਦੇ ਜਿਹੜੇ ਜਾਂ ਵਿਚਾਰ ਧਰਾਵਾਂ ਉਹਨਾਂ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਲਿਆ ਕੇ ਇੱਕ ਗਾਰਬੇਜ ਦੇ ਰੂਪ ਦੇ ਵਿੱਚ ਇਕੱਠਾ ਕਰੀ ਜਾਂਦੇ ਜੀ ਤੇ ਜਿਹੜੇ ਕਟਿੰਗ ਐਜ ਵਿਚਾਰ ਆ ਜਿਹੜੇ ਜਿਹੜੇ ਸਮੇਂ ਦੇ ਹਾਣੀ ਵਿਚਾਰ ਆ ਉਸ ਉਹ ਵਿਚਾਰਧਾਰਾ ਤੋਂ ਅਸੀਂ ਪੂਰੀ ਤਰ੍ਹਾਂ ਹੀ ਅਨਭਿੱਜ ਹੈ ਜੀ ਸੋ ਜਿਹੜੀ ਇੰਗੇਜਮੈਂਟ ਹੈ ਉਹ ਪੂਰੀ ਡੀਪ ਹੋਣੀ ਚਾਹੀਦੀ ਹੈ ਉਹ ਇੰਗੇਜਮੈਂਟ ਹੈ ਜਿਹੜੀ ਕੰਟੈਂਪਰੇਰੀ ਥੋਟ ਆ ਜਿੱਥੇ ਉਹ ਪਹੁੰਚ ਚੁੱਕੀ ਹੈ ਇਹ ਨਹੀਂ ਵੀ ਜਿਹੜਾ 100 ਸਾਲ 150 ਸਾਲ ਪੁਰਾਣਾ ਵਿਚਾਰ ਹੈ ਜਾਂ 200 ਸਾਲ ਪੁਰਾਣਾ ਵਿਚਾਰ ਹੈ ਉਹਨੂੰ ਅਸੀਂ ਉਹਦਾ ਢੋਲ ਹੀ ਵਜਾਈ ਚੱਲੀਏ ਜਿਵੇਂ ਧਰਮ ਰਾਜਨੀਤੀ ਨੂੰ ਵੱਖ ਕਰਨ ਦਾ ਢੋਲ ਹੀ ਲੋਕੀ ਵਜਾਈ ਜਾਂਦੇ ਉਹਦੇ ਹੱਕ ਚ ਵੀ ਆਰਗੂਮੈਂਟ ਨੀ ਦਿੰਦੇ ਉਹਨੂੰ ਸਵੈ ਸਿੱਧੀ ਸਮਝ ਕੇ ਬੋਲੀ ਜਾਂਦੇ ਆ ਇਹ ਤਾਂ ਸਵੈ ਸਿੱਧੀ ਆ ਕਿ ਚੰਗੀ ਚੀਜ਼ ਹੈ ਜੀ ਸੋ ਇਹਦਾ ਕਲਚਰ ਹੀ ਸਿਰਜਣਾ ਪੈਣਾ ਤੇ ਥੋੜੀ ਜਿਹੀ ਲੰਮੀ ਗੱਲ ਆ ਸੋ ਗੱਲਾਂ ਬਹੁਤ ਸਾਰੀਆਂ ਰਹਿ ਵੀ ਗਈਆਂ ਹੋਰ ਵੀ ਕੀਤੀਆਂ ਜਾ ਸਕਦੀਆਂ ਸੀ ਪਰ ਸਮੇਂ ਦੀ ਘਾਟ ਹੋਣ ਕਾਰਨ ਮੈਨੂੰ ਲੱਗਦਾ ਵੀ ਮੈਂ ਪੂਰੀ ਚੰਗੀ ਤਰ੍ਹਾਂ ਪੰਜਾਬ ਹਿਸਟੋਰੀਕਲੀ ਮਲਟੀਕਲਚਰਲ ਸੋਸਾਇਟੀ ਸੀਗਾ ਕਾਮਯਾਬ ਹੈਗੇ ਫਿਰ ਵੀ ਆਪਣਾ ਮਤਲਬ ਸਿੱਖੀ ਜਿਹੜੀ ਆ ਮਤਲਬ ਇੰਨੀ ਕਾਇਮ ਰੱਖੀ ਹੋਈ ਆ ਪ੍ਰਦੇਸ਼ਾਂ ਚ ਵੀ ਤੇ ਔਰ ਇੱਥੇ ਫਲਦੇ ਫੁੱਲਦੇ ਇੰਡੀਆ ਨਾਲੋਂ ਜ਼ਿਆਦਾ ਹੀ ਹੈ ਮੇਰੇ ਖਿਆਲ ਨਾਲ ਤੇ ਬਸ ਮਤਲਬ ਇਹ ਕਰੇ ਇੱਕਦਮ ਮਤਲਬ ਇੱਕ ਤਰ੍ਹਾਂ ਸਭ ਜਿਹੜੇ ਕਲਚਰ ਹੈਗੇ ਆ ਸਭ ਦੀਆਂ ਆਪਣੀ ਆਪਣੀ ਖਾਮੀਆਂ ਹੈਗੀਆਂ ਆਪਣੇ ਆਪਣੇ ਫਾਇਦੇ ਹੈਗੇ ਆ ਪਰ ਇੱਕ ਸੋਸਾਇਟੀ ਨੇ ਇੱਕ ਕਲਚਰ ਨੂੰ ਜਿਹੜਾ ਮਤਲਬ ਕ੍ਰਿਟੀਸਾਈਜ਼ ਕਰਨਾ ਤੇ ਮਤਲਬ ਹੈ
बड़ी मतलब नैरो माइंडेडनेस हैगी है सिंह साहब की। बाकी जिदा हम इतने जरा इतने भी जिदा अपने हथियार अपन जिदा कह रहे थे एम्बॉडी किया हो इतने भी जिदा नी कला जो सैकंड अमेंडमेंट हैगी है तुम हथियार रखना साडा अधिकार है रख सकते अपनी प्रोटेक्शन लिए और सिखी जी कॉन्सैप्ट यही है अपनी अपनी डिफेंस लिए तुझे हथियार रखा हुआ है। हाँ मतलब इतने मतलब पोलिटिकली भी हुई है कुछ कुछ मतलब कॉन्सैप्ट सिर्फ शब्द जोड़े आ अलग अलग किए हुए पोलिटिकल या रिलीजन वे करके ही लोग जोड़े आ वो लिए मतलब बिग डील बनाते अभी पर ओरिजिनली कॉन्सैप्ट जोड़े हुई है बस मैं मतलब आई डोंट अप्रीशिएट दैट सिंह साहब जी ने सब जी मल्टीकल्चर सब क्रिटिसाइज करता दी तो मतलब मैं तो सुने से बड़े मतलब बड़े सूझवान व्यक्ति ने पर किसी भी एक सूझवान व्यक्ति मतलब इधर या गल्ला शोभा नहीं दिंदी बस मैं खैर जी तुसी कमेंट जरूर लै जो सो होल्ड ते ही रहो लाइन कट गया जी खैर जी ओके जी कोई गल नहीं देखो हुण जिहड़ी मैं सारी गलबात करदा उहदे च जिवें हुण इहनां दा कमेंट जिहड़ा जजमेंटल ज्यादा सी ते उहदे च लॉजिक घट सी जी हुण जिहड़ी गल इह है वी मल्टीकल्चरल सोसाइटीज आ जिहड़ियां उह इक लिमिट तक रिलीजियस माइनोरिटीज नूं हक दिंदियां इहदे च कोई शक नहीं है घट जां वध दुनिया के लगभग हर मुल्क किसी च घट है तो किसी च वध है जी दुनिया के हर मुल्क दे अरब मुल्क दे विच भी सिख रहिंदे जी ते उत्थे भी हुण गुरु घर जिहड़े ओह बनने शुरू हो गए इत्थे नाल चलो घट आजादी होगी पर हैगी है जी सो होर इस्लामी मुल्क दे विच भी है ते जापान दे विच भी गुरु घर हैगे है सो कोई वैस्ट दी कल्ली गल नहीं गी सारी दुनिया दे विच ही रिलीजियस डाइवर्सिटी है जिहड़ी ओह इक फैक्ट है ਥਾਂ ਤੇ ਵੱਖੋ ਵੱਖ ਧਰਮਾਂ ਦੇ ਲੋਕ ਰਹਿੰਦੇ ਆ ਤੇ ਥੋੜੇ ਬਹੁਤੇ ਫਰਕ ਨਾਲ ਜਿਹੜੀ ਆਜ਼ਾਦੀ ਹੁੰਦੀ ਹੈ ਜਿਹੜੀ ਇਹਨਾਂ ਨੇ ਗੱਲ ਨਾ ਜਿਹੜੀ ਦੇਖੋ ਜਿਹੜੀ ਮੈਂ ਗੱਲ ਕਹੀ ਸੀ ਕਿ ਅਸੀਂ ਥੋੜਾ ਜਿਹਾ ਹਜੇ ਤਾਂ ਰਸ਼ ਚ ਹੈ ਜੀ ਇੱਥੇ ਆ ਕੇ ਸਾਨੂੰ ਸਾਡੀ ਜ਼ਿੰਦਗੀ ਬਹੁਤ ਸੌਖੀ ਹੋ ਗਈ ਮਾਇਆ ਜਿਹੜੀ ਉਹ ਸਾਡੇ ਜੇਬ ਚ ਆ ਗਈ ਚੰਗੇ ਅਸੀਂ ਘਰਾਂ ਚ ਰਹਿੰਦੇ ਹਾਂ ਵਧੀਆ ਕਾਰਾਂ ਤੇ ਚੜ੍ਹਦੇ ਹਾਂ ਉਹਦਾ ਥੋੜਾ ਜਿਹਾ ਨਸ਼ਾ ਸਾਨੂੰ ਸਮਝ ਨਹੀਂ ਦਿੰਦਾ ਗੱਲ ਨੂੰ ਗੱਲ ਇਹ ਹੈ ਵੀ ਜਿਹੜਾ ਵੈਸਟਰਨ ਕੈਪੀਟਲਿਜ਼ਮ ਹੈ ਨਾ ਉਹਨੇ ਦੁਨੀਆ ਦੀ ਜੇ 7-8 ਬਿਲੀਅਨ ਆਬਾਦੀ ਹੈ ਜਿਹੜੀ ਉਹਦੇ ਚੋਂ 2 ਬਿਲੀਅਨ ਆਬਾਦੀ ਹੈ ਜਿਹੜੀ ਉਹਦੀ ਜ਼ਿੰਦਗੀ ਬਹੁਤ ਵਧੀਆ ਬਣਾਤੀ ਜੀ ਤੇ ਬਾਕੀਆਂ ਦੀ ਨਰਕ ਬਣਾਤੀ ਜੀ ਹੁਣ ਜੇ ਤੁਸੀਂ ਨਿਊ ਲਿਬਰਲ ਇਕਾਨਮੀ ਹੈ ਜਿਹੜੀ ਉਹਦੇ ਬਾਰੇ ਕੋਈ ਵੀ ਕਿਤਾਬ ਚੱਕ ਕੇ ਪੜ੍ਹ ਲਓ ਜੀ ਉਹ ਨਿਊ ਲਿਬਰਲਿਜ਼ਮ ਨੇ ਕੀਤਾ ਕੀ ਹੈ ਜੀ ਕੋਲੋਨੀਅਲਿਜ਼ਮ ਨੇ ਕੀਤਾ ਕੀ ਹੈ ਸਾਰੀ ਦੁਨੀਆ ਦੇ ਰਿਸੋਰਸ ਲੁੱਟ ਕੇ ਵੈਸਟਰਨ ਯੂਰਪ ਤੇ ਨਾਰਥ ਅਮੈਰੀਕਾ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਇਹਦੇ ਵਿੱਚ ਆ ਜਾਂਦੇ ਆ ਜੀ ਉੱਥੋਂ ਦੀ ਲਾਈਫ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਬਣਾਤੀ ਤੇ ਜਿਹੜੇ ਬਾਕੀ ਦੁਨੀਆ ਉਹਦੇ ਵਿੱਚ ਇੱਕ ਉਹਨਾਂ ਦੀਆਂ ਪਾਪੂਲੇਸ਼ਨ ਦਾ ਛੋਟਾ ਜਿਹਾ ਹਿੱਸਾ ਜਿਹੜਾ ਅਪਰ ਮਿਡਲ ਕਲਾਸ ਆ ਇੰਡਸਟਰੀਅਲਿਸਟ ਅਮੀਰ ਲੋਕ ਆ ਜਿਹੜੇ ਉਹਨਾਂ ਦੀ ਲਾਈਫ ਵਧੀਆ ਬਣਾਤੀ ਉਹ ਕੁੱਲ ਮਿਲਾ ਕੇ ਸਾਰਾ ਹਿੱਸਾ ਜਿਹੜਾ ਉਹ 2 ਬਿਲੀਅਨ ਤੋਂ ਘੱਟ ਬਣਦਾ ਤੇ ਬਾਕੀ ਜਿਹੜੀ ਦੁਨੀਆ ਉਹਨਾਂ ਦੀ ਬਾਕੀ ਜਿਹੜੀ ਪਾਪੂਲੇਸ਼ਨ ਹੈ ਦੁਨੀਆ ਦੀ ਉਹਨਾਂ ਦੀ ਲਾਈਫ ਹੈ ਜਿਹੜੀ ਉਹ ਬਹੁਤ ਜ਼ਿਆਦਾ ਔਖੀ ਕਰਦੇ ਜੀ ਦੂਸਰੀ ਗੱਲ ਜਿਹੜੀ ਵੈਸਟਰਨ ਸਿਸਟਮ ਹੈ ਜਿਹੜਾ ਇਕਨੋਮਿਕ ਸਿਸਟਮ ਖਾਸ ਕਰਕੇ ਉਹਦੇ ਅਗੇਂਸਟ ਜਾਂਦੀ ਆ ਉਹ ਹੈਗੀ ਆ ਜਿਹੜੀ ਇਨਵਾਇਰਮੈਂਟ ਦੀ ਡਿਗ੍ਰੇਡੇਸ਼ਨ ਹੋਈ ਆ ਤੁਸੀਂ ਕਿਸੇ ਵੀ ਇਨਵਾਇਰਮੈਂਟਲਿਸਟ ਤੁਸੀਂ ਯੂਨਾਈਟਿਡ ਨੇਸ਼ਨ ਦੀਆਂ ਰਿਪੋਰਟਸ ਪੜ੍ਹ ਲਓ ਤੁਸੀਂ ਯੂਨਾਈਟਿਡ ਸਟੇਟਸ ਦਾ ਜਿਹੜਾ ਡਿਪਾਰਟਮੈਂਟ ਹੈ ਉਹਦੀ ਗੱਲ ਸੁਣ ਲਓ ਜਿੰਨੇ ਸਾਇੰਟਿਸਟ ਕੰਮ ਕਰ ਰਹੇ ਉਹਦੀ ਗੱਲ ਸੁਣ ਲਓ ਉਹ ਕਹਿ ਰਹੇ ਆ ਵੀ ਇਰਰਿਵਰਸੀਬਲ ਡੈਮੇਜ ਇਰਰਿਵਰਸੀਬਲ ਡੈਮੇਜ ਹੋ ਰਿਹਾ ਜੇ ਛੇਤੀ ਡਰਾਸਟਿਕ ਸਟੈਪ ਨਾ ਚੱਕੇ ਗਏ ਤਾਂ ਜਿੰਨਾ ਡੈਮੇਜ ਹੋ ਚੁੱਕਿਆ ਤੇ ਆਉਣ ਵਾਲੇ 20-30 ਸਾਲਾਂ ਦੇ ਵਿੱਚ ਜਿਹੜਾ ਡੈਮੇਜ ਹੋਣਾ ਉਹਨੇ ਦੁਨੀਆ ਜਿਹੜੀ ਉਹਦੇ ਤੋਂ ਜੀਵਨ ਦਾ ਖਤਮ ਕਰ ਦੇਣਾ ਜੀ ਇਹ ਲਗਭਗ ਸਾਰੇ ਸਾਇੰਟਿਸਟ ਪਹਿਲੇ ਇਸ ਗੱਲ ਨਾਲ ਸਹਿਮਤ ਨੇ ਜਿਹੜੀਆਂ ਅਸੀਂ ਕਾਰਾਂ ਵੱਡੀਆਂ ਤੇ SUVs ਤੇ ਚੜ੍ਹਦੇ ਹਾਂ ਉਹ ਬੇਸਿਕਲੀ ਪਾਪ ਆ ਜੀ ਜਿੰਨੀ ਅਸੀਂ ਐਨਰਜੀ ਕੰਜ਼ੰਪਸ਼ਨ ਕਰਦੇ ਹਾਂ ਉਹ ਸਾਰਾ ਜਿਹੜਾ ਉਹਦਾ ਧਰਤੀ ਨੂੰ ਜਿਹਨੂੰ ਗੁਰਬਾਣੀ ਦੇ ਵਿੱਚ ਮਾਤਾ ਕਿਹਾ ਗਿਆ ਉਹਨੂੰ ਉਹਦਾ ਫਲ ਭੁਗਤਣਾ ਪੈ ਰਿਹਾ ਜੀ ਸੋ ਇਹ ਜਿਹੜਾ ਲਾਈਫ ਸਟਾਈਲ ਆ ਇਹ ਅਲਟੀਮੇਟ ਨਹੀਂ ਗਾ ਅਸੀਂ ਜੇ ਇਹਨੂੰ ਇੰਜੋਏ ਕਰ ਰਹੇ ਹਾਂ ਤਾਂ ਉਹਦੇ ਚ ਅਸੀਂ ਵੀ ਮੈਂ ਵੀ ਉਹਦੇ ਵਿੱਚ ਹੀ ਹਾਂ ਤੇ ਆਪਾਂ ਸਾਰੇ ਉਹਦੇ ਵਿੱਚ ਹਾਂ ਉਹਦੇ ਵਿੱਚ ਅਸੀਂ ਵੀ ਕਿਸੇ ਲੈਵਲ ਤੇ ਗਲਤ ਹੈਗੇ ਹਾਂ ਜੀ ਸੋ ਜਿਹੜੀਆਂ ਵੈਸਟ ਵੱਲੋਂ ਕ੍ਰੀਏਟ ਕੀਤੀਆਂ ਗਈਆਂ ਪ੍ਰੋਬਲਮਸ ਆ ਉਹਦੇ ਵਿੱਚ ਸਿਰਫ ਵੈਸਟਰਨ ਪ੍ਰੋਬਲਮਸ ਨਹੀਂ ਆ ਉਹ ਪਲੈਨੇਟਰੀ ਪ੍ਰੋਬਲਮਸ ਬਣ ਗਈਆਂ ਜੀ ਸੋ ਉਹਨਾਂ ਨੂੰ ਜੇ ਤੁਸੀਂ ਗੁਰਬਾਣੀ ਦੀ ਦ੍ਰਿਸ਼ਟੀ ਤੋਂ ਵੇਖਣਾ ਤੇ ਫਿਰ ਤਾਂ ਗੱਲ ਆ ਜਿਹੜੀ ਉਹ ਬਹੁਤ ਕੰਪਲੀਕੇਟ ਹੋ ਜਾਂਦੀ ਹੈ ਜੀ ਸੋ ਇਸ ਕਰਕੇ ਕੋਈ ਜਿਹੜੀ ਵੈਸਟ ਨਾਲ ਦੁਸ਼ਮਣੀ ਨਹੀਂ ਗੀ ਮੈਂ ਜਿਹੜੀ ਇੰਗੇਜਮੈਂਟ ਕਰਦਾ ਜਿਹੜੀ ਅੱਜ ਦੀ ਸਾਰੀ ਗੱਲਬਾਤ ਹੈ
ਉਹਦੇ ਚ ਹੁਣ ਚਾਰਲਸ ਟੇਲਰ ਕੌਣ ਆ? ਮੈਂ ਉਹਦੀ ਥਿਊਰੀ ਆ ਜਿਹੜੀ ਮੈਂ ਤਾਂ ਉਹਦੀ ਪ੍ਰੋੜਤਾ ਕਰਦਾ ਜੀ। ਚਾਰਲਸ ਟੇਲਰ ਕੌਣ ਆ? ਜਿਗਮੰਡ ਬਾਉਮਨ ਦਾ ਨਾਂ ਲਿਆ ਵਾ, ਉਹ ਕੌਣ ਆ? ਸੋ ਮੈਂ ਕੋਈ ਹੋਲਸੇਲ ਰਿਜੈਕਸ਼ਨ ਨਹੀਂ ਕਰਦਾ ਜੀ। ਸੋ ਵੈਸਟ ਦੇ ਵਿਧੀ ਨਹੀਂ ਇੱਕ ਕਲਾਸ ਹੈਗੀ ਆ ਜਿਹੜੀ ਵੈਸਟ ਪ੍ਰਤੀ ਕ੍ਰਿਟੀਕਲ ਆ ਜੀ, ਸੋ ਉਹਦੀ ਗੱਲ ਸਾਨੂੰ ਸੁਣਨੀ ਚਾਹੀਦੀ ਆ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਸੋ ਤੁਸੀਂ ਸਮਾਂ ਕੱਢਿਆ, ਬਿਲਕੁਲ ਗੱਲਾਂ ਕਾਫੀ ਰਹਿ ਜਾਂਦੀਆਂ ਨੇ। ਸੋ ਜਦੋਂ ਅਜਿਹਾ ਵੱਡਾ ਆਪਾਂ ਵਿਸ਼ਾ ਸ਼ੁਰੂ ਕਰਨ ਲੱਗਦੇ ਹਾਂ, ਹੌਲੀ ਹੌਲੀ ਉਹਦੇ ਉੱਤੇ ਗੱਲਾਂ ਹੁੜਨੀਆਂ ਸ਼ੁਰੂ ਹੁੰਦੀਆਂ ਨੇ। ਸੋ ਫਿਊਚਰ ਦੇ ਵਿੱਚ ਫਿਰ ਵੀ ਆਪਾਂ ਕਦੇ ਸਬੱਬ ਬਣੇ ਹਾਂ, ਸੋ ਇਸ ਵਿਸ਼ੇ ਨੂੰ ਹੋਰ ਗੰਭੀਰਤਾ ਦੇ ਨਾਲ, ਹੋਰ ਡੰਗਾਈ ਦੇ ਨਾਲ ਆਪਾਂ ਇਹਦੇ ਉੱਤੇ ਗੱਲਬਾਤ ਕਰਾਂਗੇ। ਸੋ ਅੱਜ ਦੀ ਇਸ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਰੋਤਿਆਂ ਦੇ ਜਿਹੜੇ ਸਵਾਲ ਆ ਉਹਨਾਂ ਦਾ ਵੀ ਤੁਸੀਂ ਜਵਾਬ ਦਿੱਤਾ, ਉਹਦੇ ਲਈ ਵੀ ਧੰਨਵਾਦ। ਸੋ ਮਿਲਦੇ ਹਾਂ ਜੀ ਕਿਸੇ ਅਗਲੇ ਦਿਨਾਂ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।